ਹਾਂਜੀ, ਹੱਥ ਸਿਰ ਤੇ ਰੱਖਿਓ ਜੀ, ਜਦੋਂ ਮਨ ਡੋਲੇ। ਚਲੋ ਕਰੋ ਅਰਦਾਸ ਜੀ ਸਾਰੇ ਜਣੇ। ਉਹ ਤਾਂ ਡੋਲਦਾ ਹੀ ਰਹਿੰਦਾ, ਪੈਂਦਾ ਲਾਉਂਦਾ ਨਾ, ਮੇਰੇ ਤੇ ਵੀ ਹੱਥ ਰੱਖਿਆ। ਮੈਂ ਕਿਹਾ, ਮੈਂ ਪਹਿਲੇ ਕਹਿੰਦਾ ਸੀਗਾ, ਮੈਂ ਕਿਹਾ ਜਦੋਂ ਮੇਰੇ ਭੀੜ ਪੈਂਦੀ ਹੈ ਮੇਰੇ ਕੋਲ ਪ੍ਰੋਗਰਾਮ ਲੱਗਦਾ ਨਹੀਂ। ਮੈਂ ਕਿਹਾ ਇੱਥੋਂ ਪਤਾ ਲੱਗਦਾ ਮੈਂ ਪ੍ਰੈਕਟੀਕਲਿਟੀ ਦੀ ਘਾਟ ਕਿੰਨੀ ਹੈ ਨਾ। ਨਹੀਂ ਲੱਗ ਗਿਆ ਸੀ, ਲੱਗ ਤਾਂ ਗਿਆ ਸੀਗਾ। ਮੈਂ ਕਿਹਾ ਹਾਂ, ਮੈਂ ਕਿਹਾ ਪਿਛਲੀ ਵੀਰਿੰਗ ਨੂੰ ਚਲੋ ਨਹੀਂ ਟਾਈਮ ਲੱਗ ਗਿਆ, ਪਰ ਲੱਗ ਗਿਆ। ਚਲੋ ਨਹੀਂ ਨਹੀਂ ਕੋਈ ਗੱਲ ਠੀਕ ਆ। ਸਿਰ ਤੇ ਟਾਈਮ ਕਹਿੰਦਾ ਸਿਰ ਤੇ ਹੱਥ ਰੱਖ ਲਿਆ ਸੀ, ਜਦੋਂ ਭੀੜ ਪੈਂਦੀ ਆ ਫਿਰ ਤਾਂ ਇੱਦਾਂ ਹੀ। ਚਲੋ ਜੀ ਕੋਈ ਗੱਲ ਨਹੀਂ, ਭੀੜਾਂ ਦੀ ਤਾਂ ਗੱਲ ਰਹਿਣੀ ਆ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਮੁਸ਼ਕਲਾਂ ਜਿਹੜੀਆਂ ਉਹ ਤਾਂ ਮੁਸ਼ਕਲ ਜਿਹੜੀ ਆ ਨਾ, ਜਦੋਂ ਆਉਂਦੀ ਆ ਉਦੋਂ ਇੱਡੀ ਪ੍ਰੋਬਲਮ ਨਹੀਂ ਬਣਦੀ, ਠੀਕ, ਜਿੱਡੀ ਉਹ ਆਪਣਾ ਜਿਹੜਾ ਉਹਦਾ ਲਗਾਤਾਰਤਾ, ਉਹਦੀ ਜਿਹੜਾ ਉਹਦਾ ਟਾਈਮ ਆ ਰਹਿਣ ਦਾ ਤੇ ਉਹਦੇ ਜਾਣ ਦਾ ਆ, ਰਾਈਟ, ਉਦੋਂ ਬਣਦੀ ਆ। ਸਾਰਾ ਟਾਈਮ ਇੱਕੋ ਜਿਹਾ ਹੁੰਦਾ, ਸਾਨੂੰ ਇੱਦਾਂ ਲੱਗਦਾ ਵੀ ਜਦੋਂ ਆਈ ਆ ਉਹ ਔਖਾ ਟਾਈਮ ਆ, ਬਾਕੀ ਠੀਕ ਆ ਹਨਾ। ਸਾਡੇ ਨਾਲ ਸਰੋਤੇ ਆ ਜੀ, ਇੱਕ ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਮੈਂ ਆਸਟ੍ਰੇਲੀਆ ਮੈਲਬਨ ਤੋਂ ਬੋਲ ਰਿਹਾ ਜੀ। ਹਾਂਜੀ ਸੁਣਾਓ ਜੀ, ਕੀ ਹਾਲ ਆ? ਨਾਂ ਮੇਰਾ ਬਲਵਿੰਦਰਪਾਲ ਸਿੰਘ ਹੈ ਜੀ। ਹਾਂਜੀ ਹਾਂਜੀ, ਮੈਂ ਨਾ ਵੈਸੇ ਯੂਟਿਊਬ ਤੁਹਾਡੇ ਤਕਰੀਬਨ ਮਹੀਨਾ ਡੇਢ ਮਹੀਨਾ ਹੋਇਆ ਮੈਨੂੰ ਦੇਖਦੇ ਨੂੰ, ਤਕਰੀਬਨ ਮੈਂ ਇੱਕ ਸਿਰੇ ਤੋਂ ਲੱਗਿਆ ਦੇਖਾਂ ਸਾਰੀਆਂ ਵੀਡੀਓ। ਹਾਂਜੀ, ਉਹਦਾ ਹੁਣ ਕਹਿਣ ਦੀ ਲੋੜ ਹੀ ਹੈ ਨਾ, ਕਿਉਂਕਿ ਵੀ ਵਧੀਆ ਕੰਮ ਕਰ ਰਹੇ, ਉਹਦਾ ਸਾਰਿਆਂ ਨੂੰ ਦੇਖ ਰਿਹਾ। ਹੁਣ ਮੈਂ ਤੁਹਾਡੇ ਹੱਥ, ਮੈਨੂੰ ਵਧੀਆ ਲੱਗਣਾ, ਜਿਹੜੇ ਤੁਹਾਡੇ ਹੱਥ ਨਹੀਂ ਹੈਗੇ ਉਹਨੂੰ ਭੈੜਾ ਲੱਗਣਾ। ਹਾਂ ਮੈਂ ਕੱਲ ਹੀ ਡਾਊਨਲੋਡ ਕੀਤੀ ਤੁਹਾਡੀ ਐਪ, ਇਹ ਕੱਲ ਮੈਂ ਉਹ ਮੈਂ ਕੱਲ ਵੀ ਬਹੁਤ ਟਰਾਈ ਕੀਤਾ ਪਰ ਲੱਗਿਆ ਨੀ, ਪਤਾ ਨੀ ਗੱਲ ਕੀ ਹੋਈ। ਤੇ ਉਹ ਕੱਲ ਆਪਣੇ ਟੋਪਿਕ ਚੱਲ ਰਿਹਾ ਸੀ ਨਾ ਵੀ ਆਪਣੇ ਵੀ ਫੈਮਿਲੀ ਦਾ, ਬੱਚਿਆਂ ਦਾ ਆਪਾਂ ਦੱਸਣਾ ਚਾਹੀਦਾ ਜਾਂ ਲੋਕਾਂ ਦੀ ਸ਼ਰਮ ਨਹੀਂ ਕਰਨੀ ਚਾਹੀਦੀ। ਹਾਂ ਮੈਂ ਉਹਦੇ ਰਿਗਾਰਡਿੰਗ ਨਾ ਇੱਕ ਸਾਡੇ ਮੇਰੀ ਆਪਣੀ ਫੈਮਿਲੀ ਚ ਇੱਕ ਗੱਲ ਸੀਗੀ, ਮੈਂ ਉਹ ਸ਼ੇਅਰ ਕਰਨੀ ਸੀਗੀ। ਸ਼ਾਇਦ ਕਈ ਵਾਰ ਹੁੰਦਾ ਨਾ ਵੀ ਆਪਾਂ ਗੱਲ ਸ਼ੇਅਰ ਕਰਦੇ ਹਾਂ ਤਾਂ ਹੋਰ ਵੀ ਕਈ ਵਾਰ ਉਸ ਮੂਵਮੈਂਟ ਦੇ ਹੋਰ ਵੀ ਬੰਦੇ ਹੁੰਦੇ ਨੇ, ਉਹ ਵੀ ਅਗਲੇ ਸੁਣ ਸਕਦੇ ਆ। ਗੱਲ ਇਹ ਹੋਈ, ਮੇਰੀ ਸਿਸਟਰ ਮੇਰੇ ਤੋਂ ਵੱਡੇ ਨੇ, ਜਦੋਂ ਮੈਰਿਜ ਹੋ ਗਈ ਨਾ ਤੇ ਉਹਨਾਂ ਦੀ ਨਾ ਜਦੋਂ ਮਤਲਬ ਕੇ ਮੁੰਡਾ ਮਾੜਾ ਦੇਖਣ ਲੱਗਿਆ ਸੀ, ਪੁੱਛਿਆ ਉਹਨੂੰ ਆਪਣੀ ਵੀ ਕੋਈ ਲਾਈਫ ਦੇ ਵਿੱਚ ਹੈਗਾ, ਕਿਉਂਕਿ ਅਸੀਂ ਚਾਰ ਜਾਣੀ ਆ ਘਰੇ, ਮੰਮੀ ਡੈਡੀ ਤੇ ਭੈਣ ਮੇਰੀ, ਠੀਕ ਆ। ਉਹਨੇ ਪੁੱਛਿਆ ਵੀ ਕੋਈ ਹੈਗਾ ਦੱਸ ਦੋ ਵੀ ਆਪਾਂ ਵੀ ਉੱਧਰ ਵੀ ਦੇਖ ਲੈਂਦੇ ਆ, ਵੀ ਨਹੀਂ ਫਿਰ ਅਸੀਂ ਮੁੰਡਾ ਦੇਖੀਏ। ਉਹ ਕਹਿੰਦੇ ਵੀ ਨਹੀਂ, ਮੁੰਡਾ ਦੇਖੋ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਜੇ ਹੁੰਦੀ ਮੈਂ ਦੱਸ, ਠੀਕ ਆ। ਮੁੰਡਾ ਅਸੀਂ ਲੱਭ ਲਿਆ, ਹਾਂਜੀ ਮੁੰਡਾ ਲੱਭ ਕੇ ਚਲੋ ਠੀਕ ਆ ਵੀ ਮੁੰਡਾ ਅੰਗੇ, ਅਸੀਂ ਵਧੀਆ ਪੂਰਾ ਇਕੱਠ ਕਰਕੇ ਅੰਗੇਜਮੈਂਟ ਕੀਤੀ, ਠੀਕ ਆ ਜੀ। ਚਲੋ ਅੰਗੇਜਮੈਂਟ ਕੀਤੀ, ਚਲੋ ਹੁਣ ਆਪਣੇ ਹੋਰ ਰਿਵਾਜ ਇੱਕ ਹੋਰ ਹੀ ਚੱਲ ਪਿਆ ਨਾ ਵੀ ਜਦੋਂ ਅੰਗੇਜਮੈਂਟ ਤੋਂ ਬਾਅਦ ਮੁੰਡੇ ਆਪਣੇ ਫੋਨ ਤੇ ਗੱਲ ਕਰਨ ਲੱਗੇ ਨੇ, ਹਾਂਜੀ ਕਿਸੇ ਹੱਦ ਤੱਕ ਚੰਗੀ ਗੱਲ ਵੀ ਆ ਤੇ ਚੰਗੀ ਆ, ਮੈਨੂੰ ਕਹਿੰਦਾ ਜਾਣਾ ਚਾਹੀਦਾ ਵੈਸਾ, ਠੀਕ ਨੀ। ਤੇ ਉਹ ਜਦੋਂ ਮੁੰਡੇ ਨੇ ਅੰਗੇਜਮੈਂਟ ਤੋਂ ਦੂਜੀ ਵਾਰ ਮੁੰਡੇ ਨੇ ਫੋਨ ਕੀਤਾ ਮੇਰੀ ਸਿਸਟਰ ਨੂੰ, ਹਾਂਜੀ ਉਹ ਮੁੰਡੇ ਨੇ ਸ਼ਰਾਬ ਪੀਤੀ ਹੋਈ, ਹਾਂਜੀ ਉਹ ਸ਼ਰਾਬ ਪੀਤੀ ਹੋਈ ਤੇ ਉਹ ਜਦੋਂ ਬੰਦਾ ਇੱਕ ਤਾਂ ਸੈਂਸ ਜਿਹੜਾ ਗੱਲ ਕਰੇ ਫਿਰ ਤਾਂ ਗੱਲ ਹੋਰ, ਜਦੋਂ ਬੰਦੇ ਨੇ ਦੋ ਚਾਰ ਪੈਗ ਲੱਗੇ ਹੋਣ ਕਹਿੰਦੇ ਨੇ ਵੀ ਬੰਦਾ ਲੈ ਕੇ ਆ ਜਾਂਦਾ ਪੀ, ਹਾਂਜੀ ਤੇ ਉਹ ਦੋ ਚਾਰ ਪੈਗ ਲਾ ਕੇ ਨਾ ਜਾਂ ਜੋ ਵੀ ਪੀਤੀ ਸੀ ਉਹ ਭੈਣ ਨਾਲ ਮੇਰੇ ਨਾਲ ਗੱਲਾਂ ਕਰੀ ਜਾਵੇ ਤੇ ਉਹ ਪੂਰੀਆਂ ਕਿ ਜਿਵੇਂ ਤੇਰੇ ਰਾਸਤੀਆਂ ਉਹਨੇ ਗੱਲਾਂ ਕਰਕੇ ਵੀ ਮੈਨੂੰ ਵਿੱਚ ਮੈਨੂੰ ਵੀ ਗੱਲਾਂ ਕੱਢੀਆਂ ਵੀ ਤੇਰਾ ਭਰਾ ਕੀ ਕਰ ਲੂ, ਮੈਨੂੰ ਜੇ ਭਰਾ ਤੇ ਨਾ ਰਿਸ਼ਤਾ ਕੀਤਾ ਤੂੰ ਕਿਹੜੀਆਂ ਗੱਲਾਂ ਕਰੀ ਜਾਣਾ। ਤੇ ਮੇਰੀ ਸਿਸਟਰ ਨੇ ਫੋਨ ਕਰਤਾ ਤੇ ਉਹਦੇ ਨਾਲ ਤੇ ਮੈਨੂੰ ਆ ਕੇ ਕਹਿਤਾ, ਕਹਿੰਦੀ ਵੀ ਮੈਂ ਮੁੰਡੇ ਦਾ ਵਿਆਹ ਨੀ ਕਰਾਉਂਦਾ, ਹਾਂਜੀ ਕਹਿੰਦੇ ਵੀ ਕੀ ਗੱਲ ਹੋ ਗਈ। ਉਹ ਕਹਿੰਦੀ ਵੀ ਉਹ ਬੰਦਾ ਮੇਰੇ ਨਾਲ ਪਹਿਲੀ ਵਾਰ ਫੋਨ ਤੇ ਗੱਲ ਕਰ ਰਿਹਾ, ਪਹਿਲੀ ਵਾਰ ਸ਼ਰਾਬ ਪੀਤੀ ਹੋਈ ਆ, ਉਹਨੂੰ ਬੋਲਣ ਦਾ ਨੀ ਪਤਾ, ਇਹ ਬੰਦਾ ਮੇਰੇ ਨਾਲ ਲਾਈਫ ਕਿਵੇਂ ਕਰ ਲੂ, ਮੈਂ ਇਹ ਬੰਦੇ ਨਾਲ ਲਾਈਫ ਨਹੀਂ ਕਰ ਸਕਦਾ। ਤੇ ਅਸੀਂ ਬਈ ਸਾਰੇ ਸਾਡੇ ਸਾਰੇ ਰਿਸ਼ਤੇਦਾਰ ਆ ਗਏ ਸੀਗੇ ਸੀਗਾ, ਅਸੀਂ ਕਿਸੇ ਨੇ ਨੀ ਹੋਰ ਵੀ ਪੰਜਵਾਂ ਬੰਦਾ ਲਿਆ, ਚਾਰ ਜਾਣੇ ਸੀ ਘਰੇ, ਚਾਰ ਜਾਣੇ ਪੁੱਛਿਆ ਵੀ ਦੁਬਾਰੇ ਵੀ ਕਹਿੰਦੇ ਵੀ 100% ਅਸੀਂ ਉਹਨੇ ਘਰੇ ਫੋਨ ਕਰਦਾ ਭਾਈ ਸਾਨੂੰ ਰਿਸ਼ਤਾ ਨੀ। ਉਦੋਂ ਬਾਅਦ ਉਹਨੇ ਬਹੁਤ ਗੇੜੇ ਮਾਰੇ, ਬਹੁਤ ਫੋਨ ਆਏ, ਵਿਚੋਲਾ ਵੀ ਆਇਆ, ਅੱਗੇ ਵੀ ਨਹੀਂ, ਜੇ ਸਾਡੀ ਕੁੜੀ ਕਹਿ ਰਹੀ ਆ ਤਾਂ ਸਾਨੂੰ ਨੀ ਪਰਵਾਹ, ਉਹ ਕਹਿੰਦੇ ਵੀ ਇੰਨਾ ਇਕੱਠ ਹੋ ਗਿਆ, ਅੱਗੇ ਵੀ ਗੱਲ ਤਾਂ ਸਾਡੀ ਕੁੜੀ ਦੀ ਸਾਡੀ ਦੀ ਆ, ਵੀ ਜੇ ਅਸੀਂ ਹੁਣ ਮੁੰਡਾ ਮਿਲਿਆ ਚਲੋ ਅਸੀਂ ਵਿਆਹ ਹੋ ਗਿਆ ਸਾਰਾ ਕੁਝ, ਉਹਨੇ ਬੇਬੀ ਜੀ ਸਾਰਾ ਕੁਝ ਵਧੀਆ ਨੇ, ਪਰ ਜੇ ਅਸੀਂ ਉਹ ਸੋਚ ਰਹੇ ਹਾਂ ਵੀ ਜੇ ਅਸੀਂ ਹੁਣ ਉਹ ਡਿਸੀਜਨ ਲੈ ਲੈਣ ਲੋਕਾਂ ਦੀ ਸ਼ਰਮ ਨੂੰ ਡਿਸੀਜਨ ਲੈ ਜਾਂਦੇ, ਠੀਕ ਹੈ ਨੀ, ਅਸੀਂ ਤਾਂ ਕੁੜੀ ਧੱਕਾ ਦੇ ਤਾ ਕੁੜੀ ਨੂੰ, ਗੱਲ ਜ਼ਮੀਰ ਆਪਣੇ ਲੈਣੇ ਚਾਹੀਦਾ, ਮੈਂ ਇਹ ਕਹਿੰਦਾ
ਪੁੱਛਣਾ ਚਾਹੀਦਾ। ਬਿਲਕੁਲ ਜੀ, ਜਿਹੜਾ ਸਾਡਾ ਨੁਕਸਾਨ ਹੁੰਦਾ ਨਾ ਉਹੀ ਦੇਖਾ ਦੇਖੀ ਜਿਹੜੀ ਆ ਲੋਕ ਦਿਖਾਵਾ ਜਿਹੜਾ ਆ ਜਿਹੜੀ ਲੋਕ ਲਾਜ ਆ ਉਹਦੇ ਕਰਕੇ ਹੀ ਜਦੋਂ ਕੋਈ ਕੰਮ ਕਰਦੇ ਉਦੋਂ ਹੁੰਦਾ ਆ। ਲੋਕਾਂ ਦੀ ਸ਼ਰਮ ਨੂੰ ਆਪਾਂ ਚੁੱਪ ਰਹਿ ਜਾਂਦੇ ਤੇ ਨੁਕਸਾਨ ਆਪਣਾ ਹੋ ਜਾਂਦਾ। ਤੇ ਬਾਈ ਬਾਕੀ ਮੈਂ ਤੁਹਾਨੂੰ ਮੈਸੇਜ ਵੀ ਕੀਤਾ ਫੇਸਬੁੱਕ ਤੇ, ਪਰ ਮੈਨੂੰ ਲਾ ਲਓ ਮੈਸੇਜ ਬਹੁਤ ਆਉਂਦੇ ਹੋਣਗੇ ਤਾਂ ਕਰੇ ਕੋਈ ਪੜ੍ਹਿਆ ਵੀ ਨਹੀਂ ਉਹ, ਪਰ ਬਿਲਕੁਲ ਵਧੀਆ ਬਹੁਤ ਸੋਹਣਾ ਜਾ ਰਹੇ ਜੋ ਵੀ ਆ। ਹੁਣ ਇਹ ਤਾਂ ਕਹਿਣ ਹੋ ਰਿਹਾ ਵੀ ਆ ਵੀ ਬਾਕੀ ਨਾਲ ਜਿਹੜੇ ਹੈਗੇ ਉਹ ਨਾਲ ਹੀ ਨੇ, ਠੀਕ ਹੈ। ਬਾਕੀ ਹੌਲੀ ਹੌਲੀ ਲੋਕ ਜੋੜ ਵੀ ਰਹੇ ਨੇ, ਕਿਉਂਕਿ ਮੇਰਾ ਇੱਕ ਦੋਸਤ ਆ ਉਹ ਕਾਫੀ ਇਹਨਾਂ ਦੇ ਹੱਥ ਚ ਬੋਲਦਾ ਹੋਏ ਪਹਿਲਾਂ, ਹਾਂਜੀ, ਤੇ ਉਹ ਮੈਂ ਉਹਨੂੰ ਕਰੇ ਗਿਆ ਪਿਛਲੇ ਦੋ ਹਫ਼ਤੇ ਪਹਿਲਾਂ, ਤੇ ਉਹ ਮੈਨੂੰ ਕਹਿੰਦਾ ਤੂੰ ਰੇਡੀਓ ਸੁਣਿਆ, ਤੇ ਮੈਂ ਕਿਹਾ ਵੀ ਕੀ ਗੱਲ ਹੋ ਗਈ, ਕਹਿੰਦਾ ਯਾਰ ਵੀ ਮੈਂ ਆ ਬੰਦਿਆਂ ਦੇ ਅਸੀਂ ਜਿਵੇਂ ਕੱਲ ਗੱਲ ਜਾਂਦੀ ਆਪਣੀ ਹੁਣ ਭਿੰਡਰਾਂ ਵਾਲਿਆਂ ਦੀ, ਮੈਂ ਕੱਲ ਸੁਣਦਾ ਸੀ, ਕਹਿੰਦਾ ਮੈਂ ਉਹ ਪੁਆਇੰਟ ਤੇ ਜਾ ਕੇ ਕਦੇ ਸੋਚਿਆ ਹੀ ਨਹੀਂ ਆਹ ਪੱਖ ਵੀ ਹੋ ਸਕਦਾ ਇਸ ਚੀਜ਼ ਦਾ, ਕਿਉਂਕਿ ਬਹੁਤ ਚੰਗੀਆਂ ਗੱਲਾਂ ਨੇ, ਠੀਕ ਨੀ। ਤੇ ਆਪਾਂ ਨੂੰ ਕਿਉਂਕਿ ਆਪਾਂ ਹੁਣ ਤੱਕ ਆਪਾਂ ਜੋ ਮੈਨੂੰ ਇਹ ਮੰਨਦਾ ਵੀ ਬੰਦਾ ਸਿੱਖਦਾ ਕਿੱਥੋਂ ਆ, ਜੋ ਪੜ੍ਹਦਾ ਜਾਂ ਜੋ ਸੁਣਦਾ। ਹੁਣ ਜੇ ਆਪਾਂ ਨੂੰ ਆਪਾਂ ਕਹਿ ਲਈਏ ਪੜ੍ਹਾਇਆ ਸੁਣਿਆ ਹੀ ਉਹ ਜਾਂਦਾ ਤਾਂ ਫਿਰ ਆਪਾਂ ਸਿੱਖਾਂਗੇ ਕਿੱਥੋਂ। ਫਿਰ ਆਪਾਂ ਨੂੰ ਜ਼ਿਆਦਾ ਇਹੋ ਜਿਹੇ ਜਿਵੇਂ ਤੁਹਾਡਾ ਰੇਡੀਓ ਆ ਜਾਂ ਬੰਦੇ ਨੂੰ ਆਪਣੇ ਆਪ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ, ਇਹ ਚੀਜ਼ਾਂ ਨੇ। ਹੋਰ ਗੱਲ ਸ਼ੇਅਰ ਕਰਨੀ ਸੀ, ਇੱਕ ਨਾ ਆਪਣੇ ਦੋ ਚਾਰ ਮਹੀਨੇ ਪਹਿਲਾਂ ਖ਼ਬਰ ਪੜ੍ਹੀ ਸੀ ਮੈਂ, ਹਿੰਦੀ ਦੇ ਸਬਜੈਕਟ ਦੇ ਵਿੱਚ ਇੰਡੀਆ ਦੇ ਵਿੱਚ ਇੱਕ ਲੇਖ ਆ ਗਿਆ ਬਾਲ ਨਰਿੰਦਰ, ਤੁਹਾਨੂੰ ਪਤਾ ਗੱਲ ਦਾ? ਨਹੀਂ ਜੀ। ਇੱਕ ਨਾ ਲੇਖ ਆ ਗਿਆ ਬਾਲ ਨਰਿੰਦਰ, ਉਹਦੇ ਵਿੱਚ ਨਾ ਨਰਿੰਦਰ ਮੋਦੀ ਨੂੰ ਇੱਕ ਹੀਰੋ ਬਣਾ ਕੇ ਵੀ ਬਾਲ ਦਿੱਤੀ ਮਗਰਮੱਛਾਂ ਦੇ ਵਿੱਚ, ਤੇ ਹੋਰ ਕੋਈ ਨੀ ਗਿਆ ਨਰਿੰਦਰ ਗਿਆ ਜਾ ਕੇ ਲੈ ਕੇ ਆਇਆ। ਹੁਣ ਉਹ ਜੋ ਜਵਾਕਾਂ ਨੇ ਜੋ ਪੜ੍ਹਨਾ ਛੋੜੇ ਹੁੰਦਿਆਂ ਨੇ, ਠੀਕ ਨੀ, ਵੀ ਐ ਨਰਿੰਦਰ ਮੋਦੀ ਐ ਸੀ ਸਾਡਾ ਐ, ਉਹ ਚੀਜ਼ਾਂ ਲੈਣ ਦੇ ਵਿੱਚ ਬਹਿ ਜਾਂਦੀਆਂ ਨੇ, ਹਾਂਜੀ, ਉਹ ਕੱਢਣੀ ਔਖੀ ਹੋ ਜਾਏ। ਫਿਰ ਉਹੀ ਗੱਲ ਵੀ ਕਿਤੇ ਨਾ ਕਿਤੇ ਜੇ ਆਪਾਂ ਨੂੰ ਉਹ ਚੀਜ਼ਾਂ ਪੜ੍ਹਾਈ ਜਾ ਰਹੀਆਂ ਤਾਂ ਐ ਜੇ ਜਿਵੇਂ ਤੁਹਾਡਾ ਰੇਡੀਓ ਆ ਜਾਂ ਤੁਹਾਡਾ ਵੀ ਹੋਰ ਵੀ ਕੋਈ ਸ਼ਬਦ ਹੋਵੇ ਚੰਗੀ ਚੀਜ਼ ਆ। ਤੇ ਮੈਂ ਰੀਅਲੀ ਦਿਲੋਂ ਐਪਰੀਸ਼ੀਏਟ ਕਰਦਾ, ਮੈਂ ਤਾਂ ਨਹੀਂ ਮੈਂ ਅੱਜ ਤੱਕ ਕਿਸੇ ਰੇਡੀਓ ਤੇ ਫੋਨ ਨਹੀਂ ਲਾਇਆ, ਦਿਲੋਂ ਮੈਂ ਬਹੁਤ ਚੰਗਾ ਲੱਗਦਾ ਮੈਨੂੰ ਸੁਣਨਾ। ਥੈਂਕ ਯੂ ਵੈਰੀ ਮੱਚ ਜੀ। ਹਾਂਜੀ, ਬਸ ਇੰਨਾ ਹੀ ਕਹਿਣਾ ਸੀ, ਬਾਕੀ ਲੱਗੇ ਰਹੋ, ਮੈਂ ਫਿਰ ਵੀ ਇਨ ਟੱਚ ਰਿਹਾ ਕਰੂੰਗਾ, ਕਦੇ ਕਦੇ ਫੋਨ ਕਰ ਲਿਆ ਕਰੂੰ ਜਦੋਂ ਮੈਂ ਟਾਈਮ ਲੱਗੂ ਜੀ। ਧੰਨਵਾਦ ਜੀ, ਕੋਈ ਗੱਲ ਨੀ, ਚੱਲਦੇ ਪ੍ਰੋਗਰਾਮ ਚ ਕਦੇ ਵੀ ਕਰ ਸਕਦੇ। ਜੀਰੋ 108 ਦੇ ਉੱਤੇ ਤੁਹਾਡਾ ਸਵਾਗਤ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਦੋ ਪੁਆਇੰਟ ਤੇ ਗੱਲ ਕਰਨੀ ਤੁਹਾਡੇ ਨਾਲ। ਹਾਂਜੀ, ਇੱਕ ਤੁਸੀਂ ਨਾ ਡਿਸਕਸ਼ਨ ਦੇ ਵਿੱਚ ਦੱਸ ਰਹੇ ਸੀਗੇ ਵੀ ਜਿਹਦਾ ਜਿੱਦਾਂ ਕੋਈ ਐਵੇਂ ਕਿਸੇ ਕਹਾਣੀਆਂ ਚੱਲਦੀ ਗਈਆਂ ਤੇ ਗੁਰਦੁਆਰੇ ਬਣਦੇ ਗਏ, ਮਤਲਬ ਲੋਕਾਂ ਨੇ ਗੁਰਦੁਆਰੇ ਬਣਾ ਕੇ ਉੱਥੇ ਫਿਰ ਕਹਿਤਾ ਜੀ ਲੋਕਾਂ ਦੇ ਤਰਕ ਸੀਗੇ ਜੀ ਕਿ ਦੇਖੋ ਉੱਥੇ ਗੁਰਦੁਆਰਾ ਨੀ ਬਣਿਆ ਹੋਇਆ, ਕਿ ਜਿਸ ਤਰ੍ਹਾਂ ਗੱਲ ਚੱਲ ਰਹੀ ਸੀ ਨਾ ਤੁਹਾਡੀ ਹੁਣੇ ਥੋੜੀ ਦੇਰ ਪਹਿਲਾਂ। ਅੱਛਾ, ਮੈਂ ਤੁਹਾਨੂੰ ਇੱਕ ਮੈਂ ਐਕਚੁਲੀ ਬੋਰਨ ਐਂਡ ਬਰੋਟ ਅਪ ਦਿੱਲੀ ਤੋਂ ਹਾਂ, ਤੇ ਦਿੱਲੀ ਤਿਲਕ ਨਗਰ ਇੱਕ ਬੜੀ ਮਸ਼ਹੂਰ ਜਗ੍ਹਾ ਹੈਗੀ, ਉਹਦੇ ਬਿਲਕੁਲ ਨਾਲ ਨਾ ਇੱਕ ਜਗ੍ਹਾ ਹੈਗੀ ਹੈ ਫਤਿਹ ਨਗਰ, ਬਿਲਕੁਲ ਨਾਲ, ਜਿੱਦਾਂ ਕਹਿ ਲਓ ਜਿਸ ਸਟੇਟ ਟਾਊਨ ਹੈ ਨਾ, ਤੇ ਮਤਲਬ ਵਿਦ ਇਨ ਦਾ ਉਸੇ ਕਰੈਕਟ ਉਸੇ ਉਹਦੇ ਵਿੱਚ ਹੀ ਆ ਜਾਂਦਾ ਸਰਾਊਂਡਿੰਗ ਦੇ ਵਿੱਚ ਹੀ। ਉੱਥੇ ਇੱਕ ਬੰਦੇ ਨੇ, ਤੇ ਮੈਂ ਜਦੋਂ ਇੰਡੀਆ ਸੀ 96 ਚ ਇੱਥੇ ਆਇਆ ਸੀ ਜੀ ਇੰਗਲੈਂਡ ਚ, ਤੇ ਮੈਂ ਉਸ ਤੋਂ ਪਹਿਲਾਂ ਦੀ ਗੱਲਾਂ ਕਰਾਂ, ਔਰ ਜਦ ਬਲਕਿ ਚੰਗੀ ਹੋਸ਼ ਬਸ ਮੈਂ ਤਕਰੀਬਨ 18-20 ਸਾਲ ਦਾ ਹੋਊਗਾ ਉਹਨਾਂ ਦਿਨਾਂ ਦੀ ਗੱਲਾਂ ਕਰ ਰਿਹਾ ਮੈਂ। ਸੋ ਅਬਾਰ 78 ਦੇ ਆਸ ਪਾਸ 80 ਦੀ ਗੱਲਾਂ ਕਰ ਰਿਹਾ, ਤੇ ਉਦੋਂ ਵੀ ਉਹ ਬੰਦੇ ਨੇ ਇੱਕ ਨੂੰ ਸੁਪਨਾ ਆਇਆ ਕਿ ਮੈਨੂੰ ਛੋਟੇ ਸਾਹਿਬਜ਼ਾਦਿਆਂ ਨੇ ਦਰਸ਼ਨ ਦਿੱਤੇ ਨੇ, ਤੇ ਇੱਥੇ ਨਾ ਉਹ ਕਹਿੰਦੇ ਵੀ ਇੱਥੇ ਮੇਰੇ ਨਾਮ ਦੀ ਜਗ੍ਹਾ ਬਣਾਓ, ਤੇ ਉਹ ਬੰਦੇ ਨੇ ਰੋਲਾ ਪਾਤਾ ਸਾਰੇ ਪਾਸੇ ਦੱਸਿਆ ਆਪਣਾ ਸੁਪਨਾ, ਤੇ ਉਹਨੇ ਆਪਣਾ ਘਰ ਨਾ ਜਿਹੜਾ ਸੀਗਾ ਉਹਨੂੰ ਇੱਕ ਕਿਸਮ ਦਾ ਗੁਰਦੁਆਰਾ ਬਣਾ ਲਿਆ, ਤੇ ਉਹ ਗੁਰਦੁਆਰਾ ਬਣਾ ਲਿਆ, ਤੇ ਲੋਕਾਂ ਨੂੰ ਜਦੋਂ ਸਪਰੈਡ ਹੋਈ ਰਿਊਮਰ ਤੇ ਲੋਕੀ ਆਉਣ ਲੱਗ ਪਏ ਬੜੇ, ਉਸ ਉਹਨੇ ਨਾਲ ਇਹ ਵੀ ਕਹਾਣੀ ਦੱਸਤੀ ਜਿਹੜਾ ਐਵਰੀ ਟਿਊਜ਼ਡੇ ਇੱਥੇ ਆਏਗਾ ਉਹਦੀਆਂ ਮਨੋਕਾਮਨਾ ਪੂਰਨ ਹੋਣਗੀਆਂ, ਅਗਰ 100 ਬੰਦੇ ਜਾਂਦੇ ਨੇ ਉਹਨਾਂ ਚ 50 ਵੀ ਕਦੇ ਹੋ ਹੀ ਜਾਂਦੀਆਂ ਨੇ ਨਾ, ਤੇ ਕਰਦੇ 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 ਸਲੋਲੀ ਡਿਵੈਲਪ ਹੁੰਦੇ ਹੁੰਦੇ ਉਹਨੇ ਆਸ ਪਾਸ ਦੇ ਵੀ ਘਰ ਲੈ ਲਏ ਬੰਦੇ ਨੇ, ਚੜਾਵਾ ਚੰਗਾ ਆਉਣ ਲੱਗ ਪਿਆ ਕਰਕੇ ਜੀ ਉਹਨੇ ਏਕੜ ਦੇ ਵਿੱਚੋਂ ਨਾ ਉਹ ਜਗ੍ਹਾ ਮਤਲਬ ਕਰ ਲਈ ਕਲੇਮ, ਕਿਸੇ ਨੇ ਖਰੀਦ ਲਈ ਜਾਂ ਲੈ ਲਈ ਜਾਂ ਕਿੱਦਾਂ ਕੀਤਾ। ਅੱਜ ਉੱਥੇ ਤੁਸੀਂ ਯਕੀਨ ਨੀ ਮੰਨਣਾ, ਬੰਗਲਾ ਸਾਹਿਬ ਦੀ ਟੱਕਰ ਦਾ ਗੁਰਦੁਆਰਾ ਬਣਿਆ ਹੋਇਆ, ਔਰ ਤਕਰੀਬਨ ਨਹੀਂ ਰਸ਼ ਹੈ, ਔਰ ਹੁਣ ਅੱਜ ਮੈਂ ਰੀਸੈਂਟਲੀ ਇੰਡੀਆ ਗਿਆ ਸੀਗਾ ਤੇ ਮੈਨੂੰ ਕਿਸੇ ਨੇ ਇਹ ਦੱਸਿਆ ਕਿ ਇੱਥੇ ਨਾ ਇਤਿਹਾਸਿਕ ਗੁਰਦੁਆਰਾ ਹੈਗਾ ਛੋਟੇ ਸਾਹਿਬਜ਼ਾਦਿਆਂ ਦਾ,
ਔਰ ਛੋਟੇ ਸਾਹਿਬਜ਼ਾਦੇ ਮੈਨੂੰ ਲੱਗਦਾ ਨੀ ਦਿੱਲੀ ਆਏ ਨੇ ਤੇ ਉਹ ਮਤਲਬ ਇੱਕ ਬੰਦੇ ਦੇ ਸੁਪਨੇ ਤੇ ਉਹ ਇਤਿਹਾਸਿਕ ਗੁਰਦੁਆਰਾ ਬਣ ਗਿਆ। ਬਸ ਜੀ ਬਸ ਏਦਾਂ ਦੀ ਤਾਂ ਪਤਾ ਨੀ ਕਿੰਨੇ ਖੋਏ ਵਾ ਥਾਂ ਥਾਂ ਦੇ ਉੱਤੇ ਗੇਮਾਂ ਖੇਡਦੇ। ਉਹਦਾ ਉੱਥੇ ਨਾ ਤੁਸੀਂ ਕਦੀ ਟਿਊਜ਼ਡੇ ਚਲੇ ਜਾਓ ਨਾ ਭਾਜੀ, ਕਿਲੋਮੀਟਰ ਦੇ ਹਿਸਾਬ ਨਾਲ ਲਾਈਨ ਹੁੰਦੀ ਹੈ ਬਾਹਰ ਔਰ ਬਾਹਰ ਦੁਕਾਨਾਂ ਲੱਗੀਆਂ ਇੱਕ ਚੰਗੀ ਤਗੜੀ ਮਤਲਬ ਜਿੱਦਾਂ ਰੌਣਕ ਮੇਲਾ ਐਂਡ ਦਿਸ ਐਂਡ ਦੈਟ ਐਂਡ ਉਹ ਬੜਾ ਹੁਣ ਕਾਫੀ ਵੱਡੀ ਇਮਾਰਤ ਜਿੱਦਾਂ ਨਾ ਬਣ ਗਈ ਉਹ ਗੁਰਦੁਆਰੇ ਦੀ ਸ਼ਕਲ ਦੀ ਗੁੰਬਦ ਵਗੈਰਾ ਬਣਾ ਬਣੋ ਕੇ ਤੇ ਉੱਥੇ ਮਤਲਬ ਤਿਲਕ ਨਗਰ ਬੜੀ ਮਸ਼ਹੂਰ ਜਗ੍ਹਾ ਦਿੱਲੀ ਚ, ਉਹਦੇ ਨਾਲ ਹੀ ਬਿਲਕੁਲ ਹਾਫ ਏ ਮਾਈਲ ਤੇ ਹੈ ਤਿਲਕ ਨਗਰ ਤੋਂ। ਗੱਲ ਕਰਨਾ ਚਾਹੁੰਦਾ ਸੀ ਭਾਜੀ, ਇਹ ਹੁਣੇ ਗਿਆਨੀ ਜੀ ਕਹਿ ਕੇ ਗਏ ਨਾ ਕਿ ਸੋਨੀ ਮੇਵਾਲ ਦਾ ਕਿੱਸਾ ਉਹਦੇ ਚ ਦਰਜ ਹੈ, ਜਦਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਟਾਈਮ ਸੋਨੀ ਮੇਵਾਲ ਹੋਏ ਨੀ, ਪਤਾ ਨੀ ਤੁਸੀਂ ਉਦੋਂ ਸੁਣਿਆ ਸੀ ਜਾਂ ਤੁਸੀਂ ਸ਼ਾਇਦ ਬਾਹਰ ਚਲੇ ਗਏ ਸੀ। ਮੈਨੂੰ ਬਾਹਰ ਜਾਣਾ ਪੈ ਗਿਆ ਸੀ। ਹਾਂ ਤੇ ਉਹਨਾਂ ਗਿਆਨੀ ਜੀ ਨੇ ਦੱਸਿਆ ਸੀਗਾ ਕਿ ਸੋਨੀ ਮੇਵਾਲ ਦਾ ਕਿੱਸਾ ਉਹਦੇ ਚ ਦਸਮ ਗ੍ਰੰਥ ਚ ਦਰਜ ਹੈ, ਜਦਕਿ ਸੋਨੀ ਮੇਵਾਲ 24 ਸਾਲ ਬਾਅਦ ਮੇਵਾਲ 1732 ਚ ਉਹਦੀ ਡੈਥ ਦਿਖਾਈ ਗਈ ਆ। ਕੀ ਤੁਹਾਨੂੰ ਨਹੀਂ ਇਹ ਲੱਗਦਾ ਅਗਰ ਤੁਸੀਂ ਕਿਸੇ ਟਕਸਾਲੀ ਨਾਲ ਗੱਲ ਕਰੋ ਤੇ ਉਹਨੇ ਇਹਨੂੰ ਨਕਾਰਨ ਦੇ ਇਲਾਵਾ ਉਹਨੇ ਇਹ ਕਹਿਣਾ ਤੁਹਾਨੂੰ ਦੇਖਿਆ ਗੁਰੂ ਸਾਹਿਬ ਤੇ ਆਉਣ ਵਾਲੀਆਂ ਗੱਲਾਂ ਵੀ ਉਸ ਚ ਲਿਖ ਕੇ, ਕੋਈ ਸ਼ੱਕ ਨੀ ਜੀ ਕੋਈ ਸ਼ੱਕ, ਮਤਲਬ ਕਹਿਣ ਦਾ ਮਕਸਦ ਮਤਲਬ ਏਡਾ ਵੱਡਾ ਝੂਠ ਫੜੇ ਜਾਣ ਤੋਂ ਬਾਅਦ ਵੀ ਇਹਨਾਂ ਨੇ ਜਸਟੀਫਾਈ ਕਰਨਾ। ਨਹੀਂ ਨਹੀਂ ਉਹ ਜੀ ਉਹਦੇ ਤੇ ਨੀ ਅਧਾਰਤ ਹੈਗੇ, ਉਹ ਆਪਣਾ ਜੋ ਮਨੌਤ ਬਣੀਓ ਆ ਉਹਨੂੰ ਮੰਨਣ ਦੇ ਉੱਤੇ ਬਸ ਉਹਨੂੰ ਦ੍ਰਿੜ ਕਰਕੇ ਰੱਖਣਾ ਆ, ਹੋਰ ਨੀ ਕੁਛ। ਮਤਲਬ ਯਕੀਨ ਨੀ ਹੁੰਦਾ ਇਹ ਕੋਲਾਂ ਦੀ ਸਟੋਰੀ ਸੁਣ ਕੇ ਵੀ, ਮੈਂ ਆਪਣੇ ਆਪਣੀ ਬੱਚੀ ਨੂੰ ਕੀ ਸਮਝਾਵਾਂਗਾ। ਬਸ ਨਕਾਰਨਾ ਪੈਣਾ ਜੀ ਉਹਨਾਂ ਦੇ ਵਿੱਚੋਂ ਨੀ, ਸਭ ਤੋਂ ਬੱਚਿਆਂ ਨੂੰ ਸਮਝਾ ਹੋਣਾ, ਬੱਚਿਆਂ ਨੂੰ ਇਹਨਾਂ ਸਿਸਟਮ ਦੇ ਵਿੱਚੋਂ ਬਾਹਰਲੇ ਮੁਲਕਾਂ ਦੇ ਜਿੱਦਾਂ ਦਾ ਹੈਗਾ ਆ ਉੱਥੇ ਪੜ੍ਹਨ ਦਈਏ ਸਮਝਣ ਦਈਏ, ਬਸ ਇੰਨਾ ਬਹੁਤ ਆ। ਬਾਕੀ ਇਹਨਾਂ ਕਹਾਣੀਆਂ ਵਿੱਚੋਂ ਜਿਹੜਾ ਸਾਡਾ ਦਿੱਤਾ ਹੋਇਆ ਉਹਦੇ ਵਿੱਚੋਂ ਨੀ ਕੁਛ ਵੀ ਆਉਣਾ, ਉਹਨਾਂ ਦੇ ਪੱਲੇ ਨੀ ਪੈਣਾ, ਕੁਛ ਨੀ ਲੱਭਣਾ, ਕੁਛ ਨੀ ਲੱਭਣਾ। ਔਰ ਇਹੀ ਵਜ੍ਹਾ ਹੈ ਮੇਰਾ ਬੇਟਾ ਭਾਜੀ 20 ਸਾਲ ਦਾ ਹੈਗਾ, ਯੂਨੀਵਰਸਿਟੀ ਚ ਪੜ੍ਹ ਰਿਹਾ, ਉਹਨੂੰ ਮੈਂ ਇੱਕ ਦਿਨ ਉਹਦੀ ਮਾਂ ਨਾਲ ਮਜ਼ਾਕ, ਪਤਾ ਨੀ ਉਹਨੇ ਮਜ਼ਾਕ ਚ ਕਿਹਾ ਜਾਂ ਉਹਨੇ ਸੀਰੀਅਸਲੀ ਕਿਹਾ, ਉਹਦੀ ਮਾਂ ਨੂੰ ਉਹ ਕਹਿੰਦੀ ਬੇਟਾ ਤੇਰੇ ਇਗਜ਼ਾਮ ਆ ਰਹੇ ਨੇ ਤੇ ਬਾਬਾ ਜੀ ਅੱਗੇ ਮੱਥਾ ਟੇਕ ਕੇ ਜਾਇਆ ਕਰ। ਕਹਿੰਦਾ ਵਾਏ ਵਾਏ, ਮੈਂ ਬਾਬਾ ਜੀ ਮੂਹਰੇ ਮੱਥਾ ਕਿਉਂ ਟੇਕਾ, ਮੈਂ ਇਨਫ ਪੜ੍ਹਾਈ ਕੀਤੀ, ਮੈਨੂੰ ਪਤਾ ਮੈਂ ਕੈਪੇਬਲ ਹਾਂ, ਮੈਂ ਇਗਜ਼ਾਮ ਦੇਣ ਦੇ, ਚੱਲ ਮੈਂ ਮੈਨੂੰ ਤੁਸੀਂ ਇੱਦਾਂ ਨਾ ਕਿਆ ਕਰੋ, ਮੈਂ ਐਥੀਸਟ ਹੈਗਾ। ਮਤਲਬ ਉਹਨੇ ਭਾਵੇਂ ਮਜ਼ਾਕ ਚ ਕਿਹਾ ਜਾਂ ਸੀਰੀਅਸਲੀ ਕਿਹਾ ਜਾਂ ਉਹਦੇ ਦਿਲ ਚ ਕੋਈ ਗੱਲ ਆਈ ਹੈ ਕੀ ਨਹੀਂ ਆਈ, ਬਟ ਉਸ ਬੱਚੇ ਨੇ ਆਪਣੀ ਮੇਰੀ ਮੈਨੂੰ ਤੇ ਨੀ, ਮੇਰੇ ਤੋਂ ਥੋੜਾ ਜਿਹਾ ਡਰਦਾ ਤੇ ਮੈਨੂੰ ਨੀ ਉਹਨੇ ਇੱਦਾਂ ਗੱਲ ਕੀਤੀ, ਉਹਦੀ ਮੰਮ ਦੱਸਦੀ ਸੀ ਮੈਨੂੰ। ਉਹ ਮਤਲਬ ਉਹ ਜ਼ਾਹਿਰ ਸੀ ਗੱਲ, ਜਦੋਂ ਉਸ ਬੱਚੇ ਨੂੰ ਅਸੀਂ ਐਵੇਂ ਦੀ ਸਾਖੀਆਂ ਕਹਾਣੀਆਂ ਸੁਣਾਵਾਂਗੇ ਤੇ ਆਈ ਮੀਨ ਉਹ ਕੀ ਪ੍ਰੈਕਟੀਕਲ ਗੱਲਾਂ ਚ ਬਿਲੀਵ ਕਰੇ ਉਹ ਤਿਆਰ ਕਰਨਾ ਚਾਹੀਦਾ, ਰਾਦਰ ਦੈਨ ਕਿਸੇ ਕਹਾਣੀਆਂ ਝੂਠੀਆਂ ਮਨ ਘੜਤ ਗੱਲਾਂ। ਨਹੀਂ ਨਹੀਂ ਕੋਈ ਨੀ ਹੋਊਗਾ ਜੀ, ਹੌਲੀ ਹੌਲੀ ਹੁਣ ਜੇ ਗੱਲ ਚੱਲੀ ਆ ਤਾਂ ਏਦਾਂ ਇਕਦਮ ਤਾਂ ਹੋ ਨੀ ਜਾਣਾ, ਕੁਛ ਸਾਨੂੰ ਕਰਨਾ ਪਊਗਾ ਪਹਿਲਾਂ, ਕੋਈ ਸੰਸਥਾ ਖੜੀ ਕਰਾਂਗੇ, ਗੁਰਦੁਆਰੇ ਖੁੱਲਣਗੇ, ਇੱਦਾਂ ਕੁਛ ਵੱਖਰੀ ਮਰਿਆਦਾ ਦੀ ਗੱਲ ਪਤਾ ਨਹੀਂ ਕਿੱਧਰ ਨੂੰ ਚੱਲਣੀ ਆ ਗੱਲ, ਜਿੱਦਾਂ ਦੀ ਹੋਊਗੀ ਫਿਰ ਤਾਂ ਪਲੇਟਫਾਰਮ ਬਣੂਗਾ, ਫਿਰ ਇਹ ਲੋਕ ਖੜਨਗੇ ਨਾ, ਇੱਦਾਂ ਆਪਣੇ ਆਪ ਨਹੀਂ ਹੋਣਾ। ਹਾਂਜੀ ਸਾਡੇ ਨਾਲ ਸਰੋਤੇ ਆ ਜੀ ਇੱਕ, ਹਾਂਜੀ ਸਵਾਗਤ ਹੈ ਜੀ ਤੁਹਾਡਾ ਇੰਗਲੈਂਡ ਤੋਂ। ਸਤਿ ਸ੍ਰੀ ਅਕਾਲ ਜੀ ਭਾਜੀ, ਮੈਂ ਇੰਗਲੈਂਡ ਤੋਂ ਬੋਲਦਾ, ਜਿੱਦਾਂ ਗ੍ਰੇਵਲੈਂਡ ਤੋਂ ਲੰਡਨ ਦੇ ਕੋਲ ਹੀ ਹੈ ਜੀ। ਹਾਂਜੀ ਤੇ ਜਿੱਦਾਂ ਆਪਾਂ ਤੁਹਾਡਾ ਪ੍ਰੋਗਰਾਮ ਸੁਣ ਭਾਈ, ਜਿੱਦਾਂ ਮੈਂ ਮਹੀਨਾ ਕੁ ਪਹਿਲੇ ਸੁਣ ਲੱਗਾ, ਜਿੱਦਾਂ ਯੂਟਿਊਬ ਤੇ ਲੱਭੀ ਸੀ ਨਾ ਵੀਡੀਓ ਨਾ ਤੁਹਾਡੀ। ਹਾਂਜੀ ਤੇ ਜਿੱਦਾਂ ਮੈਂ ਸੁਣਨਾ ਸ਼ੁਰੂ ਕੀਤਾ ਤੇ ਜਿੱਦਾਂ ਚਲੋ ਵਧੀਆ ਲੱਗਿਆ ਨਾ ਮੈਨੂੰ, ਨਾ ਕੋਈ ਮਾੜੀ ਗੱਲ ਤੇ ਲੱਗੀ ਨੀ ਉਹਦੇ ਚ ਭਾਈ। ਮੈਂ ਇੱਕ ਦਿਨ ਇੱਕ ਤੁਹਾਡੀ ਜੋ ਸੁਣੀ ਜਿਹਦੇ ਚ ਭਾਈ ਰਣਜੀਤ ਸਿੰਘ ਨੂੰ ਇਹਨਾਂ ਨੇ ਕਿਹਾ ਵੀ ਟਕਸਾਲੀਆਂ ਨੇ ਵੀ ਤੁਹਾਡੇ 6 ਗੋਲੀਆਂ ਮਾਰਨੀਆਂ ਵੱਖੀ ਚ। ਹਾਂਜੀ ਤੇ ਭਾਜੀ ਜੇ ਬਾਬਾ ਜੀ ਨੇ ਕੋਈ ਚੰਗਾ ਕੰਮ ਨੀ ਕੀਤਾ ਤੇ ਕੋਈ ਮਾੜਾ ਵੀ ਨੀ ਕੀਤਾ ਹਨਾ, ਜੇ ਇਹਨਾਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ। ਬਾਕੀ ਇਹ ਲੋਕ ਕਹਿੰਦੇ ਵੀ ਤੁਹਾਡੀ ਵੱਖੀ ਚ ਗੋਲੀਆਂ ਮਾਰਨੀਆਂ, ਬੰਦਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਜਿਨ੍ਹਾਂ ਨੇ ਪਹਿਲੋਂ ਬੇਅਦਬੀ ਕੀਤੀ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਸਰਸੇ ਵਾਲਾ,
ਕਾਰਗੁਜ਼ਾਰੀ ਜਿਹੜੇ ਆ ਉਹ ਖੜੇ ਹੁੰਦੇ ਆ ਜੀ। ਤੇ ਬਾਕੀ ਭਾਜੀ ਗਾਂਧੀ ਦੇ ਜਿੱਦਾਂ ਤਿੰਨ ਸੀ ਜਿਨ੍ਹਾਂ ਦਾ ਨਾਂ ਨੀ ਲਈਦਾ, ਗਾਂਧੀ ਦੇ ਤਿੰਨ ਰੱਖੇ ਸੀ, ਇਹ ਹੋਏ ਉਧਰ ਉਹ ਜਿਹੜੇ ਜਥੇਦਾਰ ਬਣੇ ਇਹ ਸਾਰੇ ਬਾਦਲ ਦੇ ਆ, ਤੁਹਾਨੂੰ ਵੀ ਪਤਾ ਆ ਹਨਾ, ਇਹ ਸਾਰੇ ਬਾਦਲ ਦੇ। ਤੇ ਬਾਦਲ ਹੈਗਾ ਆ ਆਰ ਐਸ ਐਸ ਵਾਲਾ ਨੇ, ਉਹ ਮੋਦੀ ਦਾ ਚਮਚਾ। ਤੁਹਾਡੇ ਸਵੇਰਾ ਆਇਆ ਨਾ ਤੁਹਾਡੇ? ਹਾਂਜੀ ਭਾਜੀ, ਮੈਂ ਜਦੋਂ ਰਾਤ ਦੇ ਤੁਹਾਡਾ ਪ੍ਰੋਗਰਾਮ ਸੁਣਦੇ ਮੈਂ ਸਵੇਰੇ ਕੰਮ ਤੇ ਨੀ ਜਾਣਾ ਤਾਂ ਕਰਕੇ ਜਾਗਦੇ ਸੀ। ਹਾਂ ਨਹੀਂ ਨਹੀਂ, ਤੁਹਾਡੇ ਤੜਕਾ ਆਇਆ ਨਾ ਹੁਣ ਤਾਂ ਸਵੇਰੇ ਸਵੇਰੇ ਕਹਿੰਦੇ ਹੁੰਦੇ ਨਾਂ ਨੀ ਲੈਣਾ, ਅਸੀਂ ਤਾਂ ਲੈ ਸਕਦੇ ਸ਼ਾਮ ਨੂੰ। ਹਾਂਜੀ ਤਾਂ ਸਵੇਰੇ ਮੈਂ ਸਰੋਤਿਆਂ ਨੂੰ ਦੱਸਦੇ ਹਾਂ ਬਾਂਦਰ ਕਹਿੰਦੇ, ਸਵੇਰੇ ਕਹਿੰਦੇ ਹੁੰਦੇ ਬਾਂਦਰ ਦਾ ਨਾਂ ਨੀ, ਤੁਹਾਡੇ ਹਾਲ ਵੀ ਹੈਗਾ ਇੱਦਾਂ? ਸਾਡੀ ਤਾਂ ਸੀ ਬਾਦਲ ਦੇ ਰੱਖੇ ਹੋਏ ਆ ਭਾਜੀ। ਤੇ ਦੂਜਾ ਭਾਜੀ ਮੈਂ ਕਹਿਣਾ ਚਾਹੁੰਦਾ, ਇੱਕ ਦਿਨ ਪਰਸੋਂ ਤੁਸੀਂ ਤੁਹਾਡਾ ਪ੍ਰੋਗਰਾਮ ਆ ਰਿਹਾ ਸੀ ਜਿਹਦੇ ਚੋ ਜੱਪੀ ਜੱਪੀ ਨੇ ਤੁਹਾਨੂੰ ਕੋਈ ਫੋਨ ਲਾਇਆ। ਹਾਂਜੀ ਉਹ ਕਲਿੱਪ ਤੁਸੀਂ ਸੁਣਿਆ ਹੋਣਾ। ਹਾਂਜੀ ਪੁਰਾਣਾ, ਹਾਂਜੀ ਕਲਿੱਪ ਪੁਰਾਣਾ। ਹਾਂਜੀ ਮੈਂ ਵੀ ਜਿੱਦਾਂ ਅਮਰੀਕਾ ਭਾਜੀ ਟਰੱਕ ਚਲਾਇਆ ਮੈਂ ਰਿਹਾ ਉੱਥੇ ਫਾਲਕ। ਹਾਂਜੀ ਇਹ ਬੰਦਾ ਮੇਰੇ ਨਾਲ ਫੇਸਬੁੱਕ ਤੇ ਵੀ ਐਡ ਆ, ਪਹਿਲਾਂ ਮੈਨੂੰ ਬੜਾ ਚੰਗਾ ਲੱਗਦਾ ਸੀ ਹਨਾ, ਬੜੀਆਂ ਖਾਲਸਤਾਨ ਵਾਲੀਆਂ ਗੱਲਾਂ ਕਰਦਾ ਇਹ। ਹਾਂਜੀ ਇਹਨਾਂ ਨੇ ਭਾਜੀ ਪਿੱਛੇ ਜੋ ਵਿਚਾਰਾ ਜੋਗਾ ਸਿੰਘ ਇੱਕ ਖਾਲਿਸਤਾਨੀ ਮਹਾਤੜ ਜਿਹਾ ਬੰਦਾ ਇੰਡੀਆ ਚ ਮਰਵਾਤਾ, ਇਹਨਾਂ ਨੇ ਪੰਪ ਪੁੰਪ ਦੇ ਕੇ ਕਈ ਹੋਏ ਭਰਾਵੋ ਗਰਾਈਆਂ ਕਰਦੇ ਆ। ਤੇ ਭਾਜੀ ਇਹਨਾਂ ਨੇ ਪਤਾ ਨੀ ਹੁਣ ਉਹਨੂੰ ਕਿਤੇ $100 ਪਤਾ ਨੀ ਪਾਉਂਦੇ ਵੀ ਆ ਕਿ ਨਹੀਂ, ਪਰ ਹੁਣ ਇਹਨਾਂ ਨੇ ਕਦੀ ਉਹ ਵਿਚਾਰੇ ਦੀ ਗੱਲ ਨੀ ਕੀਤੀ। ਆਹੋ ਸ਼ਹੀਦ ਬਣਾ ਕੇ ਉਹਨੂੰ ਬਾਰਾਂ ਬੂਰਾਂ ਗਵਾ ਕੇ ਢਾਡੀਆਂ ਦੀਆਂ ਦੋ ਚਾਰ ਵਾਰੀ ਵੀਡੀਓ ਕੱਢ ਕੇ ਏਦਾਂ। ਹਾਂਜੀ ਹੁਣ ਪਿੱਛੇ ਜੇ ਆਪਣੇ ਘਰ ਦੀ ਵੀਡੀਓ ਪਾਉਂਦਾ ਸੀ ਇਹ ਜੀ, ਮੈਂ ਛੋਟਾ ਜਿਹਾ ਗਰੀਬ ਖਾਨਾ ਲਿਆ, ਏਡਾ ਤਗੜਾ ਇਸ ਬੰਦੇ ਨੇ ਘਰ ਬਣਾਇਆ, ਉਹ ਭਾਜੀ ਟਰੱਕ ਦੀ ਕਮਾਈ ਤੋਂ ਬਣ ਨਹੀਂ ਸਕਦਾ। ਨਹੀਂ ਨਹੀਂ ਉਹ ਜਿੱਦਾਂ ਚਲੋ ਜੇ ਬਣਾਉਂਦੇ ਵੀ ਹੋਣਗੇ, ਗੱਲ ਤਾਂ ਇਹ ਆ ਭਾਈ ਇਹ ਜਿਹੜੀ ਨਾ ਗੱਲ ਕਰਦੇ ਜੋਗਾ ਸਿੰਘ ਵਾਲੀ, ਉਹਨਾਂ ਵਿੱਚੋਂ ਇੱਕ ਚੀਜ਼ ਦਾ ਖਿਆਲ ਰੱਖਿਓ, ਹੁਣ ਗਾਹਾਂ ਤੋਂ ਗਾਹਾਂ ਉਹ ਲੋਕ ਵੀ ਘੱਟ ਰਹੇ ਆ ਜਿਹੜੇ ਇਹਨਾਂ ਦੇ ਮਗਰ ਲੱਗ ਰਹੇ ਆ। ਹਾਂਜੀ ਭਾਜੀ ਉਹ ਵਿਚਾਰੇ ਵੇਲੇ ਉਹਦੇ ਨਿਆਣੇ ਆ, ਉਹਨਾਂ ਨੂੰ ਇਹਨਾਂ ਪੂਰਾ ਪੰਪ ਦੇ ਕੇ ਨਾ, ਪੂਰਾ ਪੰਪ ਦੇ ਕੇ ਵਿਚਾਰੇ ਦਾ ਪਤਾ ਨੀ ਕਿੱਧਰ ਗਿਆ ਕਿੱਧਰ ਨਹੀਂ ਹੈ। ਨਹੀਂ ਉਹ ਵੀ ਪੰਪ ਚ, ਪੰਪ ਚ ਆਉਣਾ ਵੀ ਤਾਂ ਵੀਰਾ ਹੁਣ ਦੇਖ, ਜੇ ਤੁਸੀਂ ਮੰਨ ਲਓ ਟਰੱਕ ਚਲਾਉਂਦੇ ਆ, ਜੇ ਮੈਂ ਇੱਥੋਂ ਫੋਨ ਕਰਕੇ ਕਹਾਂ ਵੀ ਤੂੰ ਪ੍ਰਵਾਹ ਨਾ ਕਰ, ਤੂੰ 200 ਦੀ ਚਲਾਈ ਚੱਲ 200 ਦੀ, ਹੁਣ ਤੁਹਾਨੂੰ ਕੈਨੇਡਾ ਇੰਗਲੈਂਡ ਅਮਰੀਕਾ ਨਿਊਜ਼ੀਲੈਂਡ ਇਹਨਾਂ ਮੁਲਕਾਂ 'ਚ ਬੈਠਿਆਂ ਨੂੰ, ਸਾਨੂੰ ਸਾਰਿਆਂ ਨੂੰ ਪਤਾ ਵੀ ਕਾਨੂੰਨ ਦੇ ਕੌਨਸੀਕੁਐਂਸਿਸ ਕੀ ਆ। ਇੰਡੀਆ 'ਚ ਅਸੀਂ ਸਰਕਾਰ ਨੂੰ ਤਾਂ ਰੌਲਾ ਪਾਈ ਜਾਂਦੇ ਹਾਂ ਤੇ ਧੱਕਾ ਕਰਦੀ ਆ, ਗੱਲ ਨਹੀਂ ਸੁਣਦੀ, ਏਦਾਂ ਨਹੀਂ। ਉੱਥੇ ਕਾਨੂੰਨ ਦੀ ਅਹਿਮੀਅਤ ਸਮਝੀ ਨਹੀਂ ਅਸੀਂ ਕੋਈ, ਪਿਆ ਗੱਲ ਦਾ ਕਾਨੂੰਨ ਆ, ਜੇ ਮੈਨੂੰ ਫੜ ਲਿਆ ਕੀ ਬਣੂਗਾ ਮੇਰਾ। ਜਿਹੜੀ ਗੱਲ ਸਾਨੂੰ ਸਮਝ ਆਉਂਦੀ ਆ ਬਾਕੀਆਂ ਨੂੰ ਆਉਂਦੀ ਨੀ, ਸਾਨੂੰ ਲੱਗਦਾ ਹਿੱਲਿਆ ਨੀ ਅਸੀਂ ਕਹਿ ਸਕਦੇ ਜਾਣੀ, ਕਿਉਂਕਿ ਉਹ ਬੰਦੇ ਉਹ ਤਾਂ ਬ੍ਰੇਨ ਬਾਕਸ ਆ ਉਹਨਾਂ ਦੇ ਟਕਸਾਲ ਦੇ। ਪਰ ਗੱਲ ਇਹ ਆ ਵੀ ਜਿਹੜੇ ਤਰਕ ਸਾਨੂੰ ਸਮਝ ਆ ਗਏ ਆ ਉਹਨਾਂ ਦੇ ਅਜੇ ਨਹੀਂ ਆ ਰਹੇ, ਤਾਂ ਸਾਨੂੰ ਲੱਗ ਰਿਹਾ ਵੀ ਗੱਲ ਯਾਰ ਲੌਜਿਕ ਤੇ ਕਿਸੇ ਦੇ ਪੂਰੀ ਨਹੀਂ ਉਤਰਦੀ, ਪਤਾ ਨਹੀਂ ਕਿੱਦਾਂ ਕਰੀ ਜਾਂਦੇ ਆ। ਭਾਂਡੇ ਛੋਟੇ ਆ ਨਾ, ਮਾਣ ਜ਼ਿਆਦਾ ਮਿਲ ਗਿਆ, ਇੰਨੀ ਔਕਾਤ ਨਹੀਂ ਹੈਗੀ, ਉਹ ਬੰਦੇ ਬੜੇ ਕੰਮ ਦੇ ਆ ਸਾਡੇ, ਉਹ ਤਾਂ ਜੀਂਦੇ ਰਹਿਣ ਇੱਦਾਂ ਬਸਦੇ ਰਹਿਣ, ਠੀਕ ਆ, ਉਹਨਾਂ ਦਾ ਕੌਨਫੀਡੈਂਸ ਬਣਿਆ ਰਹੇ ਇੱਦਾਂ, ਕਿਉਂਕਿ ਇੱਦਾਂ ਇਸੇ ਕਰਕੇ ਉਹ ਸਾਡੇ ਵਿਰੋਧੀ ਦੀ ਤਸਵੀਰ ਦਿਖਾਉਂਦੇ ਆ ਵੀ ਕਿੰਨੀ ਔਕਾਤ ਦੇ ਮਾਲਕ ਆ। ਨਹੀਂ ਠੀਕ ਆ, ਠੀਕ ਆ ਵੀਰੇ, ਸਾਡੇ ਨਾਲ ਦੋਹਾਂ ਲਾਈਨਾਂ ਤੇ ਸਰੂਤ। ਥੈਂਕ ਯੂ ਜੀ। 0107 ਦੇ ਉੱਤੇ ਤੁਸੀਂ ਚੱਲ ਗਏ ਆ ਤੇ 0108 ਦੇ ਉੱਤੇ ਤੁਹਾਡਾ ਸਵਾਗਤ ਹੈ ਜੀ। ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅੱਛਾ ਜੀ, ਮੈਂ ਤੁਹਾਡੇ ਕੋਲ ਇੱਕ ਜਾਣਕਾਰੀ ਲੈਣੀ ਚਾਹੁੰਦਾ ਜੀ। ਹਾਂਜੀ। ਅੱਛਾ ਜੀ, ਮੈਂ ਜਦੋਂ ਗਿਆਨੀ ਕੀਤੀ ਸੀ ਨਾ ਪੰਜਾਬੀ ਦੀ, ਹਾਂਜੀ, ਤਾਂ ਉਹਦੇ ਵਿੱਚ ਮੈਨੂੰ ਇੱਕ ਦੁਆ ਸਿਖਾ ਦੇ, ਚਲੋ ਉਹਦੇ ਉਹ ਸਿਖਾ ਵੀ ਆਹ ਪਚੱਤਰ ਨਾਟਕ। ਹਾਂਜੀ। ਹੁਣ ਮੈਨੂੰ ਇਹ ਨੀ ਪਤਾ ਲੱਗਦਾ ਵੀ ਜਿਹੜੇ ਇਹ ਪਚੱਤਰ ਨਾਟਕ ਦਾ ਨਾਂ ਚੇਂਜ ਹੋ ਗਿਆ 10ਵਾਂ ਗ੍ਰੰਥ ਜਾਣ ਕੇ ਉਹਦਾ ਪਾਰਟ ਸਿਖਾ ਜੀ ਇਹ। ਨਹੀਂ ਇਹ ਉਹ ਤਾਂ ਗੱਲ ਠੀਕ ਹੈ ਤੁਹਾਡੀ, ਪਹਿਲਾਂ ਜਿਹੜਾ ਨਾ ਹੁਣ ਜਿਹਨੂੰ 10ਵਾਂ ਗ੍ਰੰਥ ਕਹਿੰਦੇ ਆ, ਹਾਂਜੀ, ਉਹਦੇ ਵਿੱਚ ਲਗਭਗ 11 ਵੱਖਰੇ ਵੱਖਰੇ ਗ੍ਰੰਥ ਆ, ਛੋਟੀ ਛੋਟੀਆਂ, ਕੁਛ ਵੱਡੀਆਂ, ਕੁਛ ਛੋਟੀਆਂ ਲਿਖਤਾਂ ਆ। ਓਕੇ ਓਕੇ, ਠੀਕ ਹੈ। ਜਿੱਦਾਂ ਜਫਰਨਾਮਾ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਲਿਖਤ ਆ, ਠੀਕ ਹੈ ਜੀ। ਤ੍ਰਿਆ ਚਰਿੱਤਰ ਜਿਹਨੂੰ ਕਹਿੰਦੇ ਆ, ਉਹ 24 ਅਵਤਾਰ ਜਿਹੜੇ ਆ ਆਪਣੇ ਆਪ ਚ, ਅਕਾਲ ਉਸਤਤ ਆ, ਜਾਪ ਸਾਹਿਬ ਆ, ਉਹਦੇ ਚ ਇੱਕ ਲਿਖਤ ਆ ਜਿਹਦਾ ਨਾਮ ਵਿਚਿੱਤਰ ਨਾਟਕ ਆ, ਠੀਕ ਹੈ ਜੀ। ਤੇ ਇਹ ਪਹਿਲਾਂ ਇਹਦਾ ਨਾਂ ਸਾਰੇ ਦਾ ਵਿਚਿੱਤਰ ਨਾਟਕ ਹੀ ਸੀ। ਓਕੇ ਓਕੇ, ਮੈਂ ਕਿਹਾ ਮੈਂ ਤਾਂ ਗਿਆਨੀ ਜਦੋਂ ਕੀਤੀ ਸੀ
ਉਹਦੇ ਵਿੱਚ ਉਦੋਂ ਤਾਂ ਇਹ ਸੀਗਾ ਬਚਿੱਤਰ ਨਾਟਕ, ਮੈਂ ਗਿਆਨ ਕੀਤਾ ਜੀ ਇਹ 86-87 ਚ। ਤਾਂ ਹੁਣ ਮੈਨੂੰ ਉਹੀ ਮੈਂ ਕਿਹਾ ਵੀ ਉਹੀ ਉਹਦਾ ਨਾਂ ਚੇਂਜ ਹੋ ਗਿਆ ਜਾਂ ਉਹਦਾ ਪਾਰ ਆਏ। ਨਹੀਂ ਨਹੀਂ ਉਹਦਾ ਹੀ ਨਾਂ ਕਰਕੇ ਚੇਂਜ, ਉਹਨਾਂ ਨੇ ਉਹਨੂੰ ਪ੍ਰਮੋਟ ਕਰਨਾ ਸੀ ਗ੍ਰੰਥ ਦੇ ਰੂਪ ਦੇ ਵਿੱਚ, ਤਾਂ ਫਿਰ ਹੌਲੀ ਹੌਲੀ ਕਰਕੇ ਉਹਨਾਂ ਨੇ ਉਹਨੂੰ ਉੱਥੇ ਤੱਕ ਲੈ ਗਿਆ। ਹਾਂਜੀ ਓਕੇ ਠੀਕ। ਮੈਂ ਉਹਨਾਂ ਨੂੰ ਘਰੋਂ ਘਰੋਂ ਮਹੀਨਾ ਹੋ ਗਿਆ, ਮੇਰੇ ਦਿਮਾਗ 'ਚ ਗੱਲ ਘੁੰਮਦੀ ਨੂੰ, ਮੈਂ ਕਿਹਾ ਪੁੱਛਾਂਗਾ ਭਾਜੀ ਨੂੰ ਵੀ ਉਹੀ ਆ ਜਾਂ ਕੋਈ ਹੋਰ ਆ ਜਾਂ ਉਹਦਾ ਨਾਂ ਚੇਂਜ ਕਰਤਾ ਤੇ ਕੀ ਚੱਕਰ ਆ ਜੀ। ਹਾਂਜੀ ਮੈਂ ਹਾਂਜੀ ਤਾਂ ਟੀਪੂ ਕੀ ਤੋਂ ਬੋਲਦਾ ਸੀ ਜੀ ਮੈਂ ਜੀ। ਥੈਂਕ ਯੂ ਥੈਂਕ ਯੂ। ਓਕੇ ਭਾਜੀ ਓਕੇ ਜੀ ਓਕੇ ਓਕੇ। ਹਾਂਜੀ ਵਟਸਐਪ ਦੇ ਉੱਤੇ ਤੁਹਾਡਾ ਸਵਾਗਤ ਹੈ ਜੀ ਜੇ ਹੈਗੇ ਆ ਤਾਂ। ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ, ਮਾਫ ਕਰਨਾ ਤੁਹਾਨੂੰ ਵੇਟ ਕਰਨੀ ਪਈ। ਕੋਈ ਗੱਲ ਨਹੀਂ, ਹਰਪ੍ਰੀਤ ਸਿੰਘ ਬੋਲਦਾ ਜੀ। ਹਾਂਜੀ ਹਾਂਜੀ ਸੁਣਾਓ ਜੀ ਭਾਈ ਸਾਹਿਬ। ਜਿਹੜੀ ਗੱਲ ਕਰਨੀ ਤੇ ਉਹ ਤਾਂ ਭੁੱਲ ਗਏ, ਜੇ ਇਹਨਾਂ ਦੇ ਜਾਗਰੂਕਾਂ ਦੇ ਹਿਸਾਬ ਨਾਲ ਲਾਈਏ ਤਾਂ ਗੱਲ ਵਿਸਰ ਗਈ। ਤੇ ਮੈਂ ਜੀ ਗੱਲ ਕਰਨ ਦੀ, ਇੱਕ ਤਾਂ ਜੀ ਮੇਰਾ ਸਵਾਲ ਹੈ, ਜੇ ਤਾਂ ਹੁਣ ਇਹਨਾਂ ਨੂੰ ਪੁੱਛਦਾ ਜਾਗਰੂਕਾਂ ਨੂੰ ਫੇਰ ਤਾਂ ਇਹ ਪਾ ਦੇਣਗੇ ਉਲਝਣ ਜਾ। ਕਿਤਾਬਾਂ ਕਤੂਬਾਂ ਮੈਂ ਪੜ੍ਹਦਾ ਨੀ ਹੈਗਾ, ਮੈਨੂੰ ਐਂ ਦੱਸੋ ਜੀ ਇੱਕ ਤਾਂ ਕੌਲਾ ਜਿਹੜੀ ਆਨੰਦਪੁਰ ਟੋਭਾ ਜਾਂ ਪੱਟਿਆ ਹੋਇਆ ਉਹ ਕੌਲਾ ਦੀ ਗੱਲ ਚੱਲ ਰਹੀ, ਕੌਲਾ ਹੋਰ ਹੈ ਜੀ। ਅੱਛਾ ਆਨੰਦਪੁਰ ਵਾਲੀ ਦਾ ਨੀ ਸਾਨੂੰ ਪਤਾ, ਇਹਦਾ ਅੰਮ੍ਰਿਤਸਰ ਆ, ਉਹਦਾ ਮਾਤਾ ਕੌਲਾ ਵਾਲਾ ਜਿਹੜਾ ਟਰੱਸਟ ਆ ਗੁਰੂ ਇਕਬਾਲ ਸਿੰਘ ਦਾ ਉਹ ਆ। ਅੱਛਾ ਜੀ, ਤਮਾਮ ਮਾਤਾ ਕੌਲਾ ਉੱਥੇ ਵੀ ਹੈ ਜੀ, ਫਿਰ ਉਹਨੂੰ ਆਨੰਦਪੁਰ ਵੀ ਲੈ ਗਿਆ ਹੋਣੇ, ਪਤਾ ਕੋਈ ਨੀ ਇਹਨਾਂ ਦਾ। ਆਨੰਦਪੁਰ ਤੋਂ ਮਾੜਾ ਜਿਹਾ ਗਾਹਾਂ ਨਾਣਾ ਦੀ ਵੀ ਤੋਰਾਂ ਪੈਂਦੀ ਹੈ ਜੀ, ਉਹ ਕੌਲਾ ਦਾ ਟੋਭਾ ਕਹਿੰਦੇ ਨੇ ਜੀ ਉਹਨੂੰ। ਅੱਛਾ ਜੀ, ਤੇ ਇੱਕ ਆਪਾਂ ਨੇ ਗੱਲ ਕਰਨੀ ਸੀ ਜੀ, ਜਿਹੜੀ ਪਹਿਲਾਂ ਆਡੀਓ ਚਲਾਈ ਦੀ ਸੀ ਨੇ ਗੁਰਪ੍ਰੀਤ ਕੈਲੀਫੋਰਨੀਆ ਵਾਲਾ। ਹਾਂਜੀ, ਬਾਕੀ ਚਲਾ ਲਿਆ ਕਰੋ ਜੀ, ਮੇਰੇ ਨੂੰ ਪਤਾ ਲੱਗਦਾ ਰਹਿੰਦਾ ਵੀ ਇਹੋ ਜਿਹੇ ਵੀ ਬੰਦੇ ਪਏ ਨੇ। ਤੇ ਬਾਕੀ ਇਹਨਾਂ ਨੇ ਮਾਗਰਲੇ ਪਾਸੇ ਜਿਹੜਾ ਟਿਊਨ ਲਾਈ ਹੈ, ਚੱਲ ਸੈਡ ਸੌਂਗ ਜੀ ਉਹ ਵਧੀਆ ਲੱਗਦੀ ਹੈ, ਬਾਕੀ ਜਿਹੜਿਆ ਗੱਲਾਂ ਜਾਂ ਕਰਦਾ ਕੋਈ ਸਾਇੰਸ ਬਣਦੀ ਨੀ, ਹੋਰ ਹੀ ਗੱਲਾਂ ਮਾਰੀ ਜਾਂਦਾ ਹੈ। ਤੇ ਬਾਕੀ ਜੇ ਮੈਂ ਤਾਂ ਇਹ ਕਹਿਣਾ ਜੀ, ਇਹ ਮੇਰਾ ਗੁਆਂਢੀ ਹੋਵੇ ਨਾ ਮੇਰੇ ਨਾਲ ਤਾਂ ਸਿੰਘ ਫਸੀ ਰਿਹਾ ਕਰ ਰੋਜ਼। ਹਾਂਜੀ ਉਹ ਤਾਂ ਗੱਲ ਉੱਥੇ ਵੀ ਇੱਦਾਂ ਹੀ ਆ ਜਿੱਥੇ ਵੀ ਹੈਗੇ, ਪਰ ਗੱਲ ਇਹ ਆ ਨਾ ਵੀਰਾ, ਇਹਨਾਂ ਨਾਲ ਫਸਾ ਕੇ ਸਾਡਾ ਮਸਲਾ ਨਹੀਂ ਹੱਲ, ਕਿਉਂਕਿ ਜਿੱਥੇ ਖੜੇ ਆ ਨਾ ਮੇਰੇ ਬਹੁਤ ਵਾਰੀ ਇੱਦਾਂ ਬੰਦਿਆਂ ਨਾਲ ਮੇਰੀ ਵਿਚਾਰ ਕਰਕੇ ਆਪਣੇ ਆਪ ਦੇ ਵਿੱਚ ਮੈਂ ਇਹ ਸਿੱਟਾ ਕੱਢਿਆ ਤੇ ਇਹਨਾਂ ਬੰਦਿਆਂ ਨਾਲ ਗੱਲ ਕਰਕੇ ਤੁਸੀਂ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕਦੇ, ਕਿਉਂਕਿ ਮਨੌਤਾਂ ਦਾ ਫਰਕ ਆ। ਇਹਦਾ ਜੀ ਇੱਕ ਦੋ ਨਾਲ ਆਪਾਂ ਨੇ ਗੱਲ ਕਰੀ ਹੈ ਜੀ, ਇਹ ਤਾਂ ਸੰਕਾਂ ਦੀ ਐਂ ਕਹਿੰਦੇ ਨੇ ਤੂੰ ਸਾਡੀ ਗੱਲ ਮੰਨ, ਅਲਝਾਉਂਦੇ ਨੇ ਬੰਦੇ ਨੂੰ। ਤੁਸੀਂ ਦੇਖੋ ਨਾ ਸਾਡੀ ਗੱਲ ਮੰਨ ਜਿਵੇਂ ਅਸੀਂ ਕਹਿੰਦੇ ਜੀ। ਤੁਸੀਂ ਦੇਖੋ ਨਾ, ਮੰਨ ਲਓ ਤੁਹਾਡੇ ਘਰੇ ਟੀਵੀ ਆ। ਹਾਂਜੀ, ਟੀਵੀ ਖਰਾਬ ਹੋ ਗਿਆ ਤੇ ਤੁਸੀਂ ਬੰਦਾ ਸੱਦਿਆ ਉਹਨੂੰ ਠੀਕ ਕਰਨ ਵਾਲਾ, ਉਹਨੂੰ ਪਿਛਲੇ ਪਾਸਿਓਂ ਜਾ ਕੇ ਉਹਦਾ ਉਹਦਾ ਉਹਦੀ ਬੈਕ ਸਾਈਡ ਜਿਹੜੀ ਆ ਉਹ ਟਾਪਾ ਜਿਹਾ ਖੋਲ ਦਿੱਤਾ ਤਾਂ ਅੰਦਰੋਂ ਠੀਕ ਕਰ ਰਿਹਾ ਆ। ਹਾਂਜੀ, ਹੁਣ ਉਹਦੀ ਪਿਕਚਰ ਆ ਰਹੀ ਆ ਥੋੜੀ ਥੋੜੀ ਤੇ ਕੋਈ ਬੰਦਾ ਪਿੱਛੇ ਜਾ ਕੇ ਜਦੋਂ ਖੜਾ ਦੇਖਦਾ, ਹੁਣ ਤੁਸੀਂ ਮੂਹਰੇ ਖੜੇ ਆ ਉਹ ਪਿੱਛੇ ਖੜਾ ਆ। ਹਾਂਜੀ, ਤੁਸੀਂ ਕਹੋਗੇ ਭਈ ਜੀ ਪਿਕਚਰ ਤਾਂ ਆ ਰਹੀ ਆ ਪਰ ਕਲਰ ਨਹੀਂ ਹੈਗੇ। ਹਾਂਜੀ, ਉਹ ਪਿੱਛੇ ਕਹੂਗਾ ਭਈ ਨਾ ਨਾ ਮੈਨੂੰ ਤਾਂ ਤਾਰਾਂ ਦੇ ਗੁੱਛੇ ਦੀਦੇ ਆ ਪਿਛਲੇ ਪਾਸੇ, ਮੈਨੂੰ ਪਿਕਚਰ ਦੀਦੀ ਜੀ ਮੈਨੂੰ ਤਾਂ। ਹਾਂਜੀ, ਹੁਣ ਜਿੰਨਾ ਚਿਰ ਤੁਸੀਂ ਇੱਕ ਥਾਂ ਨਹੀਂ ਖੜਦੇ, ਇੱਕ ਪਾਸੇ ਨੀ ਖੜਦੇ, ਇੱਕ ਜਿਹੜਾ ਵਿਊ ਆ ਤੁਹਾਡਾ, ਤੁਹਾਡੇ ਵਿਊ ਦਾ ਪੁਆਇੰਟ ਆ ਉਹ ਇੱਕ ਨੀ ਹੁੰਦਾ, ਉਨਾ ਚਿਰ ਤੁਹਾਡੀ ਵਿਚਾਰ ਨਹੀਂ ਹੋ ਸਕਣੀ, ਉਹ ਤੈਅ ਨਹੀਂ ਹੋ ਸਕਣਾ, ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕਣਾ ਤੁਸੀਂ। ਸਾਡੀ ਇਹਨਾਂ ਨਾਲ ਇੱਦਾਂ ਹੋ ਰਹੀ ਆ ਵੀ ਇਹ ਟੀਵੀ ਦੇ ਪਿਛਲੇ ਪਾਸੇ ਖੜੇ ਆ, ਅਸੀਂ ਮੋਹਰਲੇ ਪਾਸੇ ਖੜੇ ਆ, ਜਾਂ ਅਸੀਂ ਮੋਹਰੇ ਖੜੇ ਆ ਅਸੀਂ ਪਿੱਛੇ ਖੜੇ ਹਾਂ ਇਹ ਮੋਹਰੇ ਖੜੇ ਆ, ਮਤਲਬ ਅਸੀਂ ਸਾਨੂੰ ਕੁਛ ਹੋਰ ਦਿਸ ਰਿਹਾ ਆ ਅਸੀਂ ਉਹ ਕਹਿ ਰਹੇ ਹਾਂ, ਇਹਨਾਂ ਨੂੰ ਹੋਰ ਦੀਦਾ ਆ ਉਹ ਕਹਿ ਰਹੇ ਆ। ਠੀਕ ਹੈ ਜੀ, ਹੁਣ ਗੁਰੂ ਨਾਨਕ ਪਾਤਸ਼ਾਹ ਦੇ ਧਰਮ ਨੂੰ, ਗੁਰੂ ਨਾਨਕ ਦੇ ਦਿੱਤੇ ਹੋਏ ਟੀਵੀ ਨੂੰ ਜੇ ਅਸੀਂ ਦੇਖਣਾ ਨਾ ਭਈ ਸਾਰਿਆਂ ਨੂੰ ਭਈ ਸਹਿਮਤੀ ਲੈਣੀ ਆ, ਹੁਣ ਮੰਨ ਲਓ ਅਗਲਾ ਅੱਗੇ ਟੀਵੀ ਠੀਕ ਕਰ ਗਿਆ ਉਹ ਕਹੇ ਵੀ ਤੁਸੀਂ ਦੋ ਤਿੰਨੇ ਜਣੇ ਦੇਖ ਕੇ ਦੱਸੋ ਵੀ ਹੁਣ ਪਿਕਚਰ ਠੀਕ ਆ, ਹਾਂਜੀ ਜੇ ਸਹਿਮਤੀ ਦੇਣੀ ਆ ਨਾ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਪਾਸੇ ਖੜਨਾ ਪੈਣਾ ਟੀਵੀ ਦੇ। ਹਾਂਜੀ ਹਾਂਜੀ ਠੀਕ ਆ, ਕਈ ਵਾਰ ਆਈਸਾਈਟ ਦਾ ਵੀ ਫਰਕ ਹੁੰਦਾ ਆ, ਕਿਸੇ ਬੰਦੇ ਨੂੰ ਨੇੜਿਓਂ ਦੀਦਾ ਹੀ ਨਹੀਂ, ਹੁਣ ਉਹ ਜਦੋਂ ਖੜ ਕੇ ਦੇਖੂਗਾ ਐਨਕਾਂ ਤੋਂ ਬਿਨਾਂ ਉਹ ਕਹੂਗਾ ਧੁੰਦਲਾ ਧੁੰਦਲਾ ਸਾਰਾ ਕੁਛ ਅਜੇ ਨੀ ਠੀਕ ਹੋਇਆ।
ਓਹਦੇ ਐਨਕਾਂ ਲੱਗੀਆਂ ਹੋਣ, ਤੁਸੀਂ ਜਿੱਥੇ ਆਪ ਸਾਹਮਣੇ ਖੜੇ ਹੋਣਾ ਤੁਸੀਂ ਸਾਰੇ ਜਣੇ ਇੱਕ ਪਾਸੇ ਹੋਵੋ, ਇੱਕ ਪਹਿਲਾਂ ਉਹ ਤੈਅ ਹੋਵੇ ਵੀ ਹਾਂ ਅਸੀਂ ਖੜਨਾ ਕਿੱਥੇ ਆ। ਠੀਕ ਹੈ ਜੀ, ਠੀਕ ਹੈ ਠੀਕ ਹੈ। ਇਸ ਕਰਕੇ ਇਹਨਾਂ ਨਾਲ ਸਾਡਾ ਜਿਹੜਾ ਸਮਾਂ ਆ ਉਹ ਬਰਬਾਦ ਕਰਨ ਵਾਲੀ ਗੱਲ ਆ, ਕੁਛ ਨਹੀਂ ਮਿਲਦਾ ਉਹਦੇ ਵਿੱਚ ਵੀਰਾ, ਹੈ ਨਾ। ਹਾਂਜੀ ਹਾਂਜੀ, ਬਾਕੀ ਕੋਈ ਨੀ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ। ਇੱਕ ਦੋ ਕਾਲਾਂ ਮਿਸ ਹੋਈਆਂ ਆ ਆਪਣੀਆਂ, ਅਤੇ ਅਸੀਂ ਉਹ ਕਰਕੇ ਦੇਖ ਲੈਂਦੇ ਹਾਂ। ਇੱਕ ਵੀਰ ਦਾ ਕੈਨੇਡਾ ਤੋਂ ਫੋਨ ਸੀ, ਉਹ ਮੈਨੂੰ ਪਤਾ ਨਹੀਂ ਉਹ ਆਫੇਅਰ ਗੱਲ ਕਰਨੀ ਚਾਹੁੰਦੇ ਸੀ ਜਾਂ ਔਨ ਏਅਰ, ਟਾਈਮ ਸਾਡੇ ਕੋਲ ਹੈਗਾ ਆ, ਅਤੇ ਨਹੀਂ ਜੀ ਉਹ ਤਾਂ ਮੈਸੇਜ 'ਤੇ ਚਲਾ ਗਿਆ। ਅਤੇ ਸਰੋਤੇ ਸਾਡੇ ਨਾਲ 0180 ਦੇ ਉੱਤੇ ਹੈਗੇ ਆ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ, ਗੁਰੂ ਫਤਿਹ ਜੀ। ਮੈਂ ਤਾਂ ਤੁਹਾਡੇ ਨਾਲ ਇੱਕੋ ਗੱਲ ਕਨਫਰਮ ਕਰਨੀ ਸੀ ਭਾਜੀ, ਉਹ ਸਰੂਪ ਰੱਖ ਗਏ ਬੰਦੇ ਕਿ ਨਹੀਂ? ਹਾਂਜੀ ਅਜੇ ਉਹ ਵਿੱਚ ਕਈ ਕੁਛ ਆ ਵੀਰਾ, ਉਹ ਸਰੂਪ ਤਾਂ ਆ ਗਿਆ, ਖੈਰ ਉਹਦੇ ਵਿੱਚ ਤਾਂ ਕੋਈ ਗੱਲ ਨਹੀਂ ਹੈਗੀ। ਮੈਂ ਤਾਂ ਉਹ ਪੋਸਟ ਦੇਖੀ ਸੀ ਨਾ ਇੱਕ, ਮੈਂ ਕਿਹਾ ਸ਼ਾਇਦ ਮੈਂ ਕਨਫਰਮ ਕਰਾਂ ਕਿ। ਹਾਂਜੀ ਹਾਂਜੀ, ਨਹੀਂ 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 ਹੈਗਾ ਆ, ਪਰ ਉਹ ਅਜੇ ਗੱਲਬਾਤ ਚੱਲ ਰਹੀ ਆ, ਜਾਣੀ ਕਈ ਕੁਛ ਆ ਉਹਦੇ ਵਿੱਚ, ਉਹਨੂੰ ਅਜੇ ਅਸੀਂ ਚਾਹੁੰਦੇ ਨਹੀਂ ਇੱਥੇ ਕਿਸੇ ਗੱਲੋਂ ਡਿਸਕਸ ਕਰੀਏ। ਚਲੋ ਠੀਕ, ਤਾਂ ਹੀ ਅਸੀਂ ਨਹੀਂ ਤਾਂ ਦੱਸ ਦੇਣਾ ਸੀ ਅਸੀਂ। ਠੀਕ ਹੈ। ਤੇ ਦੂਜਾ ਜੀ ਮੈਂ ਧੰਨਵਾਦ ਕਰਨਾ ਚਾਹੁੰਦਾ ਟਕਸਾਲੀਆਂ ਦਾ ਤੇ ਉਹਨਾਂ ਦੇ ਮਹਾਂਪੁਰਸ਼ਾਂ ਦਾ। ਜੇ ਉਹ ਵਿਚਾਰੇ ਨਾ ਹੁੰਦੇ ਤਾਂ ਸਾਨੂੰ ਸਹੀ ਕੀ ਆ ਗਲਤ ਕੀ ਆ ਇਹਦਾ ਕਿੱਥੇ ਪਤਾ ਲੱਗਣਾ ਸੀ? ਜੇ ਇਹ ਏਡੇ ਵੱਡੇ ਵੱਡੇ ਜਿਹੜੇ ਗ੍ਰੰਥ ਆ ਉਹ ਨਾ ਲਿਖਦੇ ਭਾਜੀ, ਤੇ ਫਿਰ ਜੇ ਕਹਿੰਦੇ ਗਲਤ ਨਾ ਹੁੰਦਾ ਤੇ ਸਹੀ ਦੀ ਇੰਪੋਰਟੈਂਸ ਕਿੱਦਾਂ ਪਤਾ ਲੱਗਦੀ? ਹੈ ਨਾ, ਮਤਲਬ ਤਾਂ ਸਾਨੂੰ ਸਭ ਨੂੰ ਇਸ ਪਾਸਿਓਂ ਤਾਂ ਸਾਨੂੰ ਜਿਹੜੀ ਨਵੀਂ ਜਨਰੇਸ਼ਨ ਹੈ ਜਾਂ ਅਸੀਂ ਸਟੂਡੈਂਟ ਵਗੈਰਾ ਜੋ ਵੀ ਬੰਦੇ ਹੈਗੇ ਆ, ਇੱਕ ਗੱਲ ਤਾਂ ਸਾਨੂੰ ਬੜੀ ਵਧੀਆ ਤਰੀਕੇ ਨਾਲ ਸਪਸ਼ਟ ਹੋ ਗਈ ਆ ਕਿ ਜਿਹੜਾ ਕੂੜ ਕਬਾੜ ਬਚਿੱਤਰ ਨਾਟਕ ਦੇ ਵਿੱਚ ਹੈ ਜਾਂ ਆਹ ਸੂਰਜ ਪ੍ਰਕਾਸ਼ ਦੇ ਵਿੱਚ ਹੈ, ਇਹਦਾ ਤਾਂ ਗੁਰਬਾਣੀ ਦੇ ਸਾਹਮਣੇ ਕੋਈ ਆਧਾਰ ਹੀ ਹੈ ਨੀ। ਇਹਦੇ ਵੱਲ ਤਾਂ ਅਸੀਂ ਮੂੰਹ ਕਰਦੇ ਨੀ ਨਾ ਅਸੀਂ ਮੱਥਾ ਟੇਕੀਏ। ਤੇ ਜਿਹੜੇ ਵੀ ਪ੍ਰਚਾਰਕ ਇਹਨਾਂ ਗ੍ਰੰਥਾਂ ਦਾ ਪ੍ਰਚਾਰ ਕਰਨਾ ਚਾਹੁੰਦੇ ਆ ਉਹ ਆਪਣੇ ਆਪ ਹੀ ਸਿੱਖੀ ਦੇ ਦੁਸ਼ਮਣ ਬਣ ਰਹੇ ਆ ਤੇ ਸਾਡੇ ਸ਼ੱਕ ਦੇ ਘੇਰੇ ਚ ਆ ਕਿ ਇਹ ਨਿਰੋਲ ਸਿੱਖੀ ਦਾ ਜਾਂ ਬਾਣੀ ਦਾ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਤਰਜੀਹ ਦਿੰਦੇ ਆ ਜਾਂ ਆਪਣੇ ਨਿੱਜੀ ਮਨਸੂਬਿਆਂ ਨੂੰ ਤੇ ਜਾਂ ਕਿਸੇ ਹੋਰ ਪਾਲੇ ਦੇ ਵਿੱਚ ਭੁਗਤ ਰਹੇ ਆ ਜੀ। ਤੇ ਤੁਸੀਂ ਇਹ ਸਭ ਕੁਛ ਸਾਫ਼ ਕਰ ਰਹੇ ਹੋ, ਇਸ ਲਈ ਤੁਹਾਡਾ ਅਸੀਂ ਦੇਣਦਾਰ ਆ, ਤੁਹਾਡੇ ਤੇ ਤੁਹਾਨੂੰ ਬਹੁਤ ਸਾਰਾ ਥੈਂਕ ਯੂ ਕਹਿਣਾ ਚਾਹੁੰਦੇ ਆ। ਥੈਂਕ ਯੂ, ਥੈਂਕ ਯੂ ਜੀ, ਪ੍ਰੋਗਰਾਮ ਚੱਲਦਾ ਜੀ ਔਨ ਏਅਰ ਆ ਤੁਸੀਂ ਰੇਡੀਓ ਦੇ ਉੱਤੇ? ਸੂਰਜ ਪ੍ਰਕਾਸ਼ ਵਾਲੀ ਗੱਲ ਹੋ ਰਹੀ ਹੈ, ਦਸਮ ਗ੍ਰੰਥ ਵਾਲੀ ਗੱਲ ਹੋ ਰਹੀ ਹੈ, ਕਹਿੰਦੇ ਸਰ ਮੈਂ ਤਾਂ ਹੈਰਾਨ ਹਾਂ ਵੀ ਕਿੱਡੀ ਪੰਥ ਦੀ ਮਾੜੀ ਤਰਾਸਦੀ ਹੈ ਵੀ ਇਹੋ ਜੇ ਗ੍ਰੰਥਾਂ ਨੂੰ ਅਸੀਂ ਯਾਨੀ ਕਿ ਗੁਰੂਆਂ ਦੇ ਨਾਲ ਜੋੜ ਕੇ ਹਾਂਜੀ ਕਿੱਥੇ ਯਾਨੀ ਕਿ ਹਾਂ ਵੀ ਗੁਰੂਆਂ ਨੂੰ ਅਸੀਂ ਕੀ ਸਿੱਧ ਕਰਨਾ ਚਾਹੁੰਦੇ ਜੀ, ਜਿਹਨਾਂ ਦਾ ਸਾਡੇ ਮਨਾਂ ਚ ਸਤਿਕਾਰ, ਜਿਹਨਾਂ ਤੋਂ ਅਸੀਂ ਇੰਨਾ ਕੁਛ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈਂਦੇ ਹਾਂ, ਇਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਆਮ ਬੰਦਾ ਵੀ ਇਹ ਗੱਲ ਸਮਝ ਜਾਂਦਾ ਜੀ, ਯਾਨੀ ਕਿ ਇਹਨਾਂ ਨੇੜ ਤੇੜ ਦਾ ਵੀ ਕੋਈ ਵਾਹ ਵਾਸਤਾ ਨਹੀਂ ਹੈਗਾ ਗੁਰੂਆਂ ਦੀ ਸ਼ਖਸੀਅਤ ਨਾਲ। ਸਾਡੇ ਉੱਤੇ ਯਾਨੀ ਕਿ ਹਾਂਜੀ ਕਾਸ਼ ਮੈਂ ਕਿਹਾ ਕਿਤੇ ਇੰਨਾ ਇੰਨਾ ਬੰਦਾ ਕੁਛ ਵੀ ਕਰਨ ਲੱਗਾ ਪਹਿਲਾਂ ਸੋਚ ਲੈਂਦਾ ਵੀ ਮੈਂ ਪ੍ਰਾਪਤ ਕੀ ਕਰਨਾ ਇਹਦੇ ਵਿੱਚੋਂ। ਹਾਂਜੀ ਬਸ ਉਹ ਨਹੀਂ, ਉਹ ਸੋਚ ਨਹੀਂ ਹੋ ਰਿਹਾ, ਉਹ ਤਾਂ ਸਿਰਫ ਅੱਖਾਂ ਮੀਟ ਕੇ ਫੈਸਲਾ ਕਰਦਾ ਬੰਦਾ। ਸਰ ਇਹ ਹੈ ਜੀ ਗੱਲ ਵੀ ਇੱਕ ਤੁਸੀਂ ਆਮ ਕਿਸੇ ਪਰਸਨ ਨੂੰ ਇੱਕ ਕੋਈ ਗੈਰ ਧਰਮ ਦਾ ਬੰਦਾ ਵੀ ਹੋਵੇ ਉਹਨੂੰ ਵੀ ਆਪਾਂ ਇੱਕ ਪੇਪਰ ਸੁਣਾ ਦਈਏ ਨਾ ਤੇ ਉਹਨੂੰ ਪੁੱਛੀਏ ਵੀ ਭਾਈ ਤੈਨੂੰ ਇਹ ਕੀ ਲੱਗਦਾ ਵੀ ਇਹ ਕਿਸੇ ਚੰਗੇ ਇਨਸਾਨ ਦੀ ਗੱਲ ਹੋ ਰਹੀ ਹੈ ਕਿ ਕਿਵੇਂ ਆ, ਤੁਹਾਨੂੰ ਕੀ ਲੱਗਦਾ? ਤੂੰ ਇੱਕ ਆਮ ਬੰਦਾ ਜਿਹਨਾਂ ਧਰਮ ਦੇ ਨਾਲ ਕਿਸੇ ਵੀ ਧਰਮ ਨਾਲ ਨੇੜ ਤੇੜ ਦਾ ਰਿਸ਼ਤਾ ਵੀ ਨਾ ਹੋਵੇ ਉਹ ਵੀ ਇਹ ਗੱਲ ਯਾਨੀ ਕਿ ਸਾਫ਼ ਤੌਰ ਤੇ ਸਮਝ ਸਕਦਾ ਵੀ ਭਾਈ ਇਹਦੇ ਚ ਯਾਨੀ ਕਿ ਕੋਈ ਸਾਰੂ ਗੱਲ ਜਾਂ ਸਮਾਜ ਨੂੰ ਕੋਈ ਵਧੀਆ ਦਿਸ਼ਾ ਦੇਣ ਵਾਲੀ ਗੱਲ, ਇੱਕ ਆਮ ਜੋ ਇੱਕ ਆਮ ਨਾਗਰਿਕ ਆ ਜਾਂ ਆਮ ਇਨਸਾਨ ਆ ਵੀ ਉਸ ਲੈਵਲ ਦੀ ਵੀ ਗੱਲ ਹੈ ਨੀ ਜੀ, ਤੇ ਇੱਕ ਗੁਰੂਆਂ ਨੂੰ ਜਾਂ ਜਿਹੜੇ ਆਗੂ ਟਾਈਪ ਅਸੀਂ ਸਮਝਦੇ ਹਾਂ ਉਹਨਾਂ ਦਾ ਲੈਵਲ ਤਾਂ ਉੱਚਾ ਹੁੰਦਾ ਹੀ ਹੈ ਜੀ, ਤਾਂ ਹੀ ਉਹ ਲੀਡ ਕਰਦੇ ਆ ਸਮਾਜ ਨੂੰ। ਬੇਸ਼ੱਕ ਜੀ ਬੇਸ਼ੱਕ ਹੋਣਾ ਚਾਹੀਦਾ ਆ, ਜੇ ਜੇ ਅਸੀਂ ਕਹੀਏ ਵੀ ਨਹੀਂ ਹੁੰਦਾ ਹੋਣਾ ਜ਼ਰੂਰ ਚਾਹੀਦਾ। ਹੈਰਾਨ ਆ ਜੀ ਯਾਨੀ ਕਿ ਜਿਹੜੇ ਸੂਰਜ
ਇੱਕ ਹੋਰ ਗੱਲ ਮਨ ਚ ਉੱਠਦੀ ਹੈ ਜੀ, ਜਿਹੜਾ ਗੁਰਮਤਿ ਗਿਆਨ ਮਿਸ਼ਨ ਦੀ ਕਾਲਜ ਆ ਜਿਹਨੇ ਇਹਨੂੰ ਆਪਦਾ ਸਿਲੇਬਸ ਦਾ ਭਾਗ ਬਣਾ ਕੇ ਰੱਖਿਆ ਹੋਇਆ, ਉਹਨਾਂ ਲੋਕਾਂ ਦੀ ਬੁੱਧੀ ਜਾਣੀ ਕਿ ਇੰਨੀ ਮਾੜੀ ਜਿੰਨੇ ਲੈਵਲ ਦੀ ਕਿਉਂ ਰਹੀ ਵੀ, ਜਿਹੜੀਆਂ ਅੱਜ ਗੱਲਾਂ ਆਮ ਲੋਕਾਂ ਨੂੰ ਚਲੋ ਪਤਾ ਨੀ ਲੱਗੀਆਂ, ਹੁਣ ਜਿਵੇਂ ਆਪਾਂ ਯਾਨੀ ਲਖਵੀਰ ਸਿੰਘ ਜੀ ਕਥਾ ਕਰਦੇ ਜੀ ਜਾਂ ਦੱਸਦੇ ਆ, ਇੰਨਾ ਵਿਦਵਾਨਾਂ ਚੋਂ ਇੰਨੇ ਉੱਥੋਂ ਸਿੱਖੇ ਬੰਦੇ, ਕਿਸੇ ਦੇ ਦਿਮਾਗ ਦੇ ਗੱਲ ਆਈ ਵੀ ਭਾਈ ਮੈਂ ਜਾਣੀ ਕਿ ਬਾਹਰ ਗੱਲ ਕਰਾਂ ਘੱਟੋ ਘੱਟ ਵੀ ਭਾਈ ਇਹ ਕੀ ਕੁਛ ਹੋ ਰਿਹਾ ਇੱਥੇ, ਵੀ ਕਿਉਂ ਮਾੜੀਆਂ ਗੱਲਾਂ ਨੂੰ ਜਾਣੀ ਕਿ ਅਸੀਂ ਐਵੇਂ ਸੋਧਣ ਦੇ ਨਾਂ ਤੇ, ਸੋਧ ਤਾਂ ਉਸ ਗੱਲ ਦੀ ਹੁੰਦੀ ਹੈ ਵੀ ਜੇ ਵਿੱਚੋਂ ਕੋਈ 2% ਚੀਜ਼ ਮਾੜੀ ਹੋਵੇ ਜੀ, ਭਾਈ ਵੀਰ ਸਿੰਘ ਅੱਜ ਦੇ ਭਾਈ ਗੁਰਦਾਸ ਆ। ਅੱਛਾ ਜੀ, ਹੁਣ ਜਦੋਂ ਇੱਦਾਂ ਇੱਦਾਂ ਪੜਾਇਆ ਜਾਊਗਾ, ਇੱਦਾਂ ਦਬਾਅ ਪਾਇਆ ਜਾਊਗਾ ਕਾਲਜਾਂ ਦੇ ਵਿੱਚ ਪ੍ਰਚਾਰਕਾਂ ਦੇ ਉੱਤੇ, ਇਹੀ ਕੁਛ ਸੰਤੋਖ ਸਿੰਘ ਨੂੰ ਭਈ ਚੂੜਾਮਣੀ ਕਵੀ ਦੇਖੋ ਜੀ ਭਈ ਕਵੀਆਂ ਦੇ ਵਿੱਚੋਂ ਇੱਦਾਂ ਆ, ਇੰਨੀ ਮਿਹਨਤ ਕੀਤੀ ਆ, ਇੱਦਾਂ ਦਾ ਇੰਨੇ ਕਲਾ ਜਿਹੜਾ ਛੰਦ ਲਿਖ ਦਿੰਦੇ ਸੀ ਉਹ, ਆਮ ਬੰਦਾ ਲਿਖ ਨਹੀਂ ਸਕਦਾ, ਆਹ ਫਾਇਦਾ ਆ ਉਹਦਾ, ਆਹ ਫਾਇਦਾ ਆ, ਫਿਰ ਮਾਨਸਿਕ ਦਬਾਅ ਇੰਨਾ ਪੈ ਜਾਂਦਾ ਬੰਦਾ ਬੋਲਣ ਜੋਗਾ ਰਹਿੰਦਾ ਹੀ ਨਹੀਂ। ਮਾਨਸਿਕ ਦਬਾਅ ਪੜ੍ਹਦਿਆਂ ਹੋ ਸਕਦਾ ਜੀ, ਅਗਲਾ ਕਹਿੰਦਾ ਜੀ ਮੈਂ ਭਾਈ ਵਿਦਿਆਰਥੀ ਇੱਥੋਂ ਦੇ ਇੰਸਟੀਚਿਊਟ ਦਾ, ਬਾਅਦ ਤੋਂ ਬਾਅਦ ਕੋਰਸ ਕਰਨ ਤੋਂ ਬਾਅਦ ਤਾਂ ਅਗਲਾ ਜਾਣੀ ਕਿ ਇਹ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ। ਨਾਲੇ ਦੋ ਗੱਲਾਂ ਇਕੱਠੀਆਂ ਹੋ ਗਈਆਂ ਨਾ, ਦੋ ਗੱਲਾਂ ਇਕੱਠੀਆਂ ਹੋ ਗਈਆਂ ਆ, ਇੱਕ ਤਾਂ ਹੋ ਗਿਆ ਪੇਸ਼ਾ, ਹਾਂਜੀ, ਇੱਕ ਹੈਗਾ ਆ ਪ੍ਰਚਾਰ, ਹਾਂਜੀ, ਇਹ ਵੱਖਰੇ ਵੱਖਰੇ ਪਿਛੇ ਵਿਸ਼ੇ ਸੀ। ਹੁੰਦਾ ਇੱਦਾਂ ਸੀ ਭਈ ਖੇਤੀ ਕਰਨਾ ਮੇਰਾ ਪੇਸ਼ਾ ਆ, ਉਥੋਂ ਵਿਹਲਾ ਹੋ ਕੇ ਮੈਂ ਪ੍ਰਚਾਰ ਕਰਦਾ ਆ, ਬੈਂਕ ਦੀ ਬੈਂਕ ਦੀ ਜੋਬ ਕਰਨਾ ਮੇਰਾ ਪੇਸ਼ਾ ਆ, ਵਿਹਲਾ ਹੋ ਕੇ ਮੈਂ ਪ੍ਰਚਾਰ ਕਰਦਾ ਆ, ਪਰ ਸਾਡੇ ਕੀ ਹੋ ਗਿਆ ਜਿਹੜਾ ਪ੍ਰਚਾਰ ਆ ਉਹੀ ਪੇਸ਼ਾ ਆ। ਹੁਣ ਜਿੱਥੇ ਵੀ ਤੁਸੀਂ ਜੋਬ ਕਰਦੇ ਆ ਨਾ, ਜਦੋਂ ਕੰਮ ਕੀਤਾ ਜਾਂਦਾ ਆ, ਕੰਮ ਦੇ ਉੱਤੇ ਹਦਾਇਤ ਹੁੰਦੀ ਆ ਅਗਲੇ ਨੂੰ ਵੀ ਦੇਖੀ ਆਹ ਕਸਟਮਰ ਬੜਾ ਜ਼ਰੂਰੀ ਆ, ਇਹਦਾ ਕੰਮ ਪਹਿਲਾਂ ਕਰ ਦਿਓ, ਇਹ ਕਸਟਮਰ ਇਹ, ਹਾਂ, ਇੰਪਲੋਈ ਨੂੰ ਉਹ ਹਦਾਇਤਾਂ ਮੰਨਣੀਆਂ ਪੈਣੀਆਂ। ਹੁਣ ਇਹ ਇੰਪਲੋਈ ਬਣ ਗਏ, ਹੁਣ ਜਦੋਂ ਸੰਸਥਾ ਨੇ ਕਾਲਜ ਆ ਚਾਹੇ ਟਕਸਾਲ ਆ ਚਾਹੇ ਜਿੱਥੇ ਪੜ੍ਹਾਉਂਦੇ ਆ ਪ੍ਰਚਾਰਕਾਂ ਨੂੰ, ਜਦੋਂ ਹਦਾਇਤ ਕਰਦੇ ਆ ਫਿਰ ਇਸ ਤਰ੍ਹਾਂ ਦੇ ਬੰਦਿਆਂ ਬਾਰੇ ਤੁਸੀਂ ਨਾ ਬੋਲਿਓ, ਨਹੀਂ ਤਾਂ ਸਾਡਾ ਗਾਹਾਂ ਰਾਹ ਬੰਦ ਹੋ ਜਾਣਾ। ਇਹ ਜਿਹੜੇ ਬੰਦੇ ਆ ਸਾਡੀ ਸੰਸਥਾ ਨੂੰ ਬਹੁਤ ਜ਼ਿਆਦਾ ਮਾਈਕ ਸਪੋਰਟ ਕਰਦੇ ਆ, ਇਹਨਾਂ ਬਾਰੇ ਕੁਛ ਨਾ ਕਿਹਾ ਫਿਰ ਉਹ ਕਿੱਦਾਂ ਕਰ ਲਊਗੇ, ਕਿਉਂਕਿ ਰੋਜੀ ਜੁੜੀ ਹੋ ਆ, ਰੋਜੀ ਜੁੜੀ ਹੈ ਜੀ। ਪਰ ਦੂਜੀ ਗੱਲ ਇਹ ਵੀ ਹੈ ਜੀ, ਯਾਨੀ ਕਿ ਇਹਨਾਂ ਨੂੰ ਅਸੀਂ ਜਿਹਨਾਂ ਦੀ ਮਰੀ ਹੋਈ ਜ਼ਮੀਰ ਆ ਸਹੀ ਤੇ ਪ੍ਰਚਾਰਕ ਉਹ ਹੋਣੇ ਚਾਹੀਦੇ ਇਹਨਾਂ ਦੀ ਜ਼ਮੀਰ ਐ ਪੂਰੀ ਅਵੇਅਰ ਹੋਵੇ, ਜਾਗਦੀ ਹੋਵੇ। ਪਰ ਇਹ ਤੋਂ ਤਾਂ ਇਹ ਸਿੱਧ ਹੁੰਦਾ ਵੀ ਪ੍ਰਚਾਰਕ ਸਾਡੇ ਅੱਜ ਕੱਲ ਹੋ ਰਹੇ ਵੀ ਜਿਹਨਾਂ ਦੀ ਜ਼ਮੀਰ ਮਰੀ ਹੋਈ। ਦੂਜੀ ਗੱਲ, ਹਾਂ ਹਾਂ ਹਾਂ, ਵੀ ਗੱਲ ਇੰਪੋਰਟੈਂਟ ਆ ਵੀ ਜਦੋਂ ਅਸੀਂ ਪੜ੍ਹਦੇ ਹਾਂ ਵੀ ਧਰਮ ਦਾ ਚੈਪਟਰ ਜਿਹੜਾ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਮੇਰੀ ਗਲੀ ਆਉਣਾ ਤਾਂ ਸੀਸ ਤਲੀ ਤੇ ਰੱਖ ਕੇ ਆਈ। ਹੁਣ ਜਿਸ ਬੰਦੇ ਨੇ ਪ੍ਰਚਾਰ ਕਰਨ ਤੁਰਨਾ ਆ, ਕੀ ਕਦੇ ਕਾਲਜ ਸੰਸਥਾ ਮਿਸ਼ਨਰੀ ਕਾਲਜ ਵਾਲੇ ਕਦੇ ਉਹਦੀ ਔਕਾਤ ਉਹਦੀ ਹੈਸੀਅਤ ਦੇਖਦੇ ਆ ਵੀ ਇਹ ਤਲੀ ਤੇ ਸਿਰ ਰੱਖਣ ਦੀ ਹੈਸੀਅਤ ਰੱਖਦਾ ਆ? ਹੁਣ ਵਿਧੀ ਚੰਦ ਆ ਬੰਦਾ, ਵਿਧੀ ਚੰਦ ਆ ਬੰਦਾ ਸਿੰਘ ਬਹਾਦਰ ਆ, ਜਦੋਂ ਤੁਸੀਂ ਉਹ ਗੱਲ ਕਰਦੇ ਹੋ ਬੰਦੇ ਜਿੱਦਾਂ ਹੁਣ ਜਿਹੜੇ ਉਸ ਵੇਲੇ ਖੱਤਰੀ ਜਿਹੜੇ ਆ ਖੱਤਰੀਆਂ ਦਾ ਕੰਮ ਹੀ ਲੜਨਾ ਹੁੰਦਾ ਸੀ, ਹੁਣ ਸੰਸ ਆਪ ਸਾਹਸ ਵਾਲੇ ਬੰਦੇ ਸੀ, ਹੌਸਲੇ ਵਾਲੇ ਬੰਦੇ ਸੀ ਉਹ, ਉਹਦੇ ਉੱਤੇ ਉਹਨਾਂ ਦੇ ਉੱਤੇ ਜਿਹੜਾ ਨਾ ਜਿਹੜਾ ਟਕਾਇਆ ਗੁਰੂ ਨੇ ਗਿਆਨ ਟਕਾ ਦਿੱਤਾ, ਡਰ ਕਾਬੂ ਕੀਤਾ ਸੀ ਤੇ ਉਹਨਾਂ ਨੂੰ ਡਾਇਰੈਕਸ਼ਨ ਜਿਹੜਾ ਗੱਡੀ ਆ, ਗੱਡੀ ਆ ਮੰਨ ਲਓ 4000 CC ਦੀ ਗੱਡੀ ਆ, ਠੀਕ ਹੈ, ਇੰਜਨ ਠੀਕ ਆ, ਗੇਅਰ ਬੋਕਸ ਠੀਕ ਆ, ਸਾਰਾ ਕੁਝ ਠੀਕ ਆ, ਬਸ ਡਰਾਈਵਰ ਹੈ ਨਹੀਂ, ਡਰਾਈਵਰ ਬਹਿ ਗਿਆ। ਹੁਣ ਗੁਰੂ ਸਾਹਿਬ ਨੇ ਉਹਨਾਂ ਦੇ ਜਿਹੜੀਆਂ ਗੱਡੀਆਂ ਠੀਕ ਸੀ, ਇੰਜਨ ਠੀਕ ਸੀ, ਉਹਨਾਂ ਦੇ ਹੌਸਲਾ ਬਹਾਦਰੀ ਦ੍ਰਿੜਤਾ ਪੰਕਚੁਅਲਿਟੀ ਉਹ ਤਾਂ ਸੀਗਾ ਸਾਰਾ ਕੁਛ, ਬਸ ਸਕਿੱਲ ਉਹ ਡਾਇਰੈਕਸ਼ਨ ਦੇ ਦਿੱਤੀ ਆ ਵੀ ਤੂੰ ਤੂੰ ਆਹ ਨਾ ਕਰ। ਹੁਣ ਜਦੋਂ ਭਾਈ ਲੈਣਾ ਜੀ ਦੇਵੀ ਦੇ ਜਾਂਦੇ ਆ ਤਾਂ ਉਹ ਵੀ ਹੌਸਲੇ ਨਾਲ ਹੀ ਜਾਂਦੇ ਆ, ਤਿਆਗ ਵੀ ਹੈਗਾ ਆ, ਕੁਰਬਾਨੀ ਵੀ ਹੈਗੀ ਆ, ਦ੍ਰਿੜਤਾ ਵੀ ਹੈਗੀ ਆ, ਪੰਕਚੁਅਲਿਟੀ ਵੀ ਹੈਗੀ ਆ, ਬਸ ਉਹ ਡਾਇਰੈਕਸ਼ਨ ਜਿਹੜੀ ਆ ਬਦਲ ਗਈ, ਦਿਸ਼ਾ ਦੱਸ ਦਿੱਤੀ ਵੀ ਭਾਈ ਇੱਥੋਂ ਆਹ ਸਵਾਰੀਆਂ ਚੱਕ ਲਾ ਫਲਾਨੀ ਜਗ੍ਹਾ ਤੇ ਪਹੁੰਚਾ ਦੇ।
ਦੱਸੋ ਗੱਲ ਉਵੇਂ ਹੋ ਗਈ ਨਾ ਜੀ ਭਾਈ ਲਹਿਣਾ ਜੀ ਵਾਲੀ ਵੀ ਜਿਵੇਂ ਹੁਣ ਭਾਈ ਸਾਹਿਬ ਗੱਲ ਕਰਦੇ ਹੁੰਦੇ ਵੀ ਭਾਈ ਜਿਹੜੇ ਟਕਸਾਲਾਂ ਦੇ ਸਾਧਾਂ ਦੇ ਇਹਨਾਂ ਦੇ ਚੇਲੇ ਆ ਜਿਹੜੇ ਵੀ ਅੰਮ੍ਰਿਤ ਵੇਲੇ 3-3 ਵਜੇ ਉੱਠਣ ਵਾਲੇ ਆ ਫਿਰ ਜੀ ਜਾਣ ਕੇ ਪੂਰਾ ਹੋਲ ਕੇ ਆਪਦੀ ਮਿਹਨਤ ਵੀ ਕਰਦੇ ਸੇਵਾ ਵੀ ਕਰਦੇ ਆ ਉਹ ਬੰਦਿਆਂ ਨੂੰ ਗੱਲ ਤਾਂ ਸਹੀ ਜਾਣੀ ਕਿ ਗਿਆਨ ਦੇਣ ਦੀ ਤੇ ਉੱਧਰ ਲਾਉਣ ਦੀ ਲੋੜ ਹੈ ਐਟੀਚਿਊਡ ਜਿਹੜਾ ਆ ਉਹ ਇਹਨਾਂ ਦੇ ਵਿੱਚ ਉਹ ਹੌਸਲਾ ਉਹ ਬਹਾਦਰੀ ਉਹ ਇਹਨਾਂ ਦਾ ਡਰ ਜਿਹੜਾ ਆ ਕਾਬੂ ਚ ਹੈਗਾ ਆ ਇਹ ਕਰ ਸਕਦੇ ਦ੍ਰਿੜਤਾ ਹੈਗੀ ਇਹਨਾਂ ਚ ਕੁਰਬਾਨੀ ਕਰ ਸਕਦੇ ਆ ਇੱਕ ਬਹੁਤ ਵੱਡਾ ਖਤਰਾ ਵੀ ਮੁੱਲ ਲੈ ਰਹੇ ਆ ਨਾ ਕੀ ਪਤਾ ਉਹ ਡੱਕਰੇ ਕਰ ਦੇਵੇ ਹੁਣ ਇਹ ਇਹ ਦੇਖਦੇ ਇਹ ਰੋਜੀ ਦੀ ਖਾਤਰ ਤੁਰੇ ਇੱਦਾਂ ਥੋੜੇ ਪਏ ਇਹ ਆਪਣੀ ਜਿਹੜੀ ਕੁਰਬਾਨੀ ਤਿਆਗ ਦੀ ਗੱਲ ਤਾਂ ਹੈ ਹੀ ਨੀ ਉਹਦੇ ਵਿੱਚ ਇਹ ਤਾਂ ਇਹ ਦੇਖਦੇ ਆ ਵੀ ਅਸੀਂ ਉੱਥੇ ਜਾ ਕੇ ਸੱਜਣ ਠੱਗ ਦੀ ਗੱਲ ਸੁਣਾਈਏ ਜਿੱਥੇ ਗੱਲ ਸੁਣ ਕੇ ਪੈਸੇ ਜ਼ਿਆਦਾ ਮਿਲਣ ਸਾਨੂੰ ਜਿਹਨੂੰ ਅਸੀਂ ਕਹਿੰਦੇ ਨਾ ਵੀ ਧੁੰਦੇ ਹੁਣਾਂ ਦੇ ਵਿੱਚ ਪੰਥਪ੍ਰੀਤ ਦੇ ਵਿੱਚ ਸਾਹਸ ਬਹੁਤ ਆ ਜੀ ਬੜ ਜਿਹੜੇ ਕਲਿੱਪ ਸੁਣਾਉਂਦੇ ਆ ਉਹ ਉਹਨਾਂ ਥਾਵਾਂ ਤੇ ਸੁਣਾਏ ਜਾਂਦੇ ਆ ਜਿਹਨਾਂ ਥਾਵਾਂ ਦੇ ਉੱਤੇ ਸਾਨੂੰ ਇਹਨਾਂ ਨੂੰ ਪਤਾ ਆ ਵੀ ਇਹ ਜਾਗਰੂਕਾਂ ਦੀਆਂ ਸਟੇਜਾਂ ਆ ਇੱਥੇ ਗੱਲਾਂ ਕਹਿਣ ਦੇ ਨਾਲ ਪੈਸੇ ਮਿਲਣੇ ਆ ਜਿੱਥੇ ਇਹਨਾਂ ਨੂੰ ਪਤਾ ਆ ਭਾਈ ਇੱਥੇ ਇਹ ਗੱਲ ਕਹਿਣ ਦਾ ਨੁਕਸਾਨ ਹੋਣਾ ਉੱਥੇ ਨੀ ਗੱਲਾਂ ਸੁਣਾਉਂਦੇ ਇਹ ਤੇ ਉਹ ਸੰਸਥਾ ਜਿਹੜੀ ਪਿੱਛੇ ਆ ਜਿੱਥੋਂ ਜਿੱਥੋਂ ਟ੍ਰੇਨਿੰਗ ਲੈ ਕੇ ਆਉਂਦੇ ਆ ਉਹ ਉਹ ਕਰਦੇ ਜਦੋਂ ਹੁਣ ਟਪਾਲੀ ਆ ਟਪਾਲੀ ਵਰਗੇ ਜਦੋਂ ਦੇਵੀ ਦਾ ਜਾਂ ਕਿਸੇ ਦਾ ਪੰਗਾ ਪੈਂਦਾ ਇਹਨਾਂ ਦਾ ਤੁਸੀਂ ਪੰਥਪ੍ਰੀਤ ਨੂੰ ਪੁੱਛ ਕੇ ਦੇਖ ਲਓ ਵੀ ਖੜ ਜਾ ਇਹਨਾਂ ਦੇ ਪਿੱਛੇ ਉਹ ਕਹਿੰਦਾ ਮੈਂ ਥੋੜੋ ਕਹਿੰਦਾ ਇੱਦਾਂ ਬੋਲਣ ਨੂੰ ਅਗਲੇ ਕਹਿੰਦੇ ਅਸੀਂ ਥੋੜੋ ਕਹਿੰਦੇ ਆਪੇ ਪੰਗੇ ਲੈਂਦੇ ਭੁਗਤਣ ਹੁਣ ਜਿੱਥੇ ਉਹਨਾਂ ਦੀ ਮੋਰਲ ਉਹ ਬਣਦੀ ਆ ਵੀ ਭਾਈ ਹਾਂ ਖੜੀਏ ਸਾਡੀ ਉੱਥੇ ਇਸ ਗੱਲ ਚ ਵੀ ਭਾਈ ਅਸੀਂ ਕਦੋਂ ਕਹਿੰਦੇ ਗੱਲਾਂ ਕਰਨੀ ਫਿਰ ਕਾਲਜ ਪ੍ਰਚਾਰਕ ਪ੍ਰਚਾਰਕ ਹੁੰਦਾ ਪੇਸ਼ਾ ਉਹਦਾ ਹੋਰ ਕੋਈ ਹੁੰਦਾ ਸਹੀ ਹੈ ਜੀ ਗੱਲ ਇਹ ਡਿਫਰੈਂਸ ਸਮਝ ਤਾਂ ਆਉਂਦਾ ਜੀ ਪਰ ਦੂਜੀ ਗੱਲ ਜਦੋਂ ਇਹ ਗੱਲਾਂ ਕਰਦੇ ਆ ਜੀ ਇਹ ਗੁਰੂ ਨਾਨਕ ਦੇਵ ਜੀ ਵੀ ਗਏ ਜੀ ਪ੍ਰਚਾਰ ਕੀਤਾ ਆਪਦੇ ਆਪ ਨੂੰ ਫਿਰ ਗੱਲਾਂ ਕਰਦੇ ਉਹ ਮੈਂ ਉਹੀ ਤਾਂ ਮੈਂ ਸੱਜਣ ਠੱਗ ਦੀ ਗੱਲ ਕਰਕੇ ਹਟਿਆ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਉਹ ਸਾਹਸ ਬਹਾਦਰੀ ਉਹ ਸਮਾਜ ਨੂੰ ਬਦਲਣ ਦੇ ਲਈ ਤੁਰੇ ਸੀ ਨਾ ਕਿ ਪੈਸੇ ਕਮਾਉਣ ਲਈ ਤੁਰੇ ਸੀ ਉਹਨੇ ਸੱਜਣ ਠੱਗ ਤੋਂ ਪਹਿਲਾਂ ਸਪੋਂਸਰਸ਼ਿਪ ਨਹੀਂ ਸੀ ਮੰਗੀ ਇਹ ਨਹੀਂ ਸੀ ਕਿਹਾ ਵੀ 10,000 ਲਊਂਗਾ ਮੈਂ ਤੇ ਜਾਂ ਤੂੰ ਆਪਣੀ ਮਰਜ਼ੀ ਨਾਲ ਜੋ ਦੇਣਾ ਦੇ ਦੇਈ ਇਹੀ ਬੇਸਿਕ ਡਿਫਰੈਂਸ ਆ ਜੀ ਵੀ ਜਿਹੜਾ ਸਾਨੀ ਕਿ ਆਮ ਲੋਕਾਂ ਨੂੰ ਤਾਂ ਸਮਝ ਆ ਵੀ ਸਮਝ ਆਉਂਦੀ ਆ ਵੀ ਹਾਂ ਯਾਰ ਵੀ ਗੱਲ ਇਹ ਆ ਪਰ ਇਹ ਆਪਦੇ ਆਪ ਨੂੰ ਮੇਲ ਕਰਨ ਲੱਗਿਆ ਮਿੰਟ ਲਾਉਂਦੇ ਨਹੀਂ ਉਹ ਕੋਈ ਨੀ ਜੀ ਕਰੀ ਜਾਣ ਉਹਦੇ ਨਾਲ ਫਰਕ ਨੀ ਪੈਣਾ ਉਹਦੇ ਨਾਲ ਚਲੋ ਕੋਈ ਨੀ ਵੀਰ ਜੀ ਸਾਡੇ ਨਾਲ ਦੋਹਾਂ ਲਾਈਨਾਂ ਤੇ ਸਰੋਤੇ ਆ ਦੇਖ ਲਈਏ ਮਿੰਟ ਵੀ ਸਾਡੇ ਕੋਲ 15 ਕਰਿੰਦੇ ਆ 0107 ਦੇ ਉੱਤੇ ਤੁਸੀਂ ਹੈਗੇ ਆ ਜੀ ਹੈਲੋ ਜੀ ਹਾਂਜੀ ਆਈ ਆ ਜੀ ਹੁਣ ਇੱਕ ਚੀਜ਼ ਬੜੀ ਹੀ ਦੋਗਲੀ ਆ ਆਪਣੇ ਲੋਕਾਂ ਚ ਦੇਖਣ ਨੂੰ ਮਿਲੀ ਆ ਜਿਹੜੇ ਮੈਂ ਖਾਸ ਕਰਕੇ ਇੱਥੇ ਦੇਖ ਰਿਹਾ ਕੈਨੇਡਾ ਦੇ ਵਿੱਚ ਕਿ ਅੱਜ ਤੱਕ ਹਿਸਟਰੀ ਦੇ ਵਿੱਚ ਮੈਂ ਕਿਉਂਕਿ ਅਮੈਰੀਕਾ ਚ ਵੀ ਆਪਣੇ ਫੈਡਰਲ ਕਨਵੋਕੇਸ਼ਨ ਤੇ ਗਿਆ ਸੀ ਉੱਥੇ ਮੈਂ ਦੇਖਿਆ 70% ਬੱਚੇ ਚਾਈਨੀਜ਼ ਸੀ ਤੁਹਾਡੀ ਆਵਾਜ਼ ਤੁਸੀਂ ਸਪੀਕਰ ਵਗੈਰਾ ਤਾਂ ਨਹੀਂ ਲਾਇਆ ਤੁਹਾਡੀ ਆਵਾਜ਼ ਥੋੜੀ ਜਿਹੀ ਇਦਾਂ ਜਿੱਦਾਂ ਇਕੋ ਵਾਲੀ ਆ ਡਬਲ ਆ ਰਹੀ ਹੈ ਯੂਜ਼ ਕਰ ਰਿਹਾ ਹਾਂ ਬਸ ਵੀ ਉਹਦੇ ਕਰਕੇ ਆ ਥੋੜੀ ਜਿਹੀ ਸਰੋਤਿਆਂ ਨੂੰ ਇੰਨੀ ਗੱਲ ਤੁਹਾਡੀ ਪੈਣੀ ਨਹੀਂ ਬਹੁਤੀ ਸਮਝ ਨਹੀਂ ਪੈਣੀ ਜੇ ਤੁਸੀਂ ਇੱਦਾਂ ਕਰ ਸਕਦੇ ਹੋ ਜਾਂ ਮੈਨੂੰ ਹਾਂਜੀ ਕੋਈ ਨਹੀਂ ਕਰ ਲਓ ਗੱਲ ਤੁਸੀਂ ਕਹਿ ਰਿਹਾ ਸੀ
ਅੱਜ ਤੱਕ ਦੀ ਹਿਸਟਰੀ ਚ ਏਦਾਂ ਨਹੀਂ ਹੋਇਆ ਕਿ ਇੱਕ ਕਮਿਊਨਿਟੀ ਮਤਲਬ ਜਿਹਦੇ ਜਿਹੜੇ ਅਸੀਂ ਬਹੁਤ ਵੱਧ ਚੜ੍ਹ ਕੇ ਅੱਗੇ ਹੁੰਦੇ ਹਾਂ ਕਿ ਯਾਰ ਅਸੀਂ ਤੇ ਅਸੀਂ ਤੇ ਜੀ ਸਾਰਿਆਂ ਦੀ ਹੈਲਪ ਕਰਦੇ ਹਾਂ, ਅਸੀਂ ਦੁਸ਼ਮਣਾਂ ਦੀ ਵੀ ਹੈਲਪ ਕੀਤੀ, ਅਸੀਂ ਇਹ ਕੀਤਾ ਉਹ ਕੀਤਾ, ਉਹ ਆਪਣੇ ਹੀ ਆਪਣੀ ਕਮਿਊਨਿਟੀ ਦੇ ਬੱਚਿਆਂ ਤੇ ਬੈਨ ਲਗਵਾਉਣ ਨੂੰ ਪੂਰੀ ਸ਼ਰਤ ਦਿੱਤੀ ਆ, ਤੇ ਉਹ ਉਹਨਾਂ ਦਾ ਦਬਾਅ ਦੇਖੋ ਇਹ ਆ ਕਿ ਇੱਥੋਂ ਦੇ ਐਮ ਪੀ, ਇੱਥੋਂ ਦੇ ਐਮ ਐਲ ਏ ਵੀ ਉਹਨਾਂ ਵੱਲ ਹੁੰਦੇ ਪਏ ਨੇ ਕਿ ਹਾਂ ਬਈ ਇਹੋ ਕਰਨਗੇ ਆਪਾਂ ਇਹਨਾਂ ਉੱਥੇ, ਉਹ ਜਾ ਕੇ ਮਿਲੇ ਨੇ ਇੱਥੋਂ ਦੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਕਿ ਇਹਨਾਂ ਨੂੰ ਰੋਕ ਕਿੱਦਾਂ ਲਾ ਦਿੱਤੀ ਜਾਏ, ਤੇ ਖਾਸ ਕਰਕੇ ਕੰਟਰੀਜ ਲਾਈਕ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਿਚ ਆਰ ਐਬਸੋਲੂਟ ਇਮੀਗ੍ਰੈਂਟ ਕੰਟਰੀ, ਉੱਥੇ ਹਾਲ ਇਹ ਹੋ ਗਿਆ ਕਿ ਲੱਖਾਂ ਦੇ ਬੱਚੇ ਆਉਂਦੇ ਨੇ ਤੇ 25-30 ਬੱਚਿਆਂ ਦੇ ਵਾਸਤੇ ਇੱਥੋਂ ਦੇ ਮਿਨਿਸਟਰ ਤੱਕ ਨੇ ਜੁਆਇੰਟ ਸਟੇਟਮੈਂਟ ਦੇ ਰਹੀ ਨੇ, ਤੇ ਇਹ ਕਮਿਊਨਿਟੀ ਜਿਹੜੀ ਕਹਿੰਦੀ ਹੈ ਕਿ ਅਸੀਂ ਜੀ ਅਸੀਂ ਤੇ ਖਲੋਤੇ ਹੁੰਦੇ ਹਾਂ ਜੀ, ਅਸੀਂ ਤੇ ਦੁਸ਼ਮਣਾਂ ਨੂੰ ਮਤਲਬ ਪਾਣੀ ਪਿਆਈ ਗਿਆ, ਭਾਈ ਇਹ ਜਦੋਂ ਬੋਲਣਾ ਆਉਂਦੇ ਨੇ ਤੇ ਘੱਟ ਨੀ ਕਰਦੇ। ਹੁਣ ਉਹਦੇ ਨਾਲ ਹੋਇਆ ਕਿ ਜਿਹੜੇ ਬੱਚੇ ਇੱਥੇ ਆਉਂਦੇ ਸੀ ਨਾ ਕੈਨੇਡਾ, ਇੰਡੀਆ ਜਿੱਥੇ ਠੀਕ ਰਹਿੰਦੇ ਸੀ, 18-18 ਸਾਲ ਦੇ ਬੱਚੇ ਜਿਹਨਾਂ ਨੇ ਕਦੀ ਜਾਂ ਤੇ ਕਿੰਨਾ ਜਿਹਨਾਂ ਨੇ 80s ਦਾ 90s ਦਾ ਦੌਰ ਨਹੀਂ ਦੇਖਿਆ ਜਾਂ ਜਿਹਨਾਂ ਨੇ ਅੱਜ ਕੱਲ ਹਰਨੇਕ ਸਿੰਘ ਦੀ ਵੀਡੀਓ ਨਹੀਂ ਦੇਖੀਆਂ, ਉਹਨਾਂ ਨੂੰ ਨਾ ਇੱਕ ਟੀਕਾ ਲੱਗ ਜਾਂਦਾ ਇੱਥੇ ਆ ਕੇ ਧਰਮ ਦਾ, ਬੜਾ ਬੁਰਾ ਇੰਨਾ ਬੁਰਾ ਟੀਕਾ ਲੱਗ ਜਾਂਦਾ ਕਿ ਉਹ ਆਪਣੀ ਆਪਣੀ ਆਈ ਡੀਜ, ਆਪਣੀ ਫੋਟੋਗ੍ਰਾਫ ਡੀ ਪੀਜ ਸਭ ਚੇਂਜ ਕਰਕੇ ਨਾ ਮਤਲਬ ਬਹੁਤ ਹੀ ਮਤਲਬ ਇੱਕ ਨੈਚੁਰਲ ਨੈਚੁਰਲ ਗਰੋਨ ਟੈਕਸਾਲੀ ਜੇ ਬਣ ਕੇ ਆਪਣੇ ਆਪ ਨੂੰ ਬਾਹਰ ਲੱਗ ਗਿਆ, ਤੁਸੀਂ ਦੇਖੋ ਇੱਕ ਇੱਕ ਬੱਚੇ ਤੋਂ 500 ਲੈਂਦੇ ਨੇ ਤੇ ਇੱਕ ਬੇਸਮੈਂਟ 7-7 ਬੱਚੇ ਰੱਖਦੇ ਨੇ, ਤੇ $3,500 ਇੱਕ ਬੇਸਮੈਂਟ ਤੋਂ ਕੱਢ ਕੇ ਆਪਣੇ ਘਰ ਦੀ ਕੱਢਦੇ ਨੇ, ਸਾਲ ਸਾਲ ਉਹ ਮੋਰਗੇਜ ਚਲਾਉਂਦੇ ਨੇ ਬੱਚੇ, ਸਾਲ ਬਾਅਦ ਜਦੋਂ 5-5, 7-7 ਬੱਚੇ ਇੱਕ ਜਗ੍ਹਾ ਘਰ ਚ ਰਹਿਣਗੇ, ਸਰ ਉਹਨਾਂ ਨੇ ਗਾਂਧੀ ਬਾਣਾ ਇੱਕ ਬਾਥਰੂਮ ਯੂਜ ਕਰਨਗੇ ਪਸੰਦ ਪੈਣਾ ਹੀ, ਉਹ ਬਿਕੋਜ਼ ਉਹ 7-8 ਰੁਪਏ ਵੱਖਰਾ ਲੱਗਣਾ ਪੈ ਗਿਆ ਕਿਉਂਕਿ ਉਹਨਾਂ ਨੇ ਬੇਸਮੈਂਟ ਸਾਲ ਭਰ ਯੂਜ ਕੀਤੀ ਤੇ ਗੰਦ ਪੈ ਗਿਆ ਥੋੜਾ ਜਿਹਾ, ਉਹ ਵੀਡੀਓ ਬਣਾ ਕੇ ਅਸੀਂ ਉੱਥੇ ਕੀਤੀਆਂ। ਮੈਂ ਵਾਪਸ ਆਉਂਦਾ ਆਪਣੀ ਗੱਲ ਤੇ ਕਿ ਬੱਚਿਆਂ ਨੇ ਜਦੋਂ ਆਹ ਦੇਖਿਆ ਨਾ ਤੇ ਰੰਗ ਦੇਖੇ ਨਾ, ਉਹਨਾਂ ਨੇ ਕਿਹਾ ਯਾਰ ਆਹ ਤੇ ਕੰਮ ਹੀ ਹੋਰ ਹੈ, ਇਹ ਤੇ ਬੰਦੇ ਹੀ ਕੁਛ ਹੋਰ ਨੇ, ਅਸੀਂ ਇਹਨਾਂ ਵਾਸਤੇ ਜਿੱਥੇ ਮਰਜ਼ੀ ਅਸੀਂ ਉੱਥੇ ਇਹਨਾਂ ਵਾਸਤੇ ਹੋਇਆ, ਕਿਉਂਕਿ ਇੱਥੋਂ ਦੇ ਲੋਕਲ ਐਮ ਪੀ ਸੀ, ਇੱਥੋਂ ਦੇ ਐਮ ਐਲ ਏ, ਉਹਦੇ ਵਿੱਚ 4-5 ਤਾਂ ਪੰਜਾਬ ਵੱਲ ਹੁੰਦਾ ਨਾ, ਜਿਹੜੇ ਬਦਮਾਸ਼ ਐਮ ਐਲ ਏ ਨੇ ਆਪਣੇ ਥੱਲੇ ਬਦਮਾਸ਼ ਰੱਖੇ ਹੁੰਦੇ ਨੇ, ਤੇ ਉਹਨਾਂ ਦੇ ਬੰਦੇ ਨੇ 30-40 ਜਿਹੜੇ ਘੋੜਾ ਪਾਉਂਦੇ ਫਿਰਦੇ, ਸਾਰੀ ਕਮਿਊਨਿਟੀ ਸਾਰੇ ਸਟੂਡੈਂਟ ਸਾਰੇ ਜਿਹੜੇ ਬੱਚੇ ਪੜ੍ਹ ਪੜ੍ਹ ਕੇ ਆਉਂਦੇ, ਉਹਨਾਂ ਤੇ ਇਹਨਾਂ ਨੇ ਇਹ ਲਾਤਾ 1 ਲੱਖ ਦਾ ਇੱਕ ਬੈਂਡ ਆ ਜੀ, 1.5 ਲੱਖ ਦਾ ਇੱਕ ਬੈਂਡ ਆ ਜੀ, ਇਹ ਨਿਕੰਮੇ ਨੇ ਜੀ, ਇਹਨਾਂ ਨੂੰ ਆਉਣ ਚਾਹੀਦਾ ਨੇ ਐਂਟਰੀ ਲੈਣ। ਉਹ ਬੱਚਿਆਂ ਨੇ ਹੁਣ ਕੀ ਕੀਤਾ, ਜਿਹੜੇ ਡੀ ਸੀ ਜਿਹੜੇ ਭਿੰਡਰਾਂ ਵਾਲੇ ਦੀ ਲਾਈ ਸੀ ਜਾਂ ਤੋਪਾਂ ਦੀਆਂ ਇਹਨਾਂ ਦੀ ਲਾਈ ਸੀ, ਉਹ ਉਹਨਾਂ ਨੇ ਬਦਲ ਕੇ ਆਪਣੇ ਰੂਟ ਚ ਆ ਗਏ, ਬਸ ਉਹਨਾਂ ਨੇ ਦੇਖਿਆ ਕਿ ਯਾਰ ਇਹ ਤੇ ਮਤਲਬ ਕੰਟਰੀ ਚ ਆ ਕੇ ਇੱਕ ਦਾ ਕਸੂਰ ਤੇ ਸਾਰੇ ਦੇ ਉੱਤੇ ਇਹਨਾਂ ਨੇ ਪੇਂਟ ਫੇਰਤਾ, ਹਲੇ ਸਾਡਾ ਕੋਈ ਕਸੂਰ ਨਹੀਂ, ਅਸੀਂ ਆਪਣਾ ਇੰਨਾ ਮਿਹਨਤ ਕਰਦੇ ਪਏ ਹਾਂ, ਇੰਨਾ ਇੰਨਾ ਦੂਰ ਟਰੈਵਲ ਕਰਦੇ ਪਏ ਹਾਂ, ਤਾਂ ਸਾਡੇ ਕੋਲ ਪੇਂਟ ਫੇਰਤਾ, ਤੇ ਇਹਨਾਂ ਨੇ ਕੀ ਕਰਦੇ ਹੋਣਗੇ ਉਸ ਟਾਈਮ ਤੇ। ਸੋ ਕੈਨੇਡਾ ਦੇ ਵਿੱਚ ਅੱਜ ਕੱਲ੍ਹ ਇਹ ਚੀਜ਼ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਜਦੋਂ ਲੋਕਾਂ ਨੇ ਤੁਹਾਡੀ ਵੀਡੀਓ ਸੁਣਨੀ ਸ਼ੁਰੂ ਕੀਤੀਆਂ ਸੀ, ਮੈਂ ਤੁਹਾਡੀ ਗੱਲ ਬੜੀ ਚੰਗੀ ਸੀ ਕਿ ਇਹ ਨਾ ਕਰਨ ਕਿ ਇੱਕ ਦੋ ਵੀਡੀਓ ਸੁਣਨ ਤੇ ਆਪਣੇ ਆਪ ਨੂੰ ਕਹਿਣ ਕਿ ਹਾਂ ਇੱਦਾਂ। ਤੇ ਮੇਰੇ ਜਿੰਨੇ ਵੀ ਸਟੂਡੈਂਟਸ ਵਗੈਰਾ ਮੇਰੇ ਵਾਕਫ ਬੱਚੇ ਜਿਹੜੇ ਮੈਨੂੰ ਜਾਣਦੇ ਨੇ, ਕਿਉਂਕਿ ਮੈਂ ਆਈ ਟੀ ਛੱਡਾਂ ਤੇ ਮੇਰੇ ਨੀਚੇ ਕਾਫੀ ਬੱਚੇ ਜਿਹੜੇ ਆਉਂਦੇ ਨੇ ਉਹ ਪੜ੍ਹਨ ਆਉਂਦੇ ਬਸ ਜਾਂਦੇ ਆ, ਟ੍ਰੇਨਿੰਗ ਆਉਂਦੇ ਨੇ ਇੱਥੇ ਜਿਹੜੀ ਕੰਪਲੀਟ ਕੰਮ ਕਰਦੇ ਨੇ, ਤੇ ਉਹ 10-12 ਪਾਸੇ ਪੰਜਾਬੀ ਬੱਚੇ ਵੀ ਸੀ। ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਇੱਕ ਵਾਰੀ ਨਾ ਹਰਨੇਕ ਸਿੰਘ ਦਾ ਸਰਚ ਕਰੋ, ਹਰਨੇਕ ਸਿੰਘ ਐਂਡ ਜਰਾ ਸੁਣੋ ਯੂਟਿਊਬ ਤੇ ਵੀਡੀਓ। ਉਹ ਪਹਿਲੇ 2-3 ਦਿਨ ਹਾਂ ਹਾਂ ਬੜੀ ਦੇ ਗੱਲ ਦਿੱਤੀ, ਮੈਂ ਕਿਹਾ ਬੇਟਾ ਏਦਾਂ ਨੀ, ਮੈਂ ਕਿਹਾ ਪਿਛਲੇ 3 ਮਹੀਨੇ ਦਾ ਵੀਡੀਓ ਇੱਕ ਵਾਰੀ ਕੁਆਟਰ ਤੇ ਲਗਾਉਣਾ ਪੈਣਾ ਸਮਝਣ ਵਾਸਤੇ ਕਿ ਬੰਦਾ ਗੱਲ ਕੀ ਕਹਿਣਾ ਚਾਹੁੰਦਾ। ਉਹਦਾ ਪ੍ਰਭਾਵ ਇਹ ਕਿ ਇੱਕ ਚੇਨ ਰਿਐਕਸ਼ਨ ਜਿਹਾ ਬਣ ਰਿਹਾ, ਪੀਪਲ ਆਰ ਲਿਸਨਿੰਗ ਟੂ ਯੂ, ਪੀਪਲ ਆਰ ਅੰਡਰਸਟੈਂਡਿੰਗ ਵਟ ਇਟ ਇਜ਼, ਐਂਡ ਪੀਪਲ ਆਰ ਥਿੰਕਿੰਗ ਟੂ ਵਟ ਦ ਰਾਈਟ ਸ਼ੁਡ ਹੈਵ ਬੀਨ ਡਨ। ਤੇ ਬੱਚੇ ਬੜੇ ਇਨਵੈਸਟਿਡ ਫੀਲ ਕੀਤੇ ਨੇ। ਇੱਕ ਬੱਚੇ ਨੇ ਗੱਲ ਕੀਤੀ ਤੇ ਕੱਲ੍ਹ ਮੈਂ ਤਾਂ ਗਿਆ ਵਾਲੇ ਸਾਹਿਬ ਜੀ, ਮੈਂ ਕੰਮੀ ਸੀ ਵੀਡੀਓ, ਕਿ ਯਾਰ ਤੁਸੀਂ ਬੱਚਿਆਂ ਦੇ ਕਹਿ ਸਕਦੇ ਬੱਚਿਆਂ ਨੇ ਇੱਕ ਵਾਰੀ ਡੰਡਾ ਤੇ ਬੇਸਬਾਲ ਚਲਾ ਕੇ, ਤੇ ਗੁਰਦੁਆਰੇ ਜਿਹੜੇ ਜਦੋਂ ਉਹ ਜਿਹੜੇ ਛੇਣੇ ਨਾਲ ਵਰਕਸ਼ਾਪ ਲਾਈਦੇ ਹੁੰਦੇ ਨੇ, ਉਹ ਮੀਟ ਮੀਟ ਚੱਲਦੇ ਨੇ, ਉਹ ਸਟੂਡੈਂਟ ਚਲਾਉਂਦੇ ਨੇ, ਕੌਣ ਚਲਾਉਂਦਾ ਕੋਈ ਸ਼ੱਕ ਨੀ। ਵੀਰ ਜੀ, ਸਾਰੇ ਕੁਛ ਦੇ ਵਿੱਚ ਨਾ ਇੱਕ ਚੀਜ਼ ਦਾ ਖਿਆਲ ਰੱਖੀਏ, ਚਾਹੇ ਉਹ ਗੁਰਦੁਆਰਿਆਂ ਦੇ ਵਿੱਚ ਝਗੜਾ ਹੁੰਦਾ, ਚਾਹੇ ਕਮੇਟੀਆਂ ਦੇ ਆਪਸੀ ਆ, ਚਾਹੇ ਪਰਿਵਾਰ ਦਾ ਹਸਬੈਂਡ ਵਾਈਫ ਦਾ, ਜਾਂ ਸਟੂਡੈਂਟਾਂ ਦਾ ਬਾਹਰ ਬਾਜ਼ਾਰ ਦੇ ਵਿੱਚ ਆ, ਉਹਦੇ ਚ ਇੱਕ ਚੀਜ਼ ਦਾ ਖਿਆਲ ਰੱਖੀਏ ਵੀ ਹਰੇਕ ਬੰਦੇ ਨੂੰ ਪਹਿਲਾਂ ਇਹ ਸੋਚਣਾ ਪੈਣਾ ਵੀ ਮੇਰਾ ਸਟੇਟਸ ਕੀ ਆ ਤੇ ਮੇਰੇ ਲਈ ਪ੍ਰਾਇਓਰਟੀ ਕੀ ਆ। ਅਸੀਂ ਕੀ ਕਰਦੇ ਹਾਂ, ਆਪਣੇ ਫਰਜ਼ ਪਛਾਣਨ ਦੀ ਬਜਾਏ ਅਸੀਂ ਹੱਕਾਂ ਪ੍ਰਤੀ ਸੁਚੇਤ ਹੁੰਦੇ ਹਾਂ। ਮੇਰਾ ਵਾਹ ਆ ਪੰਜਾਬੀਆਂ ਨਾਲ, ਜਦੋਂ ਨਾ ਕਿਤੇ ਫੈਕਟਰੀ ਦੇ ਵਿੱਚ ਕਿਤੇ ਕੰਮ ਕਰਦੇ ਹਾਂ ਤੇ ਕਿਸੇ ਨੂੰ ਕਹੀਏ ਵੀ ਤੁਸੀਂ ਕੰਮ
ਤੇ ਆਪਣੀ ਡਿਊਟੀ ਜਾਂ ਆਪਣਾ ਟਾਈਮ, ਉਹ ਇਹ ਨੀ ਦੇਖਦਾ ਵੀ ਮੇਰਾ ਫਰਜ਼ ਕੀ ਆ ਤੇ ਮੈਨੂੰ ਕਰਨਾ ਕੀ ਚਾਹੀਦਾ। ਉਹ ਫਟਾਫਟ ਕਹਿੰਦਾ ਉਹ ਫਲਾਨੇ ਨੂੰ ਦੇਖੋ ਤਾਂ ਉਹ ਕੀ ਕਰਦਾ, ਜਦੋਂ ਕਿ ਚਾਹੀਦਾ ਨੀ ਇਹ। ਜਿੱਦਾਂ ਤੁਸੀਂ ਹੁਣ ਤੁਸੀਂ ਸੜਕ ਤੇ ਗੱਡੀ ਚਲਾਉਂਦੇ ਆ, ਤੁਹਾਡੀ ਗੱਡੀ ਓਵਰ ਸਪੀਡ ਆ, ਪੁਲਿਸ ਵਾਲੇ ਨੇ ਰੋਕ ਲਿਆ ਤੁਹਾਨੂੰ, ਹੁਣ ਤੁਹਾਨੂੰ ਉਹ ਕਹਿ ਰਿਹਾ ਵੀ ਦੇਖ 50 ਦਾ ਏਰੀਆ ਸੀ, ਤੇਰੀ ਗੱਡੀ 68 ਤੇ ਜਾ ਰਹੀ ਸੀ, ਤੂੰ ਮੇਰੇ ਨਾਲ ਐਗਰੀ ਆ ਜਾਂ ਨਹੀਂ ਐਗਰੀ। ਤੁਸੀਂ ਕਹਿੰਦੇ ਨਹੀਂ, ਉਹ ਕੈਮਰਾ ਖੋਲ ਕੇ ਤੁਹਾਨੂੰ ਦਿਖਾ ਦਿੰਦਾ ਵੀ ਆਹ ਦੇਖ ਰਿਕਾਰਡ ਹੋਇਆ ਵੀ ਮੈਂ ਹੁਣ ਤੈਨੂੰ $100 ਦੀ ਟਿਕਟ ਦੇਣ ਲੱਗਾ ਆ, 28 ਦਿਨ ਤੇਰੇ ਕੋਲ ਪੇ ਕਰਨ ਲਈ ਆ, ਜੇ ਤੂੰ ਚੈਲੰਜ ਕਰਨਾ ਹੋਇਆ ਦੀ ਪਿਛਲੇ ਪਾਸੇ ਲਿਖਿਆ ਸਾਰਾ, ਤੂੰ ਕਰ ਸਕਦਾ ਇਹਨੂੰ। ਹੁਣ ਉੱਥੇ ਤੁਸੀਂ ਇਹ ਤਾਂ ਉਹਨੂੰ ਕਹਿ ਸਕਦੇ ਆ ਵੀ ਮੈਂ 68 ਤੇ ਸੀਗਾ ਜਾਂ ਨਹੀਂ ਸੀਗਾ, ਪਰ ਇਹ ਨੀ ਕਹਿ ਸਕਦੇ ਵੀ ਉਹ ਦੇਖ ਟਰੱਕ ਕਿੰਨੀ ਤੇਜ਼ ਗਿਆ, ਉਹ ਕਾਰ ਕਿੰਨੀ ਤੇਜ਼ ਗਈ ਆ, ਕਿਉਂਕਿ ਉਹ ਐਟ ਏ ਟਾਈਮ ਇੱਕ ਨੂੰ ਡੀਲ ਕਰ ਸਕਦਾ ਆ। ਹੁਣ ਇਹਨਾਂ ਮੁਲਕਾਂ ਚ ਆ ਕੇ ਨਾ ਇੱਕ ਚੀਜ਼ ਸਾਨੂੰ ਸਮਝਣੀ ਪੈਣੀ ਆ ਵੀ ਮੈਨੂੰ ਆਪਣੇ ਫਰਜ਼ਾਂ ਬਾਰੇ ਗੱਲ ਕਰਨੀ ਪੈਣੀ ਆ। ਜਿੱਥੇ ਮੈਂ ਆਪਣਾ ਫਰਜ਼ ਨਿਭਾਉਣ ਤੋਂ ਕੁਤਾਹੀ ਕਰ ਦਿੱਤੀ ਹੈ ਨਾ, ਉੱਥੇ ਮੈਂ ਇਹ ਕਹਿ ਕੇ ਨਹੀਂ ਬਚ ਜਾਣਾ ਵੀ ਫਲਾਨਾ ਵੀ ਤਾਂ ਕਰਦਾ ਹੀ ਆ, ਮੈਨੂੰ ਉਹ ਰਿਸਪੋਂਸੀਬਿਲਟੀ ਲੈਣੀ ਪੈਣੀ। ਹਾਂ, ਦੂਜੀ ਗੱਲ, ਗਲਤੀ ਜਿੱਡੀ ਮਰਜ਼ੀ ਹੋਵੇ, ਜੇ ਉਹਦੇ ਸਿੱਟੇ ਭੁਗਤਣ ਲਈ ਤਿਆਰ ਆ ਨਾ, ਤਾਂ ਫੇਰ ਪਰਵਾਹ ਨੀ ਸਾਨੂੰ ਕਰਨੀ ਚਾਹੀਦੀ ਵੀ ਕੋਈ ਗੱਲ ਨੀ ਭਾਈ, ਮੈਨੂੰ ਪਤਾ ਆ ਇਹ ਗਲਤੀ ਆ, ਮੈਨੂੰ ਇਹ ਵੀ ਪਤਾ ਹੈ ਨਹੀਂ ਹੋਣੀ ਚਾਹੀਦੀ ਸੀ, ਮੇਰੇ ਜਜ਼ਬਾਤ ਆ ਵਾਲਾ ਖਾ ਗਿਆ, ਮੈਂ 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 ਕਰਾਂ, ਕਿਉਂਕਿ ਮੇਰੇ ਤੋਂ ਤਾਂ ਕਾਬੂ ਨਹੀਂ ਹੁੰਦਾ, ਜੇ ਮੇਰੇ ਨਾਲ ਕੋਈ ਇੱਦਾਂ ਕਰੇ ਫਿਰ ਤਾਂ ਮੈਂ ਇੱਦਾਂ ਹੀ ਕਰੂੰਗਾ, ਪਰ ਇਹਦੇ ਮੈਂ ਨਤੀਜੇ ਭੁਗਤਣ ਲਈ ਤਿਆਰ ਹਾਂ। ਇੱਕ ਗੱਲ ਹੋ ਰਿਹਾ, ਜਦੋਂ ਅਸੀਂ ਸਟੂਡੈਂਟਾਂ ਦੀ ਗੱਲ ਕਰਦੇ ਹਾਂ ਨਾ, ਵੀ 20-25 ਜਾਂ 15-20 ਸਟੂਡੈਂਟਾਂ ਦੀ ਗਲਤੀ ਦੇ ਨਾਲ ਅਸੀਂ ਸਾਰਿਆਂ ਨੂੰ ਨਹੀਂ ਕਹਿ ਸਕਦੇ। ਉਹਨਾਂ ਇੱਕ ਜਗ੍ਹਾ ਸਾਹਿਬ ਸਿੰਘ ਨੇ ਲਿਖਿਆ ਵੀ ਜਦੋਂ ਐਮਨਾਬਾਦ ਕਹਿੰਦੇ ਹਮਲਾ ਹੋਇਆ ਨਾ, ਬਾਬਰ ਨੇ ਹਮਲਾ ਕੀਤਾ। ਹੈਲੋ, ਹਾਂ, ਉਹ ਗੁਰਬਾਣੀ ਦੇ ਵਿੱਚ ਸ਼ਬਦ ਵੀ ਆਉਂਦਾ ਆ ਵੀ ਜਿੱਥੇ ਬਾਬਰ ਬਾਣੀ ਫਿਰ ਗਈ ਜਦੋਂ ਆਉਂਦਾ, ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ, ਹਨਾ, ਹਿੰਡੋਲੀ ਚੜ੍ਹ ਆਈਆਂ ਦੰਦ ਖੰਡ ਕੀਤੇ ਰਾਸ, ਇੱਕ ਜਿੱਥੇ ਆਉਂਦਾ 1 ਲੱਖ ਲੈਣ ਬੈਠੀਆਂ 1 ਲੱਖ ਲੈਣ ਖੜੀਆਂ, ਗਰੀ ਸ਼ੁਆਰੇ ਖਾਂਦੀਆਂ ਮਾਨਣ ਸੀ ਜਿਹੜੀਆਂ, ਉਹ ਜਿਹੜੇ ਪਠਾਨ ਸੀ ਉੱਥੇ ਦੇ ਐਮਨਾਬਾਦ ਦੇ ਸੈਦਪੁਰ ਦੇ, ਉਹਨਾਂ ਦੀ ਹਾਲਤ ਲਿਖੀ ਆ ਵੀ ਇਹ 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 ਆਹ ਕੁਛ ਕਰਦੇ ਸੀਗੇ ਵੀ ਜਦੋਂ ਜਦੋਂ ਆਪਣੇ ਆਜ਼ਾਦੀ ਦੇ ਵਿੱਚ ਸੀ ਨਾ, ਤਾਂ ਰੰਗ ਤਮਾਸ਼ੇ ਚਾਵਾਂ ਦੇ ਵਿੱਚ ਇੱਦਾਂ ਵੀ ਜਿਹੜੀਆਂ ਮੀਂਡੀਆਂ ਗੰਦਾ ਗਦਾ ਕੇ ਕਿੰਨੇ ਕਿੰਨੇ ਨੌਕਰ ਇੱਦਾਂ ਵੀ ਇਹਨੀ ਆਪਣਾ ਫਰਜ਼ ਤਾਂ ਪਛਾਣਿਆ ਹੀ ਨਹੀਂ। ਹੁਣ ਉੱਥੇ ਸਵਾਲ ਹੋਇਆ ਵੀ ਜੇ ਇਹ ਗੱਲ ਆ ਵੀ ਜਿਹੜੇ ਉਹ ਪਠਾਨ ਸੀ 5-7-10-20 ਟੱਬਰ ਹੋਣਗੇ ਜਿਹੜੇ ਬਾਦਸ਼ਾਹ ਰਾਜੇ ਜਿਹੜੇ ਉਹਨਾਂ ਦੇ ਮੁਖੀ ਸੀ, ਉਹਨੇ ਤਾਂ ਫਰਜ਼ ਨਹੀਂ ਪਛਾਣਿਆ, ਉਹਨਾਂ ਦੇ ਉੱਤੇ ਧੱਕਾ ਕਿ ਬਾਬਰ ਦਾ ਹਮਲਾ ਹੋ ਗਿਆ ਤੇ ਉਹਨੂੰ ਸਜ਼ਾ ਮਿਲ ਗਈ, ਜਿਹੜੇ ਆਮ ਲੋਕ ਆ ਉਹ ਤਾਂ ਵਿਚਾਰੇ ਸਾਰਾ ਲਗਾ ਦਿੰਦੇ ਸੀ, ਉਹ ਤਾਂ ਆਪਣੇ ਸਾਰੇ ਫਰਜ਼ ਪਛਾਣਦੇ ਸੀ, ਉਹਨਾਂ ਦਾ ਕੀ ਕਸੂਰ ਸੀ। ਉਹਨਾਂ ਥੋੜੇ ਚਿਰ ਬਾਅਦ ਕਿਤੇ ਉਹ ਕਹਿੰਦੇ, ਉਹ ਸਾਹਿਬ ਸਿੰਘ ਨੇ ਲਿਖਿਆ, ਉਹ ਕਹਿੰਦੇ ਭਾਈ ਕਿਤੇ ਦਰਖਤ ਦੇ ਥੱਲੇ ਬੈਠੇ ਕਰਦੇ ਸੀਗੇ, ਆਰਾਮ ਕਰਦੇ ਸੀ, ਤੇ ਸੁੱਤਿਆਂ ਨੇ ਭਾਈ ਮਰਦਾਨਾ ਜੀ ਨੇ ਨਾ ਆਪਣੇ ਛਾਤੀ ਦੇ ਉੱਤੇ ਜ਼ੋਰ ਨਾਲ ਹੱਥ ਮਾਰਿਆ ਤੇ ਉਹ ਗੁਰੂ ਸਾਹਿਬ ਨੇ ਬਾਹਾਂ ਫੜ ਕੇ ਉਹਨੂੰ ਹਲਾ ਕੇ ਠਾਲਿਆ, ਕਹਿੰਦੇ ਇਹ ਕੀ ਕੀਤਾ। ਉਹ ਕਹਿੰਦਾ ਜੀ ਵੀ ਮੇਰੇ ਕੀੜੀ ਲੜੀ ਸੀ, ਮੈਨੂੰ ਲੱਗਦਾ ਕੀੜੀ ਸੀ, ਤਾਂ ਮੈਂ ਕਹਿੰਦਾ ਮਾਰ ਦਿੱਤੀ ਆ। ਉਹ ਕਹਿੰਦੇ ਵੀ ਕੀੜੀ ਤਾਂ ਇੱਕ ਲੜੀ ਆ, ਤੈਂ ਸਾਰੀ ਡਾਰੇ ਹੀ ਮਾਰ ਦਿੱਤੀ, ਪਿੱਛੇ ਜਿਹੜੀਆਂ 30-40 ਤੁਰੀਆਂ ਆਉਣੀਆਂ ਤੇ ਸਾਰੀਆਂ ਮਾਰ ਸਿੱਟੀਆਂ। ਉਹ ਜਿਹੜਾ ਜਵਾਬ ਦਿੱਤਾ ਭਾਈ ਮਰਦਾਨਾ ਜੀ ਨੇ, ਉਹ ਕਹਿੰਦੇ ਵੀ ਉਹ ਜਿਹੜੀਆਂ ਪਿੱਛੇ ਤੁਰੀਆਂ ਸੀ, ਜਿਹੜੀ ਦੰਦੀ ਵੱਢਣੇ ਵਾਲੀ ਸੀ, ਉਹਦੇ ਨਾਲ ਕਿਉਂ ਤੁਰੀਆਂ ਉਹ? ਜੇ ਦੰਦੀ ਵੱਢਣ ਵਾਲੀ ਦੇ ਨਾਲ ਤੁਰਨਗੀਆਂ ਫੇਰ ਤਾਂ ਨਾਲ ਮਰਨਗੀਆਂ ਹੀ ਉਹ। ਤੁਹਾਡੀ ਗੱਲ ਸਹੀ ਹੈ ਸਰ, ਬਟ ਜਿਹੜੀ ਤੁਸੀਂ ਕਹਿੰਦੇ ਜਿਹੜੇ ਤੁਹਾਡੀ ਬਿਲਕੁਲ ਗੱਲ ਸਹੀ ਆ, ਬਟ ਜਿਹੜੀ ਆਹ ਬੱਚਿਆਂ ਦੀ ਹਾਲਤ ਤੁਸੀਂ ਕਦੀ ਮਤਲਬ ਤੁਸੀਂ ਉੱਥੇ ਦੇਖਦੇ ਹੋਏ ਸਟੂਡੈਂਟ ਆਉਂਦੇ ਨੇ, ਇਹਨਾਂ ਦੀ ਵਿਚਾਰੇ ਦੀ ਹਾਲਤ ਹੀ ਬਹੁਤ ਮਾੜੀ ਹੈ ਇਸ ਟਾਈਮ ਤੇ। ਉਹਦਾ ਕਾਰਨ ਇਹ ਹੈ ਨਾ, ਉਹਨੂੰ ਅਸੀਂ ਇੱਦਾਂ ਨਹੀਂ, ਉਹਨੂੰ ਦੋਸ਼ੀ ਅਸੀਂ ਇੱਥੇ ਲੋਕਾਂ ਨੂੰ ਨਹੀਂ ਠਹਿਰਾ ਸਕਦੇ। ਤੁਸੀਂ ਦੇਖੋ ਇਹ ਗੱਲ ਸੁਣੋ, ਤੁਸੀਂ ਕੈਨੇਡਾ ਚ ਰਹਿੰਦੇ ਆ, ਤੁਸੀਂ ਇੱਥੇ ਦੀ ਹਾਲਤ ਦੇਖ ਲਈ ਆ, ਤੇ ਤੁਸੀਂ ਪਤਾ ਕਰੋ ਇੰਡੀਆ ਤੋਂ ਜਿਹੜੇ ਨਵੇਂ ਸਟੂਡੈਂਟ ਆਉਣ ਲੱਗੇ ਨਾ, ਤੁਸੀਂ ਸਮਝਾਓ ਉਹਨਾਂ ਨੂੰ ਵੀ ਦੇਖੋ ਬੇਟਾ ਇੱਥੇ ਜੌਬ ਮਿਲ ਨਹੀਂ ਰਹੀ, ਜਿਹੜਾ ਤੁਹਾਡੇ ਪੜ੍ਹਾਈ ਦਾ ਖਰਚਾ ਉਹ ਤਾਂ ਤੁਹਾਨੂੰ ਪਤਾ ਆ,
ਪਰ ਜਿਹੜਾ ਰਹਿਣ ਦਾ ਖਰਚਾ ਹੈ ਨਾ, ਜੇ ਤੁਸੀਂ ਸਾਲ ਪੜ੍ਹਨਾ ਤਾਂ ਘੱਟੋ ਘੱਟ ਇੰਨੇ ਪੈਸੇ ਦਾ ਅਰੇਂਜ ਕਰਕੇ ਆਇਓ, ਨਹੀਂ ਤਾਂ ਤੁਹਾਨੂੰ ਬੇਸਮੈਂਟ ਚ ਇੱਦਾਂ ਰਹਿਣਾ ਪੈਣਾ, ਤੁਹਾਡੀ ਹਾਲਤ ਮਾੜੀ ਹੋਣੀ ਆ। ਉਸ ਵੇਲੇ ਉਹ ਉਹ ਕੀ ਉਹ ਸਮਝ ਜਾਊਗਾ ਆਪਣੇ ਪੈਸੇ ਲੈ ਕੇ ਆ ਰਿਹਾ ਉੱਥੋਂ ਉਹ? ਮੈਂ ਉਹੀ ਗੱਲ ਕਰਦਾ ਨਾ ਉਹਦੇ ਵਿੱਚ। ਹੁਣ ਤੁਸੀਂ ਦੇਖੋ ਨਾ, ਜਦੋਂ ਜਿਹੜੀ ਸਟੇਟ ਆ, ਸਟੇਟ ਨੇ ਆਪਣੇ ਆਪ ਨੂੰ ਤਾਂ ਮੇਨਟੇਨ ਕਰਨਾ ਹੀ ਨਾ, ਉਹਦੇ ਵਿੱਚ ਅਸੀਂ ਕਰ ਰਹੇ ਹਾਂ ਵੀ ਪੇਪਰ ਜਿਹੜੇ ਏਜੰਟ ਆ ਉਹ ਉਨੇ ਪੈਸੇ ਹੁੰਦੇ ਨੀ ਬੈਂਕ ਵਿੱਚ ਸ਼ੋਅ ਕਰ ਦਿੰਦੇ ਆ, ਦਿਖਾ ਦਿੰਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਆ ਕੇ ਇੱਥੇ, ਉਹਦੇ ਨਾਲ ਫਿਰ ਸਾਰਿਆਂ ਤੇ ਅਸਰ ਤਾਂ ਪੈਣਾ ਹੀ ਆ ਨਾ। ਹੁਣ ਜੇ ਅਸੀਂ ਕਮਿਊਨਿਟੀ, ਜਿਹੜੀ ਕਮਿਊਨਿਟੀ ਦੇ ਤੌਰ ਤੇ ਕਮਿਊਨਿਟੀ ਨੂੰ ਇਹ ਨਹੀਂ ਹੈਗਾ ਵੀ ਹੁਣ ਜੇ ਲੜਾਈ ਹੋ ਗਈ ਤਾਂ ਕਮਿਊਨਿਟੀ ਚੁੱਪ ਰਹੇ, ਕਮਿਊਨਿਟੀ ਨੂੰ ਇਹ ਚਾਹੀਦਾ ਵੀ ਕੈਨੇਡਾ ਦੇ ਵਿੱਚ ਜਾਂ ਹੁਣ ਨਿਊਜ਼ੀਲੈਂਡ ਵੀ ਆ, ਜਿਹੜੇ ਬੰਦੇ ਦਾ ਫਿਕਰ ਕਰਦੇ ਆ ਉਹ 5-7-10 ਫੈਮਿਲੀ ਇਕੱਠੇ ਹੋਣ, ਉਹ ਲੱਖ ਲੱਖ ਡਾਲਰ ਪਾ ਕੇ ਇੱਕ ਟਰੱਸਟ ਖੋਲਣ, ਟਰੱਸਟ ਬਣਾਉਣ, ਉਹ ਇੰਡੀਆ ਚੰਡੀਗੜ੍ਹ ਦੇ ਵਿੱਚ ਇੱਕ ਇੰਡਕਸ਼ਨ ਸੈਂਟਰ ਖੋਲਣ ਜਿੱਦਾਂ ਆਈਲੈਟਸ ਕਰਦੇ ਆ, ਇੱਦਾਂ ਹੀ 3 ਮਹੀਨੇ ਦੀ 2.5 ਮਹੀਨੇ ਦੀ ਇੰਡਕਸ਼ਨ ਹੋਵੇ ਜਿਹਦੇ ਵਿੱਚ ਉੱਥੇ ਕਿਚਨ ਬਰਤਨੀ ਕਿੱਦਾਂ ਆ, ਲਾਉਂਡਰੀ ਕਿੱਦਾਂ ਬਰਤਨੀ ਆ, ਰਹਿਣ ਦਾ ਸਟੈਂਡਰਡ ਕੀ ਆ, ਬਾਜ਼ਾਰ ਦੇ ਵਿੱਚ ਕਿੱਦਾਂ ਸ਼ੋਪਿੰਗ ਕਿੱਦਾਂ ਹੁੰਦੀ ਆ, ਟੋਇਲਟ ਕਿੱਦਾਂ ਯੂਜ਼ ਕਰਨੀ ਆ। ਗੁਰਦੁਆਰੇ ਦੀ ਪ੍ਰਬੰਧ ਕਈ ਸੀ ਵੀ ਸਾਨੂੰ ਪਤਾ ਆ, ਗੁਰਦੁਆਰੇ ਵਾਲੇ ਦੇ ਦੇਣ, ਗੁਰਦੁਆਰੇ ਵਾਲੇ ਦਿਨ ਹਫਤੇ ਦੀ ਇੰਡਕਸ਼ਨ ਦੋ ਦੋ ਤਿੰਨ ਤਿੰਨ ਘੰਟੇ ਦੀ ਦੇਣ, ਇੱਥੇ ਕੁਛ ਨੀ ਕਰਦੇ। ਮੈਂ ਕਹਿੰਦਾ ਜਿਹੜੇ ਗੁਰਦੁਆਰੇ ਦੀ ਬੋਰਡ ਲਗਾ ਦਿੰਦੇ ਨੇ ਕਿ ਵਿਦਿਆਰਥੀ ਇੱਥੇ ਨਾ ਆਉਣ, ਹਨਾ, ਨੋ ਸਟੂਡੈਂਟ ਗੁਰਦੁਆਰਾ ਬਣਾ ਤਾ, ਕਈ ਇੱਕ ਇਹ ਜਿਹੀ ਥਾਵਾਂ ਨੇ ਨੋ ਸਟੂਡੈਂਟ ਗੁਰਦੁਆਰੇ ਬਣਾ ਤੇ ਨੇ, ਕੁਛ ਗੁਰਦੁਆਰੇ ਨੂੰ ਤਾਂ ਦੇਖਣਾ ਚਾਹੀਦਾ ਨਾ। ਅਸੀਂ ਆਪਣਾ ਇੱਕ ਰੂਲ ਜਿਹਾ ਬਣਾ ਕੇ, ਕੁਛ ਹੋਰ ਹੀ ਸਿਸਟਮ ਜਿਹਾ ਬਣਾ ਕੇ ਇੱਥੇ, ਅਜੀਬ ਬਹੁਤ ਹੀ ਅਜੀਬ ਸਿਚੁਏਸ਼ਨ ਹੈ ਕੈਨੇਡਾ ਵਿੱਚ। ਅਸੀਂ 2009 ਵਿੱਚ ਅਸੀਂ ਇੱਥੇ ਸਿੰਘ ਸਭਾ ਆਪਣੀ ਕਮੇਟੀ ਦੇ ਵਿੱਚ 6 ਸਟੂਡੈਂਟ ਸੀ ਸਾਡੇ ਪ੍ਰਬੰਧਕ ਕਮੇਟੀ ਦੇ ਵਿੱਚ। ਤੁਸੀਂ ਰੇਡੀਓ ਸੁਣਦੇ, ਬਲਜਿੰਦਰ ਸਿੰਘ ਨੂੰ ਸੁਣਦੇ ਆ ਤੁਸੀਂ? ਉਹ ਸਟੂਡੈਂਟ ਆ, ਅੰਗਰੇਜ਼ ਸਿੰਘ ਸਟੂਡੈਂਟ ਆ, ਪਰਮਪ੍ਰੀਤ ਪਹਿਲਾਂ ਖਬਰਾਂ ਦਿੰਦਾ ਹੁੰਦਾ ਸੀ ਉਹ ਸਟੂਡੈਂਟ ਆ, ਗੁਰਪ੍ਰੀਤ ਸਿੰਘ ਮੇਰੇ ਨਾਲ ਹੁੰਦਾ ਇੱਥੇ ਉਹ ਇਹ ਸਟੂਡੈਂਟ ਆ, ਤਲਵਿੰਦਰ ਸਿੰਘ ਸੀਗਾ ਉਹ ਸਟੂਡੈਂਟ ਸੀ। ਅਸੀਂ ਸਾਡੇ 6-7 ਕਮੇਟੀ ਵਿੱਚ ਸਟੂਡੈਂਟ ਸੀਗੇ ਜਾਣੀ, ਤੇ ਬਾਕੀ ਸਾਰਾ ਕੁਛ ਅਸੀਂ ਕਰਕੇ ਦੇਖਿਆ। ਪਰ ਇੱਕ ਗੱਲ ਦੱਸਾਂ, ਜਿਹੜੇ ਸਾਡੇ ਇੱਥੇ ਸਰੂਪ ਚੱਕ ਕੇ ਲਗਾਏ ਉਹਨਾਂ ਚੋਂ ਵੀ ਬਹੁਤ ਗਿਣਤੀ ਸਟੂਡੈਂਟਾਂ ਦੀ ਸੀ, ਠੀਕ ਹੈ। ਹੁਣ ਜੇ ਉਹ ਆਪਣਾ ਫਰਜ਼ ਨਹੀਂ ਪਛਾਣ, ਮੈਂ ਕਹਿੰਦਾ ਪ੍ਰਬੰਧਕ ਵੀ ਨੀ ਕਰ ਰਹੇ ਉਹ ਵੀ ਨੀ ਕੀ, ਜਿਹੜੇ ਜਿਹੜੇ ਬੰਦੇ ਲੜੇ ਆ ਉਹਨਾਂ ਨੂੰ ਇੱਦਾਂ ਪਤਾ ਨੀ ਸੀ ਵੀ ਲੜਾਈ ਦੇ ਕੌਨਸੀਕੁਐਂਸਿਸ ਕੀ ਆ, ਇਹਨਾਂ ਦਾ ਪਤਾ ਹੋਣਾ ਚਾਹੀਦਾ ਸੀ ਨਾ। ਹੁਣ ਜਿਹੜੇ ਜਿਹੜੇ ਬੰਦੇ ਇੱਥੇ ਤੁਸੀਂ ਆਏ ਆ ਕੈਨੇਡਾ, ਤੁਸੀਂ ਕਿਸ ਗਰਾਊਂਡ ਤੇ ਆਏ ਆ, ਬਿਜ਼ਨਸ ਤੇ ਜਾਂ ਪੁਆਇੰਟ ਸਿਸਟਮ ਤੇ? ਹੁਣ ਜੇ ਸਟੂਡੈਂਟਸ ਨੂੰ ਓਪਰਚੁਨਿਟੀ ਮਿਲੀ ਆ, ਉਹਨਾਂ ਨੂੰ ਨਾਲ ਇਹ ਵੀ ਤਾਂ ਸਮਝਣਾ ਚਾਹੀਦਾ ਨਾ ਵੀ ਅਸੀਂ ਜਾ ਕੇ ਉੱਥੇ ਐਡਜਸਟ। ਦੇਖੋ ਤੁਸੀਂ ਮੋਟਰਵੇ ਤੇ ਗੱਡੀ ਪਾਉਂਦੇ ਆ, ਮੋਟਰਵੇ ਦੀਆਂ 4 ਲੇਨਾਂ ਆ, ਉਹ ਤੇ ਗੱਡੀਆਂ ਜਾ ਰਹੀਆਂ ਆ। ਹੁਣ ਜੇ ਉੱਥੇ ਖੜ ਕੇ ਕਦੇ ਦੇਖੋ ਨਾ ਤੁਸੀਂ, ਫੇਰ ਲਈ ਟਰਾਂਸਪੋਰਟ ਮਿਨਿਸਟਰ ਨੂੰ ਜਾਂ ਕਿਸੇ ਅਧਿਕਾਰੀ ਨੂੰ ਪੁੱਛੋ ਵੀ ਮੈਂ ਇੱਥੇ ਗੱਡੀ ਪਾਉਣੀ ਚਾਹੁੰਦਾ, ਦੱਸ ਮੈਨੂੰ ਕਿੱਥੇ ਇੱਕ ਜਗ੍ਹਾ ਮਿਲੂਗੀ, ਖੜ ਕੇ ਦੇਖ ਲਿਓ, ਤੁਹਾਨੂੰ ਕਿਤੇ ਵੀ ਨੀ 10 ਮੀਟਰ ਤੋਂ ਵੱਧ ਜਗ੍ਹਾ ਮਿਲਦੀ। ਬੰਦਾ ਕਹੇ ਵੀ ਇੱਦਾਂ ਤਾਂ ਕਦੇ ਵੀ ਨੀ ਗੱਡੀ ਪਾ ਸਕਦਾ ਮੈਂ, ਉਹ ਕਹਿੰਦੇ ਚੱਲ ਠੀਕ ਹੈ ਤੂੰ ਇੱਦਾਂ ਕਰ, ਇੱਥੋਂ ਕਹਿੰਦਾ ਇਹਨਾਂ ਲਾਈਟਾਂ ਤੋਂ ਗੱਡੀ ਮੋੜ, ਵੀ ਆਹ ਦੇਖ 60-70 ਮੀਟਰ ਦਾ ਬਖਵਾ ਆ, ਇਹਦੇ ਉੱਤੇ ਜਾ ਕੇ ਨਾ ਆਪਣੀ ਗੱਡੀ ਨੂੰ ਜਿੰਨੀ ਜੇ 100 ਦੀ ਸਪੀਡ ਆ ਇਹਨੂੰ ਕੋਸ਼ਿਸ਼ ਕਰ ਪੇ 90 ਤੱਕ ਚੱਲ ਜਾਵੇ, ਫਿਰ ਨੇੜੇ ਜਾ ਕੇ ਇੰਡੀਕੇਟਰ ਦੇ ਦੇਈ। ਉਹ ਜਿਹੜੀਆਂ ਪਿੱਛੋਂ ਗੱਡੀਆਂ ਆਉਣੀਆਂ ਆ ਉਹਨਾਂ ਦੇ ਮੂਹਰੇ ਸਾਈਨ ਲਾਇਆ ਆ ਵੀ ਭਾਈ ਇੱਥੋਂ ਐਂਟਰ ਹੋਣੀਆਂ ਨਵੀਆਂ ਗੱਡੀਆਂ, ਵੀ ਉਹਨੇ ਤੈਨੂੰ ਥਾਂ ਦੇ ਦੇਣੀ ਆ, ਪਰ ਕੋਸ਼ਿਸ਼ ਕਰੀ ਆਪਣੀ ਗੱਡੀ ਨੂੰ ਇੰਨੀ ਕੁ ਤੇਜ਼ ਕਰ ਲਈ ਜਿੰਨੀ ਤੇਜ਼ ਉਹ ਜਾਣੀਆਂ ਗੱਡੀਆਂ। ਇੱਦਾਂ ਨਾ ਹੋਵੇ ਜੇ 100 ਤੇ ਆਉਣੀਆਂ ਤਾਂ 50 ਤੇ ਗੱਡੀ ਵਿੱਚ ਵੜੀ, ਤੇਰੇ ਪਿੱਛੋਂ ਭੰਨਣੀ ਕਿਸੇ ਨੇ ਫੇਰ ਨਾ ਕਹੀਂ। ਹੁਣ ਜੇ ਤੁਹਾਨੂੰ ਇਹ ਮੋਟਰਵੇ ਤੇ ਚੜ੍ਹਨ ਦੀ ਇਜਾਜ਼ਤ ਮਿਲੀ ਆ ਤੇ ਆਪਣੀ ਗੱਡੀ ਨੂੰ ਉਨੀ ਕੁ ਤੇਜ਼ ਕਰ ਲਓ ਤਾਂ, ਤੇ ਦੇਖ ਲਓ ਵੀ ਮੇਰੀ ਗੱਡੀ ਇੱਥੇ ਚੱਲਣ ਜੋਗੀ ਹੈਗੀ ਆ ਕਿ ਨਹੀਂ।
ਹੁਣ ਜਿਹੜੀ ਗੱਡੀ ਦਾ ਪਹਿਲਾਂ ਹੀ ਤੁਹਾਨੂੰ ਬਰੰਟ ਵਾਲਿਆਂ ਨੇ ਕਹਿਤਾ ਵੀ ਇਹਦੇ ਟਾਇਰ ਬਦਲਾ ਲਾ ਨਹੀਂ ਤਾਂ ਫਟ ਜਾਣਾ ਪਤਾ ਨਹੀਂ ਕਿਸੇ ਵੇਲੇ, ਉਹਨੂੰ ਤੁਸੀਂ ਜਿੱਥੇ 150-125 ਕਿਲੋਮੀਟਰ ਦੀ ਸਪੀਡ ਨਾਲ ਗੱਡੀਆਂ ਜਾਂਦੀਆਂ ਮੋਟਰਵੇ ਤੇ ਚਾੜ ਲੈਂਦੇ ਆ, ਹੁਣ ਮੰਨ ਲਓ ਪਿੱਛੇ ਟਰੇਲੇ ਚ ਸਮਾਨ ਰੱਖਿਆ ਤੇ ਤਰਪਾਲ ਵੀ ਨੀ ਪਾਈ, ਉਹ ਮੋਟਰਵੇ ਤੇ ਚਾੜਦੇ ਤਾਂ ਰਜਾਈ ਉੱਡੀ ਜਾਂਦੀ, ਸਰਾਣਾ ਉਧਰ ਨੂੰ ਉੱਡ ਗਿਆ, ਫੇਰ ਤੁਸੀਂ ਕਹੋ ਵੀ ਬਾਕੀਆਂ ਨੂੰ ਹੱਕ ਦਿੱਤੇ ਮੈਨੂੰ ਰੋਕ ਦਿੱਤਾ। ਉਹ ਸਾਰਾ ਕੁਛ ਸਾਨੂੰ ਨਾ ਜਦੋਂ ਅਸੀਂ ਸਮੁੱਚਤਾ ਦੇਖਦੇ ਹਾਂ, ਜਾਣੀ ਕਿਸੇ ਨਾ ਕਿਸੇ ਧਿਰ ਨੂੰ ਆਪਣੇ ਫਰਜ਼ ਪਛਾਣਨ ਲਈ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋ ਕੇ, ਜਾਗਰੂਕ ਹੋ ਕੇ, ਆਪਣੇ ਆਪਣੀ ਡਿਊਟੀ ਓਰੀਐਂਟਡ ਹੋ ਕੇ ਸਾਨੂੰ ਸਟੈਪ ਲੈਣੇ ਪੈਣੇ ਆ। ਮੈਂ ਨਾ 87 ਵਿਚ ਇੱਥੇ ਆਇਆ, ਉਦੋਂ ਸਟੂਡੈਂਟ ਨਹੀਂ ਸੀ ਹੁੰਦੇ, ਤੇ ਅਸੀਂ ਜਦੋਂ ਆਏ ਆ ਤੇ ਸਾਨੂੰ ਇੱਥੇ ਨੀਲੇ ਕਹਿੰਦੇ ਹੁੰਦੇ ਸੀ, ਜਿਹੜੇ ਪੁਰਾਣੇ ਬੰਦੇ ਸੀ। Okay. ਸਾਨੂੰ ਬਹੁਤ ਚਿਰ ਬਾਅਦ ਇਹਨਾਂ ਨੇ ਇੱਦਾਂ ਜਿੱਦਾਂ ਉਦੋਂ ਬਿਸਟਰ ਆਏ ਸੀ, ਬਿਸਟਰ ਵੀਜ਼ਾ ਲੌਂਗੀ ਡੇਵਿਡ ਲੌਂਗੀ ਇੱਥੇ ਪ੍ਰਧਾਨ ਮੰਤਰੀ ਹੁੰਦਾ ਸੀ, ਉਹਦੀ ਰਾਜੀਵ ਗਾਂਧੀ ਇਹਨਾਂ ਦੇ ਟੱਬਰ ਨਾਲ ਬਹੁਤ ਸੀ ਉਹਦੀ। ਅੱਛਾ। ਤੇ ਜਦੋਂ ਰਾਜੀਵ ਗਾਂਧੀ ਬਣਿਆ ਪ੍ਰਾਈਮ ਮਿਨਿਸਟਰ, ਉਹ ਲੌਂਗੋਵਾਲ ਦਾ ਸਮਝੌਤਾ ਹੋਇਆ 85 ਦੇ ਐਂਡ ਜਹੇ ਦੇ ਵਿੱਚ, 86 ਦੇ ਸ਼ੁਰੂ ਦੇ ਵਿੱਚ ਇੱਥੇ ਵੀਜ਼ੇ ਖੋਲ ਦਿੱਤੇ ਸੀ ਪੰਜਾਬ ਦੇ ਲਈ, ਖੋਲੇ ਵੀ ਏਦਾਂ ਖੁੱਲ ਦਿਲੀ ਨਾਲ ਸੀ ਵੀ ਜਿਹੜੇ ਬੰਦੇ ਸੀਗੇ ਇੱਥੇ ਸਪੋਂਸਰ ਇੱਕ ਪੇਪਰ ਭੇਜਦੇ ਸੀ ਉਹ ਤੇ 10-10, 8-8, 6-6 ਨਾਂ ਪਾ ਕੇ ਇੱਦਾਂ ਹੀ ਆ ਜਾਂਦੇ ਸੀ। ਉਹ ਜਿੱਦਾਂ ਹੁਣ ਕਹਿੰਦੇ ਨਾ ਵੀ ਸੰਗਤ ਤਾਂ ਜੀ ਥੋੜੀ ਹੁੰਦੀ, ਬਾਕੀ ਤਾਂ ਸਟੂਡੈਂਟ ਹੁੰਦੇ ਆ, ਇੱਦਾਂ ਹੀ ਉਦੋਂ ਕਹਿੰਦੇ ਹੁੰਦੇ ਸੀ ਵੀ ਸੰਗਤ ਤਾਂ ਥੋੜੀ ਹੁੰਦੀ, ਬਾਕੀ ਤਾਂ ਬਿਸਟਰ ਆ ਸਾਰੇ, ਤੇ ਬਿਸਟਰ ਕਹਿੰਦੇ ਸੀ ਉਦੋਂ ਕਿਉਂਕਿ ਬਿਸਟਰ ਵੀਜ਼ੇ ਤੇ ਆਏ ਸੀ ਅਸੀਂ। ਹੁਣ ਗੱਲ ਇਹ ਆ, ਇਹ ਹਰੇਕ ਦੌਰ ਦੇ ਵਿੱਚ ਹੁੰਦੀ ਆ। ਤੁਸੀਂ ਇੱਕ ਦੇਖੋ, ਮੈਂ ਨਿਊਜ਼ੀਲੈਂਡ ਚ ਮੇਰਾ ਤਜਰਬਾ ਆ, ਜਿਹੜੇ ਸਟੂਡੈਂਟ ਕਿਸੇ ਟਾਈਮ ਇਹ ਕਹਿੰਦੇ ਸੀ ਨਾ ਵੀ ਸਾਡੇ ਨਾਲ ਧੱਕਾ ਹੋ ਰਿਹਾ ਆ, ਉਹੀ ਸਟੂਡੈਂਟਾਂ ਨੇ ਪੱਕੇ ਹੋ ਕੇ ਏਜੰਟੀ ਦਾ ਧੰਦਾ ਖੋਲ ਲਿਆ, ਉਹੀ ਸਟੂਡੈਂਟ ਪੱਕੇ ਹੋ ਕੇ ਕਾਲਜਾਂ ਦੇ ਮੈਨੇਜਰ ਬਣ ਗਏ। ਉਹਨਾਂ ਦੀ ਇੱਦਾਂ ਦੇ ਵੀ ਸਟੂਡੈਂਟ ਇੱਥੇ ਹੈਗੇ ਆ ਵੀ ਜੇ 5 ਕਾਲਜ ਹੈ ਨਾ ਸ਼ਹਿਰ ਦੇ ਵਿੱਚ, ਤੇ ਕੱਲੇ ਕੱਲੇ ਕਾਲਜ ਨੇ ਮੋਹਰੇ ਸਟੂਡੈਂਟ ਕਮਿਸ਼ਨ ਤੇ ਰੱਖ ਲਏ ਵੀ ਕਿਉਂਕਿ ਸਾਨੂੰ ਇੰਡੀਆ ਤੋਂ ਸਟੂਡੈਂਟ ਨਹੀਂ ਮਿਲ ਰਹੇ, ਤੁਸੀਂ ਇਹ ਕੋਸ਼ਿਸ਼ ਕਰੋ ਵੀ ਦੂਜੇ ਕਾਲਜਾਂ ਦੇ ਸਟੂਡੈਂਟਾਂ ਨੂੰ ਭੰਨ ਕੇ ਲਿਆ ਕੇ ਸਾਡੇ ਆ ਲੈ ਕੇ ਆਓ, ਵੀ ਤੁਹਾਨੂੰ ਇੱਕ ਸਟੂਡੈਂਟ ਮਗਰ $500 ਦਿਆਂਗੇ ਅਸੀਂ। ਹੁਣ ਏਜੰਟੀ ਵੀ ਉਹਨਾਂ ਨੇ ਕੀਤੀ ਕਾਲਜ ਦੇ ਵਿੱਚ ਵੀ, ਉਹ ਜਾ ਕੇ ਸੋਸ਼ਣ ਉਹਨਾਂ ਦੀਆਂ ਅਸਾਈਨਮੈਂਟਾਂ ਦੇ ਕਰਨ ਲਈ, ਉਹੀ ਬੰਦੇ ਆ ਜਿਹੜੇ ਅਸੀਂ ਜਦੋਂ ਆਏ ਆ, ਜਿਹੜੇ ਬੰਦੇ ਉਦੋਂ ਆ ਕੇ ਰੌਲਾ ਪਾਉਂਦੇ ਸੀ ਨਾ ਵੀ ਸਾਨੂੰ ਇੱਥੇ ਜੌਬ ਮਿਲਣ ਤੋਂ ਔਖਾ ਹੋ ਰਿਹਾ ਹੈ, ਲੋਕ ਧੱਕਾ ਕਰ ਰਹੇ ਆ, ਉਹਨਾਂ ਦੇ ਵਿੱਚੋਂ ਜਿਹੜੇ ਜਾਣੀ ਹੁਣ ਤੱਕ ਜਿਹੜੇ ਇੱਥੇ ਦੇ ਫਾਰਮਿੰਗ ਵਿੱਚ ਠੇਕੇਦਾਰ ਆ, ਉਹਨਾਂ ਚੋਂ 95% ਉਹ ਬੰਦੇ ਆ ਜਿਹੜੇ ਉਦੋਂ ਵਿਜ਼ਟਰ ਵੀਜ਼ੇ ਤੇ ਆ ਕੇ ਇਹ ਕੰਪਲੇਂਟ ਕਰਦੇ ਸੀ ਵੀ ਸਾਡੇ ਨਾਲ ਧੱਕਾ ਹੋ ਰਿਹਾ ਆ, ਉਹਨੇ ਠੇਕੇਦਾਰੀ ਕੀਤੀ ਆ ਕੇ। ਹੁਣ ਅਸੀਂ ਮੈਂ ਗੱਲ ਫੇਰ ਉੱਥੇ ਕਰਦਾ ਵੀ ਅਸੀਂ ਆਪਣੇ ਰਾਈਟਸ ਓਰੀਐਂਟਡ ਆ, ਸਾਡੀ ਸੋਚ ਹੱਕਾਂ ਪ੍ਰਤੀ ਸੁਚੇਤ ਆ, ਇਹਨੂੰ ਪੀੜੀ ਲੱਗਣੀ ਆ ਬਦਲ ਨੂੰ, ਇੱਕਦਮ ਨਹੀਂ ਤੀਜੀ ਪੀੜੀ ਚ ਜਾ ਕੇ ਬਦਲਾਅ ਹੋ ਸਕਦਾ, ਸਾਨੂੰ ਇਹਨਾਂ ਇਹਨਾਂ ਲੋਕਾਂ ਵਾਂਗ ਸੋਚਣਾ ਪੈਣਾ ਆ। ਅਸੀਂ ਇਹ ਲੋਕ 40 ਘੰਟੇ ਕੰਮ ਕਰਕੇ 2 ਦਿਨ ਬੀਚ ਦੇ ਘੁੰਮਦੇ ਆ, ਅਸੀਂ ਅਸੀਂ ਕਹਿੰਦੇ ਵੀ ਲੌਗ ਬੁੱਕ ਕਾਹਤੇ ਆ, ਮੈਂ 11 ਘੰਟੇ ਕਰਨੀ ਪੈਂਦੇ, ਮੈਨੂੰ ਇੰਸਟਰਕਸ਼ਨ ਆ, ਮੈਂ ਤਾਂ 14 ਕਰਨਾ ਚਾਹੁੰਦਾ। ਜਾਣੀ ਸਾਨੂੰ ਹੁਣ ਬੰਦਾ ਟਰੱਕ ਚਲਾ ਰਿਹਾ, ਉਹਦੇ ਕੋਲ ਬਾਥਰੂਮ ਲਈ ਖੜਨ ਲਈ ਟਾਈਮ ਨਹੀਂ, ਜਦਕਿ ਡਾਕਟਰ ਕਹਿੰਦੇ ਜੇ ਬਾਥਰੂਮ ਰੋਕਿਆ ਤੇ ਪ੍ਰੋਬਲਮ ਬਣਨੀ ਆ ਤੈਨੂੰ, ਰੋਟੀ ਖਾਣ ਲਈ ਟਾਈਮ ਨਹੀਂ, ਮਤਲਬ ਇਹ ਥੋੜੀ ਤਾਂ ਅਸੀਂ ਪਤਾ ਨਹੀਂ ਹੁਣ ਮੈਂ ਕਿੰਨਾ ਕੁ ਗਲਤ ਹੋਵਾਂ, ਇਹ ਥੋੜੀ ਹੋ ਸਕਦਾ ਵੀ ਇੱਦਾਂ ਤੁਸੀਂ ਆਪਣੀ ਲਾਈਫ ਨੂੰ ਸੈੱਟ ਨਹੀਂ ਕਰ ਸਕਦੇ ਵੀ ਜੇ ਸਵੇਰੇ ਤੁਸੀਂ ਬ੍ਰੇਕਫਾਸਟ ਕਰਦੇ ਆ ਤਾਂ ਕਿੰਨੇ ਕੁ ਚਿਰ ਬਾਅਦ ਤੁਸੀਂ ਘੰਟਾ ਕੱਢ ਸਕਦੇ, 1.5 ਘੰਟਾ ਕੱਢ ਸਕਦੇ ਆ ਆਪਣੀ ਲਾਈਫ ਨੂੰ ਕਰਨੇ ਲਈ। ਅਸੀਂ ਜਾਣੀ ਚਲੋ ਇਹ ਵੀ ਪਤਾ ਨਹੀਂ ਕਿੱਦਾਂ ਕਰਦੇ ਆ, ਅਸੀਂ ਸਾਡੇ ਜਿੰਨੇ ਧੰਦੇ ਆ ਜਿੰਨੇ ਪੇਸ਼ੇ ਆ ਪੰਜਾਬੀਆਂ ਦੇ, ਉਹ ਆ ਜਿਨ੍ਹਾਂ ਚ ਪੈਸਾ ਆ। ਹੁਣ ਇਹਨਾਂ ਮੁਲਕਾਂ ਨੇ ਸਕੂਲ ਬਣਾਏ, ਹਸਪਤਾਲ ਬਣਾਏ ਆ,
ਜਿਹੜੀ ਜੇ ਜੇ ਜਿਹੜਾ ਧੰਦਾ ਜੇ ਹੁਣ ਟੈਕਸੀ ਵੀ ਆ ਇਹ ਬੰਦੇ ਜਦੋਂ ਚਲਾਉਂਦੇ ਹੋਸਪਿਟਲ ਨਰਸਿੰਗ ਕਰਦੇ ਆ ਜਾਣੀ ਇੱਕ ਮੈਂ ਇੱਥੇ ਪਰਿਵਾਰ ਨੂੰ ਜਾਣਦਾ ਜੀ ਉਹ ਲੇਡੀ ਮੈਨੇਜਰ ਸੀ 90,000 ਉਹਦੀ ਤਨਖਾਹ ਸੀ ਉਹਨੇ ਰਿਸੈਪਸ਼ਨਿਸਟ ਦੀ ਜੋਬ ਕੀਤੀ ਡੇਢ ਕੁ ਸਾਲ ਦੋ ਕੁ ਸਾਲ ਦੇ ਵਿੱਚ ਉਹ ਮੈਨੇਜਰ ਬਣ ਗਈ ਤੇ ਉਹ ਲੱਖ ਦੇ ਲਾਗੇ ਤਨਖਾਹ ਪਹੁੰਚ ਗਈ ਉਹਦੀ ਉਹ ਦੋ ਸਾਲ ਬਾਅਦ ਉਹ ਕਹਿੰਦੀ ਵੀ ਮੈਂ ਇੱਥੇ ਤਾਂ ਜੋਬ ਕਰ ਲਈ ਮੈਂ ਆ ਕੇ ਬਾਹਰਲੇ ਮੁਲਕ ਚੋਂ ਆਈ ਸੀ ਅਸਲ ਚ ਮੈਂ ਟੀਚਰ ਬਣਨਾ ਚਾਹੁੰਦੀ ਹਾਂ ਉਹ ਜੋਬ ਛੱਡ ਕੇ ਪ੍ਰਾਇਮਰੀ ਸਕੂਲ ਦੀ ਟੀਚਰ ਲੱਗ ਗਈ ਉਹ ਹੁਣ ਉੱਥੇ 35-40,000 ਦਾ ਪੈਕੇਜ ਆ ਸਾਡੇ ਚ ਹੈਗਾ ਇਹ ਮੈਂ ਹਾਂ ਗੱਲ ਹੁਣ ਪ੍ਰੋਬਲਮ ਤਾਂ ਇੱਥੇ ਆ ਵੀਰ ਜੀ ਉਹ ਜਿਹੜੀਆਂ ਨਾ ਜਿਹੜੀਆਂ ਅਸੀਂ ਡਿਸਕਸ਼ਨ ਕਰਦੇ ਆ ਉਹ ਤਾਂ ਸਿੱਟੇ ਆ ਉਹ ਕਾਰਨ ਨਹੀਂ ਹੈਗੇ ਅਸੀਂ ਸਿੱਟਿਆਂ ਨੂੰ ਡਿਸਕਸ ਕਰਦੇ ਆ ਵੀ ਆਹ ਹੋਇਆ ਆਹ ਹੋਇਆ ਸਾਨੂੰ ਕਾਰਨ ਡਿਸਕਸ ਕਰਨੇ ਪੈਣੇ ਆ ਵੀ ਜਦੋਂ ਅਸੀਂ ਕਹਿੰਦੇ ਵੀ ਗੁਰਦੁਆਰੇ ਵਾਲੇ ਇੰਡਕਸ਼ਨ ਦਾ ਕੰਮ ਨਹੀਂ ਇੱਥੇ ਨਹੀਂ ਹੋਣਾ ਉਹ ਪੰਜਾਬ ਦੇ ਵਿੱਚ ਹੋਣਾ ਜਿਹੜੇ ਜਿਹੜੇ ਸਟੂਡੈਂਟ ਇਹ ਸਮਝਦੇ ਆ ਵੀ ਮੈਂ ਸਵੈ ਮਾਣ ਨਾਲ ਰਹਿਣਾ ਉਹਨਾਂ ਨੂੰ ਉੱਥੋਂ ਸਮਝ ਕੇ ਆਉਣਾ ਪੈਣਾ ਕੋਈ ਸਟੂਡੈਂਟ ਇੱਦਾਂ ਚੈਲੰਜ ਲੈ ਕੇ ਆਵੇ ਨਾ ਵੀ ਨਿਊਜ਼ੀਲੈਂਡ ਆਪਣੇ ਕੈਨੇਡਾ ਦੇ ਵਿੱਚ ਜਿਹੜਾ ਸਿਟੀਜ਼ਨ ਆ ਮੈਂ ਉਹਦੇ ਬਰਾਬਰ ਬਿਲਕੁਲ ਉੱਦਾਂ ਦਾ ਜੀਣਾ ਆਪਣੇ ਰਹਿਣ ਜੋਗੇ ਪੈਸੇ ਲੈ ਆਵੇ ਬੇਸਮੈਂਟ ਵਿੱਚ ਨਾ ਰਹੇ ਪਰਿਵਾਰ ਨੂੰ ਕਹੇ ਵੀ ਮੈਨੂੰ ਅਸੀਂ ਦੋ ਜਣੇ ਹੈਗੇ ਹਾਂ ਸਾਨੂੰ ਇੱਕ ਰੂਮ ਚਾਹੀਦਾ ਚਾਰ ਜਣੇ ਇਕੱਠੇ ਹੋ ਕੇ ਦੋ ਬੈਡਰੂਮ ਦਾ ਫਲੈਟ ਲੈ ਲੈਣ ਉਹ ਆਪਣੇ ਪੂਰੇ ਪੂਰੇ ਤੇ ਜੇ ਸ਼ਰਾਬ ਪੀਣੀ ਆ ਉਹ ਆਪਣੇ ਫਲੈਟ ਤੋਂ ਜਾਣ ਗੱਡੀ ਉੱਥੇ ਖੜੀ ਕਰਨ ਟੈਕਸੀ ਲੈ ਕੇ ਜਾਣ ਪੱਬ ਉੱਥੇ ਸ਼ਰਾਬ ਪੀ ਕੇ ਟੈਕਸੀ ਵਾਲੇ ਨੂੰ ਕਹਿਣ ਸਾਨੂੰ ਘਰ ਛੱਡ ਦੇ ਸਵਾਰੀ ਜੇ ਆਪਾਂ ਗੱਲ ਕਰਦੇ ਆ ਬਸ ਨਹੀਂ ਉਹ ਸਾਰੀਆਂ ਗੱਲਾਂ ਅਸੀਂ ਖੁਦ ਇੱਥੇ ਅਸੀਂ ਤਾਂ ਜੀ ਇੰਨਾ ਲੜੇ ਆ ਨਾ ਮੈਂ ਸਾਰੇ ਪੱਖ ਅਸੀਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ 100-100 ਸਟੂਡੈਂਟ ਵੀ ਰਾਤ ਨੂੰ ਅਸੀਂ ਰੱਖਿਆ ਜਦੋਂ ਮੁਸ਼ਕਲ ਸੀ ਪਰ ਉਹਦੇ ਸਿੱਟੇ ਸਾਨੂੰ ਇੰਨੇ ਭੈੜੇ ਭੁਗਤਣੇ ਪਏ ਨਾ ਇੰਨੇ ਇਲਜ਼ਾਮ ਇੰਨਾ ਕੁੱਤਪੁਣਾ ਜਾਣੀ ਕੀਤਾ ਪੇ ਗੁਰਦੁਆਰੇ ਦੇ ਅੰਦਰ ਰਾਤ ਨੂੰ ਲੈਪਟਾਪ ਲਾ ਕੇ ਭੰਗੜਾ ਪਾਉਣ ਲੱਗੇ ਹੋ ਹੁਣ ਪਤਾ ਆ ਵੀ ਗੁਰਦੁਆਰੇ ਦੇ ਵਿੱਚ ਰਹਿੰਦੇ ਆ ਪ੍ਰੋਬਲਮ ਆ ਖਰਚਾ ਇੱਥੇ ਤਾਂ ਰਹਿੰਦੇ ਖਰਚਾ ਹੈ ਨਹੀਂ ਹਨਾ ਕੰਮ ਦੇ ਟਾਈਮ ਜਦੋਂ ਗੁਰਦੁਆਰੇ ਸੇਵਾ ਦਾ ਕਥਾਕਾਰ ਆਇਆ ਆ ਲੰਗਰ ਬਣ ਲੱਗਾ ਤਾਂ ਜਾ ਕੇ ਸੌਂ ਗਏ ਰਾਤ ਨੂੰ 11 ਵਜੇ ਸਾਨੂੰ ਪਤਾ ਲੱਗਾ ਵੀ 3 ਜਣੇ ਉੱਠ ਕੇ ਚੱਲ ਗਿਆ ਅੱਛਾ ਕੀ ਗੱਲ ਹੋਈ ਜੀ ਬੱਬੂ ਮਾਨ ਆਇਆ ਸੀ $70 ਦੀ ਟਿਕਟ ਲੈ ਕੇ ਬੱਬੂ ਮਾਨ ਦੇਖਣ ਚੱਲ ਗਿਆ ਬੰਦਾ ਉੱਥੋਂ ਸ਼ਰਾਬ ਪੀ ਕੇ ਰਾਤ ਨੂੰ 3 ਵਜੇ ਆ ਕੇ ਸੌਂ ਗਿਆ ਮੈਂ ਦੱਸਦਾ ਵੀ ਬੜੇ ਤਜਰਬੇ ਜਿਹੜੇ ਆ ਅਸੀਂ ਸਾਰਾ ਕੁਛ ਹੰਢਾ ਕੇ ਦੇਖ ਕੇ ਤੁਹਾਨੂੰ ਕਹਿੰਦੇ ਵੀ ਸਾਨੂੰ ਡਿਊਟੀ ਵੱਲ ਆਪਣੇ ਫਰਜ਼ਾਂ ਵੱਲ ਧਿਆਨ ਦੇਣਾ ਪੈਣਾ ਜਿੰਨਾ ਚਿਰ ਅਸੀਂ ਉਹ ਨਹੀਂ ਸੋਚਦੇ ਇਹ ਮੁਲਕ ਨਰਕ ਬਣ ਗਏ ਪ੍ਰੋਬਲਮ ਹੀ ਬਣਨੀ ਆ ਜਦੋਂ ਸਾਡੀ ਪਾਪੂਲੇਸ਼ਨ ਦਾ ਅਨੁਪਾਤ ਵੱਧ ਗਿਆ ਇਹਨਾਂ ਮੁਲਕਾਂ ਵਿੱਚ ਫਿਰ ਪੰਜਾਬ ਬਣ ਜਾਣਾ ਇਹ ਜਿਹੜੇ ਤੁਸੀਂ ਪੁਰਾਣੇ ਬੰਦੇ ਆ ਜੇ ਤੁਸੀਂ ਆਪਣਾ ਫਰਜ਼ ਨਹੀਂ ਨਿਭਾਉਂਗੇ ਸਖਤੀ ਨਾਲ ਉਹ ਸਟੈਪ ਨਹੀਂ ਲਉਂਗੇ ਤੇ ਉਹ ਇਹ ਕਲਚਰ ਤਾਂ ਵੱਧਦਾ ਜਾਊਗਾ ਫਿਰ ਜਿਹੜਾ ਇੱਕ ਬੱਚਾ ਆ ਜੇ ਇੱਕ ਬੱਚਾ ਸਾਡੇ ਸਾਹਮਣੇ ਪੰਜਾਬ ਦੇ ਵਿੱਚ ਕੀ ਹੁੰਦਾ ਸੀ ਜਿਹੜੇ ਗੁੰਡੇ ਬੰਦੇ ਪਿੰਡਾਂ ਦੇ ਜੈਲਦਾਰ ਲੰਬੜ ਸਰਪੰਚ ਹੁੰਦੇ ਸੀ ਉਹਨਾਂ ਦੇ ਨਿਆਣੇ ਅਯਾਸ਼ੀ ਕਰਦੇ ਸੀ ਕੁੜੀਆਂ ਨੂੰ ਜ਼ਬਰਦਸਤੀ ਫੜਦੇ ਸੀ ਤੇ ਜਦੋਂ ਪੰਚਾਇਤ ਹੋਣੀ ਜਦੋਂ ਸਜ਼ਾ ਮਿਲਣ ਦੀ ਗੱਲ ਹੋਣੀ ਤਾਂ ਉਹ ਲੰਬੜ ਨੇ ਕੀ ਕਰਨਾ ਫੜ ਕੇ 2 ਮਾਰ ਕੇ ਚਪੇੜਾਂ ਉਹਦੇ ਖਬਰਦਾਰ ਭਾਜਾ ਤੇਰੇ ਡੱਕਰੇ ਕਰ ਦੋ ਸਾਲਿਆ ਜੇ ਮੁੜ ਕੇ ਕੀਤਾ ਐ ਕਰਕੇ ਤੋੜ ਦੇਣਾ ਉਹਨੂੰ ਕੀ ਉਹ ਬੱਚਾ ਸੁਧਰ ਸਕਦਾ ਮੁੜ ਕੇ ਤੇ ਜਦੋਂ ਉਹ ਗਲਤੀ ਕਰਦਾ ਆ ਉਹਦੇ ਜਿਹੜੇ ਸਿੱਟੇ ਆ ਉਹਨੂੰ ਭੁਗਤਣ ਦੇ ਲਈ ਜੇ ਤੁਸੀਂ ਉਹਦੇ ਮੂਹਰੇ ਮਾਹੌਲ ਛੱਡਦੇ ਉਹਨੂੰ ਕਹਿੰਦੇ ਵੀ ਠੀਕ ਹੈ ਭਾਈ ਹੁਣ ਤੂੰ ਕਾਰਜ ਕੀਤਾ ਸਜ਼ਾ ਭੁਗਤ
ਫਿਰ ਇਹ ਉਹਨੂੰ ਲੈਸਨ ਮਿਲੂਗਾ ਨਾ ਵੀ ਗਾਹਾਂ ਦੀ ਵਾਰੀ ਨਾ ਕਰੂਗਾ। ਸਾਡੇ ਅੰਦਰ ਕੀ ਆ, ਜਦੋਂ ਇੱਦਾਂ ਦਾ ਕੁਛ ਹੁੰਦਾ ਇੱਕ ਤਬਕਾ ਸਾਡੇ ਅੰਦਰ ਖੜਾ ਹੋ ਜਾਂਦਾ ਜਿਹੜਾ ਇੱਦਾਂ ਧਰਮੀ ਜਿਹਾ ਬਣ ਕੇ ਇੱਦਾਂ ਕਹਿਣ ਲੱਗ ਪੈਂਦਾ ਵੀ ਦੇਖੋ ਜੀ ਕੋਈ ਗੱਲ ਨਹੀਂ ਜੇ ਹੋ ਵੀ ਗਈ ਗਲਤੀ ਆ ਛੱਡ ਦੇਣਾ ਚਾਹੀਦਾ ਮਾਫ਼ ਗਾਹਾਂ ਤੋਂ ਇੱਦਾਂ ਅਸੀਂ ਵੀ ਤਾਂ ਸਾਰੇ ਕਰਦੇ ਹੀ ਆ, ਇਹ ਕਰਕੇ ਅਸੀਂ ਗਲਤੀ ਕਰਨ ਵਾਲੇ ਨੂੰ ਸ਼ਹਿ ਦੇ ਰਹੇ ਹਾਂ। ਉਹਨੂੰ 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 ਲੱਗਦਾ ਵੀ ਇਹ ਬਿਹੇਵ ਐਕਸੈਪਟੇਬਲ ਆ। ਹੁਣ ਜਿੰਨਾ ਚਿਰ ਉਹਨੂੰ ਉਹਨੂੰ ਉਹਦੇ ਸਿੱਟੇ ਨੀ ਭੁਗਤਣੇ ਪੈਂਦੇ ਉਹਨਾਂ ਚਿਰ ਗਾਹਾਂ ਤੋਂ ਕਰਨੋਂ ਕਿਉਂ ਹਟੂਗਾ ਉਹ। ਹੁਣ ਜਿਹੜਾ ਮਨੁੱਖ ਦਾ ਸੁਭਾਅ ਆ ਮੁੱਢਲੇ ਰੂਪ ਦੇ ਵਿੱਚ ਉਹ ਕਬਜ਼ੇ ਵਾਲਾ ਆ। ਰੱਬ ਨੇ ਮੁਕਾਬਲੇ ਦੀ ਭਾਵਨਾ ਪਾ ਕੇ ਬੰਦੇ ਨੂੰ ਸੰਸਾਰ ਦੇ ਉੱਤੇ ਭੇਜਣੀ ਫੋਨ ਕੱਟਿਆ ਗਿਆ ਉਹਨਾਂ ਦਾ। ਰੱਬ ਨੇ ਜਦੋਂ ਮਨੁੱਖੀ ਜਿਹੜਾ ਦਿਮਾਗ ਆ ਨਾ ਉਹਦੇ ਚ ਮੁਕਾਬਲੇ ਦੀ ਭਾਵਨਾ ਆ, ਜਿਹੜਾ ਲੋਭ ਆ ਉਹਦੇ ਅੰਦਰ, ਜੇ ਨਾ ਹੁੰਦਾ ਤਾਂ ਉਹ ਤਾਂ ਸਰਵਾਈਵ ਨਾ ਕਰ ਸਕਦਾ। ਕੰਪੀਟ ਕਰਨ ਦੀ ਭਾਵਨਾ ਉਹਦੇ ਅੰਦਰ, ਉਹ ਬਿਲਕੁਲ ਮੁਕਾਬਲਾ ਕਰਕੇ ਅੱਗੇ ਨਿਕਲਦਾ ਸਾਰਿਆਂ ਤੋਂ। ਠੀਕ ਆ, ਹਾਂਜੀ ਭਈ ਉਹ ਫੋਨ ਦੁਬਾਰਾ ਮੈਨੂੰ ਲੱਗਦਾ ਉਹਨਾਂ ਦਾ ਨਹੀਂ ਜੀ। ਹੁਣ ਚਲੋ ਉਹਨਾਂ ਨੂੰ ਬੇਨਤੀ ਆ ਜੀ, ਅਸੀਂ 10 ਮਿੰਟ ਸਾਡੇ ਉੱਤੇ ਹੋ ਗਏ ਆ ਤੇ ਆਪਾਂ ਇੱਦਾਂ ਨਾ ਹੋਵੇ ਵੀ ਘਰੋਂ ਸਾਨੂੰ ਦੁਬਾਰਾ ਮੈਸੇਜ ਆਵੇ। ਵੈਸੇ ਵੀ ਸਵੇਰੇ 9:15 ਦਾ ਘਰੋਂ ਤੁਰਿਆ ਆ ਤੇ 5:15 ਹੁਣ ਹੋ ਗਏ ਆ। ਠੀਕ ਆ, ਆਪਾਂ ਹੁਣ ਬਸ ਕਰੀਏ ਤੇ ਮੁੜ ਕੇ ਮੰਗਲਵਾਰ ਨੂੰ ਪ੍ਰੋਗਰਾਮ ਸਾਂਝ ਵਿਚਾਰਾਂ ਦੀ ਤੇ ਆਪਾਂ ਬੁੱਧਵਾਰ ਮਿਲਾਂਗੇ ਸਿੱਖ ਪਾਤਸ਼ਾਹੀ ਵਿੱਚ। ਹੁਣ ਪ੍ਰੋਗਰਾਮ ਦਾ ਰਿਪੀਟ ਜਿਹੜਾ ਆ, ਇਹ ਪ੍ਰੋਗਰਾਮ ਜਿਹੜਾ ਹੋ ਕੇ ਹਟਿਆ ਇਹਦਾ ਰਿਪੀਟ ਚੱਲ ਪੈਣਾ ਆ ਤੇ ਉਹ ਤੋਂ ਬਾਅਦ 10 ਵਜੇ ਫਿਰ ਜੀ ਰਿਪੀਟ ਹੋਣਾ ਤੇ ਤੜਕੇ 3 ਵਜੇ ਸਵੇਰੇ 10 ਵਜੇ ਤੇ ਫਿਰ 3 ਵਜੇ। ਧੰਨਵਾਦ ਜੀ।